ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਸੋ ਜਿਵੇਂ ਕਿ ਤੁਸੀਂ ਥੰਬਨੇਲ ਵੀ ਦੇਖ ਲਿਆ ਹੋਊਗਾ, ਇਹ ਸਾਡੀ ਪਹਿਲੀ ਆਫਲਾਈਨ ਕਲਾਸ ਸ਼ੁਰੂ ਹੋਣ ਜਾ ਰਹੀ ਹੈ, ਮੇਕਿੰਗ ਆਫ ਕਨਸਟੀਟਿਊਸ਼ਨ। ਬੇਸਿਕਲੀ ਇੱਕ ਚੀਜ਼ ਬੜੀ ਕਲੀਅਰ ਆ, ਜਦੋਂ ਵੀ ਆਪਾਂ ਹਰ ਸਾਲ ਜਾਂ ਹਰ ਵਾਰ ਆਪਣੇ ਕਿਸੇ ਵੀ ਟੌਪਿਕ ਨੂੰ ਅਪਗ੍ਰੇਡ ਕਰਦੇ ਹਾਂ ਤਾਂ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਇਸ ਤਰੀਕੇ ਦੇ ਕਨਸੈਪਟ ਲਿਆਉਂਦੇ ਜਾਣ ਕਿ ਤੁਹਾਨੂੰ ਬਿਲਕੁਲ ਵੀ ਨਾ ਲੱਗੇ ਕਿ ਇਹ ਕਲਾਸ ਵੇਸਟੇਜ ਆਫ ਟਾਈਮ ਸੀ। ਜਿਹੜੇ ਸਟੂਡੈਂਟਸ ਨੇ ਅੱਜ ਤੱਕ ਮੇਕਿੰਗ ਆਫ ਕਨਸਟੀਟਿਊਸ਼ਨ, ਸੰਵਿਧਾਨ ਦੀ ਬਣਤਰ ਜਾਂ ਸੰਵਿਧਾਨ ਦਾ ਬਣਨਾ ਪੜਿਆ ਹੈ, ਮੈਂ ਇਹ ਸ਼ੋਰ ਕਰਦਾ ਕਿ ਜੋ ਇਸ ਡੇਢ ਘੰਟੇ ਦੇ ਜਾਂ ਘੰਟੇ ਸਵਾ ਘੰਟੇ ਡੇਢ ਘੰਟੇ ਦੇ ਅਰਾਊਂਡ ਦੇ ਲੈਕਚਰ ਨੂੰ ਲਾਉਣਗੇ ਤਾਂ ਡੈਫੀਨੇਟਲੀ ਉਹਨਾਂ ਨੂੰ ਬਹੁਤ ਸਾਰੇ ਇਹੋ ਜਿਹੇ ਫੈਕਟਸ ਪਤਾ ਲੱਗਣਗੇ ਜਿਹੜੇ ਆਉਣ ਵਾਲੇ ਪੇਪਰਾਂ 'ਚ ਆ ਸਕਦੇ ਆ। ਮੀਨਸ ਉਦਾਹਰਣ ਦੇ ਤੌਰ 'ਤੇ ਕਿ ਸੰਵਿਧਾਨ ਸਭਾ ਦੇ ਵਿੱਚ ਪਹਿਲੀ ਦਲਿਤ ਜਾਂ ਦਲਿਤ ਔਰਤ ਕੌਣ ਸੀ, ਪਹਿਲੀ ਮੁਸਲਿਮ ਔਰਤ ਕੌਣ ਸੀ, ਸੰਵਿਧਾਨ ਸਭਾ ਨੇ ਕਿੰਨੀ ਤਰੀਕ ਨੂੰ ਕਾਮਨਵੈਲਥ ਆਫ ਨੇਸ਼ਨਸ ਦੀ ਭਾਰਤ ਦੀ ਮੈਂਬਰਸ਼ਿਪ ਨੂੰ ਰੈਟੀਫਾਈ ਕੀਤਾ ਸੀ, ਜਾਂ ਭਾਰਤ ਦੀ ਸੰਵਿਧਾਨ ਸਭਾ 'ਤੇ 284 ਮੈਂਬਰਾਂ ਨੇ ਕਿਸ ਦਿਨ ਸਾਈਨ ਕੀਤੇ ਸੀ, ਜਾਂ ਸੰਵਿਧਾਨ ਸਭਾ ਦਾ ਦੂਜਾ ਡਿਪਟੀ ਚੇਅਰਮੈਨ ਕਦੋਂ ਅਪੁਆਇੰਟ ਕੀਤਾ ਗਿਆ ਸੀ, ਸੰਵਿਧਾਨ ਸਭਾ ਦਾ ਪਹਿਲਾ ਨੋ ਟੈਂਪਰੇਰੀ ਚੇਅਰਮੈਨ ਤਾਂ ਸਾਨੂੰ ਪਤਾ ਹੈ, ਕਈ ਵਾਰੀ ਸਾਨੂੰ ਪਹਿਲਾ ਡਿਪਟੀ ਚੇਅਰਮੈਨ ਪਹਿਲਾ ਨੋਮੀ ਪਹਿਲਾ ਟੈਂਪਰੇਰੀ ਡਿਪਟੀ ਚੇਅਰਮੈਨ ਨਹੀਂ ਪਤਾ ਹੁੰਦਾ। ਪੈਪਸੂ ਵੱਲੋਂ ਕਿਸ ਸ਼ਖਸ ਨੂੰ ਚੁਣਨ ਵਾਸਤੇ ਦਾ ਫੈਸਲਾ ਪੰਜਾਬ ਪਟਿਆਲਾ ਰਿਆਸਤ ਵੱਲੋਂ ਕੀਤਾ ਗਿਆ ਸੀ, ਸੰਵਿਧਾਨ ਸਭਾ 'ਚ ਜਿਹੜੇ 93 ਮੈਂਬਰ ਰਾਜਿਆਂ ਨੇ ਚੁਣ ਕੇ ਭੇਜਣੇ ਸੀ। ਸੋ ਇਹੋ ਜਿਹੇ ਬਹੁਤ ਸਾਰੇ ਫੈਕਟਸ ਜਿਹੜੇ ਕਿ ਆਉਣ ਵਾਲੇ ਲੈਕਚਰ ਦੇ ਵਿੱਚ ਭਰੇ ਹੋਣਗੇ। ਸੋ ਤੁਸੀਂ ਜੇ ਮਾਸਟਰ ਕਲਾਸਿਸ ਪਟਿਆਲਾ ਦੇ ਨਾਲ ਸਾਡੇ ਆਫਲਾਈਨ ਕਲਾਸਿਸ ਵਾਸਤੇ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਥੱਲੇ ਦਿੱਤੇ ਹੋਏ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਬਹੁਤ ਸਾਰੀਆਂ ਵੀਡੀਓਜ਼ ਨੇ ਜਿਨ੍ਹਾਂ ਨੂੰ ਦੇਖ ਸਕਦੇ ਹੋ। ਸਾਡਾ ਗੂਗਲ ਮੈਪ ਦਾ ਲਿੰਕ ਆ ਜਿਹਦੇ ਥਰੂ ਤੁਸੀਂ ਮਾਸਟਰ ਕਲਾਸਿਸ ਪਟਿਆਲਾ ਤੱਕ ਅਪਰੋਚ ਕਰ ਸਕਦੇ ਹੋ। ਕਾਇੰਡਲੀ ਤੁਸੀਂ ਇਸ ਲੈਕਚਰ ਨੂੰ ਟਾਈਮ ਦਿਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਜਿਵੇਂ ਜਿਵੇਂ ਅਸੀਂ ਇੱਕ ਵਾਰ ਸਿਲੇਬਸ ਪੂਰਾ ਕਰਾ ਕੇ ਜਾਂ ਕੋਈ ਟੌਪਿਕ ਪੂਰਾ ਕਰਾ ਕੇ ਕਦੇ ਵੀ ਅਸੀਂ ਨਵਾਂ ਟੌਪਿਕ ਸ਼ੁਰੂ ਕਰਦੇ ਹਾਂ ਤਾਂ ਉਹਦੇ 'ਚ ਅਪਗ੍ਰੇਡੇਸ਼ਨ ਮਸਟ ਨੇ। ਸੋ ਪੋਲਿਟੀ ਹੁਣ ਬਹੁਤ ਵੱਡੇ ਪੱਧਰ 'ਤੇ ਅਪਗ੍ਰੇਡ ਕੀਤੀ ਜਾ ਰਹੀ ਹੈ। ਸੋ ਉਮੀਦ ਕਰਦਾ ਕਿ ਤੁਸੀਂ ਇਸ ਲੈਕਚਰ ਨੂੰ ਇੰਜੋਏ ਕਰੋਗੇ। ਥੈਂਕ ਯੂ। ਹਾਂਜੀ, ਸੋ ਸਟਾਰਟ ਕਰਦੇ ਹਾਂ ਜੀ। ਆਪਾਂ ਅੱਜ ਦਾ ਟੌਪਿਕ ਆ ਸਾਡਾ ਕੰਸਟੀਟਿਊਸ਼ਨ ਦੀ ਮੇਕਿੰਗ, ਮਤਲਬ ਇਹ ਕਿ ਭਾਰਤ ਦਾ ਜਿਹੜਾ ਸੰਵਿਧਾਨ ਸੀ ਉਹਦੇ ਬਣਨ ਦੀ ਪ੍ਰਕਿਰਿਆ ਬਾਰੇ ਆਪਾਂ ਹੁਣ ਪੜ੍ਹਨਾ ਸ਼ੁਰੂ ਕਰਾਂਗੇ। ਦੇਖੋ, ਸਭ ਤੋਂ ਇੰਪੋਰਟੈਂਟ ਗੱਲ ਕੀ ਹੈ ਕਿ ਸੰਵਿਧਾਨ ਦੇ ਬਣਨ ਦੀ ਕਹਾਣੀ ਜਿਹੜੀ ਹੈ ਨਾ, ਜੇ ਕੋਈ ਮੈਨੂੰ ਪੁੱਛੇ ਕਿ ਸਰ ਸਾਡੇ ਦੇਸ਼ ਦਾ ਸੰਵਿਧਾਨ ਬਣਨਾ ਕਦੋਂ ਸ਼ੁਰੂ ਹੋ ਗਿਆ ਹੋਊਗਾ, ਜਾਂ ਸਾਨੂੰ ਆ ਲਿਖੇ ਹੋਏ ਸੰਵਿਧਾਨ ਦੀ ਲੱਤ ਕਦੋਂ ਲੱਗੀ, ਪੰਜਾਬੀ 'ਚ ਆਪਾਂ ਨਹੀਂ ਕਹਿ ਦਿੰਦੇ ਕਿ ਕਿਸੇ ਨੂੰ ਕਿਸੇ ਚੀਜ਼ ਦੀ ਆਦਤ ਪੈ ਗਈ, ਲੱਤ ਲੱਗ ਗਈ। ਦੇਖੋ, ਜਦੋਂ ਤੱਕ ਸਾਡੇ ਦੇਸ਼ 'ਚ ਰਾਜੇ ਮਹਾਰਾਜਿਆਂ ਦਾ ਰਾਜ ਰਿਹਾ, ਚਾਹੇ ਉਹ ਰਾਜ ਪੁਰਾਣੇ ਸਮੇਂ 'ਚ ਹਿੰਦੂ ਸ਼ਾਸਕਾਂ ਦਾ ਹੋਵੇ, ਚਾਹੇ ਉਹ ਜੈਨ ਧਰਮ ਬੁੱਧ ਧਰਮ ਨਾਲ ਸੰਬੰਧਿਤ ਸ਼ਾਸਕ ਹੋਣ, ਚਾਹੇ ਸਾਡੇ ਦੇਸ਼ 'ਚ ਮੁਗਲਾਂ ਦਾ ਸ਼ਾਸਨ ਹੋਵੇ, ਜਾਂ ਮੁਗਲਾਂ ਤੋਂ ਪਹਿਲਾਂ ਦਿੱਲੀ ਸਲਤਨਤ ਦਾ ਸ਼ਾਸਨ ਹੋਵੇ, ਚਾਹੇ ਮੁਗਲਾਂ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਸਿੱਖ ਰਾਜ ਦੇਖਿਆ ਹੋਵੇ, ਅਸੀਂ ਜਾਂ ਸਾਡੇ ਰਾਜਿਆਂ ਨੇ ਬਹੁਤੇ ਤੌਰ 'ਤੇ ਰਿਟਨ ਕੰਸਟੀਟਿਊਸ਼ਨ ਲਿਖਤ ਸੰਵਿਧਾਨ ਦੀ ਕੋਈ ਬਹੁਤੀ ਤਰਜੀਹ ਨਹੀਂ ਸੀ। ਰਾਜੇ ਦੇ ਬੋਲੇ ਬੋਲ ਹੀ ਸੰਵਿਧਾਨ ਹੁੰਦੇ ਸੀ, ਸਮਝ ਗਏ ਨਾ ਮੇਰੀ ਗੱਲ। ਮਤਲਬ ਇਹ ਉਹ ਸਮਾਂ ਸੀਗਾ ਜਦੋਂ ਰਾਜੇ ਦੇ ਬੋਲ ਹੀ ਸੰਵਿਧਾਨ ਕਹਾਉਂਦੇ ਸੀਗੇ, ਤੇ ਰਾਜੇ ਦੇ ਬੋਲਾਂ ਦੀ ਇੰਨੀ ਅਹਿਮੀਅਤ ਹੁੰਦੀ ਸੀ ਕਿ ਉਹੀ ਸੰਵਿਧਾਨ ਦਾ ਰੂਪ ਲੈ ਜਾਂਦੇ ਸੀ। ਪਰ ਜਦੋਂ ਅੰਗਰੇਜ਼ ਸਾਡੇ ਦੇਸ਼ 'ਚ ਆਏ ਉਦੋਂ ਕੁਛ ਚੀਜ਼ਾਂ ਬਦਲੀਆਂ।
ਤੁਸੀਂ ਕਹੋਗੇ ਜਦੋਂ ਅੰਗਰੇਜ਼ ਸਾਡੇ ਦੇਸ਼ 'ਚ ਆਏ ਫਿਰ ਉਹਨਾਂ ਨੇ ਸੰਵਿਧਾਨ ਕਿਉਂ ਲਿਖਿਆ? ਦੇਖੋ, ਤੁਸੀਂ ਨਾ ਕਦੀ ਇਹੋ ਜਿਹੇ ਬੰਦੇ ਨੂੰ ਦੇਖਿਆ ਹੋਣਾ ਕਿ ਕਿਸੇ ਬੰਦੇ ਨੇ ਆਪਣਾ ਕਾਰੋਬਾਰ ਆਪ ਕੀਤਾ ਹੋਇਆ? ਜਿਵੇਂ ਸਪੋਜ਼ ਕਰੋ ਮੇਰਾ ਕੋਚਿੰਗ ਇੰਸਟੀਟਿਊਟ ਆ ਤੇ ਮੈਂ ਆਪ ਹੀ ਚਲਾ ਰਿਹਾ ਤੇ ਆਪ ਹੀ ਪੜ੍ਹਾ ਰਿਹਾ, ਉੱਥੇ ਮੇਰੇ ਬੋਲੇ ਸ਼ਬਦ ਹੀ ਸੰਵਿਧਾਨ ਤੇ ਵਿਧਾਨ ਹੋਣਗੇ। ਮੀਨਸ ਮੇਰੇ ਬੋਲੇ ਹੋਏ ਵਰਡਸ ਹੀ ਕੰਸਟੀਟਿਊਸ਼ਨ ਹੋਣਗੇ ਤੇ ਮੇਰੇ ਹੀ ਬੋਲੇ ਸ਼ਬਦ ਲਾਅ ਹੋਣਗੇ, ਕਾਨੂੰਨ ਹੋਣਗੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਪਰ ਸਪੋਜ਼ ਕਰੋ ਕਿ ਮਾਸਟਰ ਕਲਾਸਿਸ ਆਪਣਾ ਇੱਕ ਸੈਂਟਰ ਜਿਹੜਾ ਏ ਉਹ ਪੰਜਾਬ ਦੇ ਦੂਜੇ ਸ਼ਹਿਰ ਪਟਿਆਲੇ ਮੋਹਾਲੀ ਤੋਂ ਬਾਹਰ ਜਾ ਕੇ ਲੁਧਿਆਣੇ ਖੋਲ੍ਹ ਲਏ, ਅੰਮ੍ਰਿਤਸਰ ਖੋਲ੍ਹ ਲਏ, ਤੇ ਉੱਥੇ ਅਸੀਂ ਆਪਣੇ ਬਿਹਾਫ ਤੇ ਕਿਸੇ ਬੰਦੇ ਨੂੰ ਬਿਠਾ ਦਈਏ, ਠੀਕ ਆ, ਤੇ ਉਹ ਕਵੇ ਕਿ ਅਸੀਂ ਹੁਣ ਮਾਸਟਰ ਕਲਾਸਿਸ ਦੀ ਫਰੈਂਚਾਈਜ਼ੀ ਲੈ ਲਈ ਆ, ਤਾਂ ਸਾਡੇ ਹੀ ਬੋਲ ਜਿਹੜੇ ਆ ਉਹ ਸੱਚ ਹੋਣਗੇ? ਇਹ ਪੋਸੀਬਲ ਨਹੀਂਗਾ, ਕਿਉਂਕਿ ਜਿਸ ਸਪਿਰਿਟ ਦੇ ਨਾਮ ਤੇ, ਜਿਸ ਕਨਸੈਪਟ ਤੇ ਮਾਸਟਰ ਕਲਾਸਿਸ ਪਟਿਆਲਾ ਚੱਲ ਰਿਹਾ ਏ, ਉਹਦੇ 'ਚ ਸ਼ਾਇਦ ਇੱਕ ਟੀਮ ਬੈਕ ਐਂਡ ਤੋਂ ਕੰਮ ਕਰ ਰਹੀ ਆ ਪਟਿਆਲੇ ਸ਼ਹਿਰ 'ਚ। ਸੋ ਉਹਨਾਂ ਦੇ ਬਿਹਾਫ ਤੇ ਜੇ ਕੋਈ ਅੰਮ੍ਰਿਤਸਰ ਜਾਂ ਲੁਧਿਆਣੇ ਬੋਲੂਗਾ ਤਾਂ ਅਸਲ ਦੇ ਵਿੱਚ ਉਹ ਕਿਸੇ ਦਾਇਰੇ 'ਚ ਰਹਿ ਕੇ ਬੋਲ ਸਕਦਾ ਏ, ਬਿਕੋਜ਼ ਉਹਨੂੰ ਪਿੱਛੇ ਪਟਿਆਲਾ ਕੋਚਿੰਗ ਸੈਂਟਰ ਜਾਂ ਪਟਿਆਲੇ ਵਾਲਾ ਇੰਸਟੀਟਿਊਟ ਜ਼ਰੂਰ ਰੈਗੂਲੇਟ ਕਰੂਗਾ। ਚਲੋ ਸਾਡੇ ਤਾਂ ਇਸ ਤਰੀਕੇ ਦੇ ਸੈਂਟਰ ਹੈ ਨਹੀਂ, ਬਟ ਬਹੁਤੇ ਕੋਚਿੰਗ ਇੰਸਟੀਟਿਊਟ ਜਿਨ੍ਹਾਂ ਦੀਆਂ ਫਰੈਂਚਾਈਜ਼ ਇਸ ਤਰੀਕੇ ਨਾਲ ਫੈਲੀਆਂ ਹੋਈਆਂ ਹੈ ਉਹ ਇਸੇ ਸਿਧਾਂਤ ਤੇ ਕੰਮ ਕਰਦੇ ਆ। ਆਖਰ ਇਹ ਬੜੀ ਅਜੀਬ ਜੀ ਐਗਜ਼ਾਮਪਲ ਕਿਉਂ ਦਿੱਤੀ ਗਈ? ਇਹਦਾ ਵਜ੍ਹਾ ਇਹ ਸੀ ਕਿ ਪਹਿਲਾਂ ਤਾਂ ਭਾਰਤ ਦੇ ਜਾਂ ਪੰਜਾਬ ਤੇ ਜਿਹੜੇ ਰਾਜੇ ਦਾ ਰਾਜ ਹੁੰਦਾ ਸੀ ਉਹ ਉੱਥੇ ਮੌਜੂਦ ਹੁੰਦਾ ਸੀ, ਉਹਦੇ ਹੀ ਬੋਲ ਸੰਵਿਧਾਨ ਜਾਂ ਵਿਧਾਨ ਜਾਂ ਆਈਦਰ ਕਨਸਟੀਟਿਊਸ਼ਨਲ ਲਾਅ ਹੁੰਦੇ ਸੀ, ਕੋਈ ਦੋ ਰਾਏ ਨਹੀਂ ਇਸ ਗੱਲ 'ਚ। ਪਰ ਜਦੋਂ ਅੰਗਰੇਜ਼ ਸਾਡੇ ਦੇਸ਼ 'ਚ ਆਏ ਨਾ, ਸਾਡੇ ਤੇ ਹੁਕਮ ਤਾਂ ਰਾਜ ਤਾਂ ਕਰ ਰਹੀ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ, ਪਰ ਉਹਨਾਂ ਨੂੰ ਮਗਰੋਂ ਚਲਾ ਰਹੀ ਸੀ ਬ੍ਰਿਟਿਸ਼ ਪਾਰਲੀਮੈਂਟ, ਬ੍ਰਿਟਿਸ਼ ਸੰਸਦ। ਭਾਰਤ ਤੇ ਰੂਲ ਕਰ ਰਹੀ ਸੀ ਆ, ਪਰ ਉਹਨਾਂ ਨੂੰ ਮਗਰੋਂ ਨਿਯੰਤਰਿਤ ਕਰ ਰਹੀ ਸੀ ਆ। ਹੁਣ ਜਿਨ੍ਹਾਂ ਨੇ ਕੰਟਰੋਲ ਕਰਨਾ ਹੈ, ਜਿਨ੍ਹਾਂ ਨੇ ਰੈਗੂਲੇਟ ਕਰਨਾ ਹੈ, ਜਿਨ੍ਹਾਂ ਨੇ ਨਿਯੰਤਰਣ ਕਰਨਾ ਹੈ, ਤੇ ਜਿਹੜੇ ਭਾਰਤ ਦੇ ਵਿੱਚ ਰਾਜ ਕਰ ਰਹੇ ਆ ਇਹਨਾਂ ਤੇ ਕੋਈ ਲਿਖਤ ਕਾਨੂੰਨ ਦੇ ਤਹਿਤ ਹੀ ਨਿਯੰਤਰਣ ਕੀਤਾ ਜਾ ਸਕਦਾ ਹੈ। ਇਸੇ ਕਰਕੇ ਬ੍ਰਿਟਿਸ਼ ਸੰਸਦ, ਅੰਗਰੇਜ਼ਾਂ ਦੀ ਸੰਸਦ ਨੇ, ਬ੍ਰਿਟਿਸ਼ ਪਾਰਲੀਮੈਂਟ ਨੇ ਕੁਝ ਲਿਖਤ ਕਾਨੂੰਨ ਬਣਾਏ ਕਿ ਈਸਟ ਇੰਡੀਆ ਕੰਪਨੀ ਇਹਨਾਂ ਨਿਯਮਾਂ ਦੇ ਤਹਿਤ ਹੀ ਭਾਰਤ ਵਿੱਚ ਰਾਜ ਕਰ ਸਕਦੀ ਹੈ। ਬ੍ਰਿਟਿਸ਼ ਪਾਰਲੀਮੈਂਟ ਨੇ ਈਸਟ ਇੰਡੀਆ ਕੰਪਨੀ ਤੇ ਸਭ ਤੋਂ ਪਹਿਲੀ ਵਾਰ ਸ਼ਿਕੰਜਾ ਕੱਸਿਆ 1773 'ਚ। ਅੱਜ ਤੋਂ ਕਿੰਨੇ ਸਾਲ ਪਹਿਲਾਂ ਮੈਨੂੰ ਨਹੀਂ ਪਤਾ, ਪਰ ਤੁਸੀਂ ਜਾ ਸਕਦੇ ਹੋ। ਉਸ ਤੋਂ ਬਾਅਦ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਥੋੜ੍ਹਾ ਜਿਹਾ ਤੇਵਰ ਦਿਖਾਏ ਤੇ ਬ੍ਰਿਟਿਸ਼ ਪਾਰਲੀਮੈਂਟ ਨੇ, ਅੰਗਰੇਜ਼ ਹਕੂਮਤ ਨੇ 1784 ਦੇ ਵਿੱਚ ਥੋੜ੍ਹੀ ਜਿਹੀ ਚੂੜੀ ਹੋਰ ਕੱਸਤੀ, ਪੰਜਾਬੀ 'ਚ ਹੋਰ ਸਖਤ ਕਾਨੂੰਨ ਦੇ ਨਾਲ ਈਸਟ ਇੰਡੀਆ ਕੰਪਨੀ ਨੂੰ ਕਿਹਾ ਕਿ ਇਹਨਾਂ ਨਿਯਮਾਂ ਦੇ ਤਹਿਤ ਭਾਰਤ 'ਚ ਰਾਜ ਕਰੋ। ਫਿਰ ਉਸ ਤੋਂ ਬਾਅਦ 1793, ਫਿਰ ਉਸ ਤੋਂ ਬਾਅਦ 1813, ਫਿਰ ਉਸ ਤੋਂ ਬਾਅਦ 1833, ਫਿਰ 1857। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੇ ਬ੍ਰਿਟਿਸ਼ ਪਾਰਲੀਮੈਂਟ ਨਕੇਲ ਕੱਸਦੀ ਗਈ, ਪਰ ਈਸਟ ਇੰਡੀਆ ਕੰਪਨੀ ਨੇ ਭਾਰਤ ਦੇ ਵਿੱਚ ਆਪਣੀ ਤਾਨਾਸ਼ਾਹੀ ਨਹੀਂ ਛੱਡੀ। ਆਖਰ 1857 ਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਖਿਲਾਫ ਭਾਰਤ 'ਚ ਬਗਾਵਤ ਹੋ ਗਈ ਤੇ 1858 'ਚ ਬ੍ਰਿਟਿਸ਼ ਪਾਰਲੀਮੈਂਟ ਜਾਂ ਬ੍ਰਿਟਿਸ਼ ਹਕੂਮਤ ਨੇ ਸਿੱਧੇ ਤੌਰ ਤੇ ਭਾਰਤ ਤੇ ਕਬਜ਼ਾ ਕਰ ਲਿਆ। ਮੰਨ ਗਏ ਗੱਲ? ਉਸ ਤੋਂ ਬਾਅਦ ਬ੍ਰਿਟਿਸ਼ ਈਸਟ ਇੰਡੀਆ ਬ੍ਰਿਟਿਸ਼ ਪਾਰਲੀਮੈਂਟ ਨੂੰ ਜਾਂ ਬ੍ਰਿਟਿਸ਼ ਗੌਰਮੈਂਟ ਨੂੰ ਜਾਂ ਅੰਗਰੇਜ਼ ਹਕੂਮਤ ਨੂੰ ਇਹ ਅਹਿਸਾਸ ਹੋ ਗਿਆ ਕਿ ਸਾਨੂੰ ਕੁਛ ਤਾਕਤਾਂ ਭਾਰਤੀ ਲੋਕਾਂ ਨੂੰ ਦੇਣੀਆਂ ਪੈਣਗੀਆਂ ਜੇ ਅਸੀਂ ਇਹਨਾਂ ਤੇ ਰਾਜ ਕਰਨਾ ਚਾਹੁੰਦੇ ਹਾਂ। ਇਹਨਾਂ ਨੂੰ ਸਮਝ ਆ ਰਹੀ ਆ ਕਿ
ਅੰਗਰੇਜ਼ ਸਾਨੂੰ ਕਾਬੂ ਕਰਨਾ ਚਾਹੁੰਦਾ ਹੈ। ਸੋ ਅੰਗਰੇਜ਼ਾਂ ਨੇ ਕੀ ਕੀਤਾ, 1858 ਦੇ ਵਿੱਚ ਇੱਕ ਕਾਨੂੰਨ ਬਣਾਇਆ, 1858 ਦੇ ਵਿੱਚ ਇੱਕ ਕਾਨੂੰਨ ਬਣਾਇਆ, ਭਾਰਤ ਸਰਕਾਰ ਅਧੀਨਿਯਮ 1858, ਤੇ ਆਨੇ ਬਹਾਨੇ ਭਾਰਤੀ ਲੋਕਾਂ ਨੂੰ ਥੋੜੀ ਬਹੁਤੀਆਂ ਤਾਕਤਾਂ ਦੇਣ ਦੀ ਮੜੀ ਮੜੀ ਗੱਲ ਕਹੀ, ਮੜਾ ਮੜਾ ਬਹੁਤਾ ਕੋਈ ਗੱਲ ਨਹੀਂ ਹੋਈ। ਫਿਰ ਉਸ ਤੋਂ ਬਾਅਦ ਥੋੜੀ ਜੀ ਤਾਕਤ ਸਾਨੂੰ ਹੋਰ ਦਿੱਤੀ ਗਈ 1861 ਦੇ ਐਕਟ ਨਾਲ। ਉਸ ਤੋਂ ਬਾਅਦ 1892 'ਚ ਇੱਕ ਕਾਨੂੰਨ ਬਣਾਇਆ ਤੇ ਸਾਨੂੰ ਤਾਕਤਾਂ ਹੋਰ ਵਧਾਈਆਂ ਗਈਆਂ। 1909 'ਚ ਲਿਖਤ ਕਾਨੂੰਨ ਬਣਾ ਕੇ ਸਾਨੂੰ ਹੋਰ ਤਾਕਤਾਂ ਦਿੱਤੀਆਂ ਗਈਆਂ। 1919 ਦੇ ਵਿੱਚ ਫਿਰ, 1909 ਤੋਂ ਬਾਅਦ 1919, ਤੇ ਅਖੀਰ 'ਚ ਇੱਕ ਕੋਸ਼ਿਸ਼ ਕੀਤੀ ਗਈ ਭਾਰਤ ਸਰਕਾਰ ਅਧੀਨਿਯਮ 1935 ਬਣਾ ਕੇ, ਤਾਂ ਜੋ ਭਾਰਤ ਦੇ ਵਿੱਚ ਭਾਰਤੀਆਂ ਨੂੰ ਇੰਨੀਆਂ ਕੁ ਤਾਕਤਾਂ ਦੇ ਦਿੱਤੀਆਂ ਜਾਣ ਕਿ ਉਹ ਆਜ਼ਾਦੀ ਦੀ ਗੱਲ ਹੀ ਨਾ ਕਰਨ। ਭਾਰਤ ਦੀ ਸੰਘਰਸ਼ ਕਰਨ ਵਾਲੀ ਜਨਤਾ ਜਿਹੜੀ ਆ, ਉਹ ਸੰਘਰਸ਼ ਕਰ ਰਹੀ ਸੀ ਅੰਗਰੇਜ਼ਾਂ ਤੋਂ, ਹੱਕ ਹਕੂਕ ਮੰਗ ਰਹੀ ਸੀ। ਅੰਗਰੇਜ਼ ਹਕੂਮਤ ਤਾਕਤਾਂ ਤਾਂ ਵਧਾ ਰਹੀ ਸੀ, ਪਰ ਸਿੱਧੇ ਤੌਰ ਤੇ ਸਾਨੂੰ ਤਾਕਤਾਂ ਨਹੀਂ ਸੀ ਦੇ ਰਹੀ। ਤੇ ਸਾਨੂੰ ਇਹ ਗੱਲ ਦਾ ਅਹਿਸਾਸ ਹੋ ਗਿਆ ਕਿ ਅੰਗਰੇਜ਼ਾਂ ਨੇ ਜੋ ਲਿਖ ਕੇ ਸਾਨੂੰ ਦਿੱਤਾ ਹੈ, ਸਾਨੂੰ ਉਹ ਦਿੱਤਾ ਉਹਨਾਂ ਨੇ, ਬੇਸ਼ੱਕ ਉਹਨਾਂ ਨੇ ਸਾਨੂੰ ਥੋੜਾ ਲਿਖ ਕੇ ਦਿੱਤਾ ਹੈ। ਇਟ ਮੀਨਸ ਭਾਰਤ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਯੋਧਿਆਂ ਨੂੰ ਇੱਕ ਗੱਲ ਪਤਾ ਲੱਗ ਗਿਆ ਕਿ ਜੇ ਅਸੀਂ ਚਾਹੁੰਦੇ ਹਾਂ ਨਾ ਕਿ ਆਉਣ ਵਾਲੇ ਸਮੇਂ 'ਚ ਭਾਰਤ ਚੰਗੇ ਤਰੀਕੇ ਨਾਲ ਸ਼ਾਸਨ ਕਰ ਸਕੇ, ਇੱਕ ਲਿਖੇ ਹੋਏ ਸੰਵਿਧਾਨ ਦੀ ਵੈਲਿਊ ਜ਼ਰੂਰ ਆ। ਬੇਸ਼ੱਕ ਅੰਗਰੇਜ਼ਾਂ ਨੇ ਸਾਨੂੰ ਬਹੁਤ ਥੋੜਾ ਲਿਖ ਕੇ ਦਿੱਤਾ, ਪਰ ਲਿਖੀ ਹੋਈ ਚੀਜ਼ ਤੋਂ ਮੁਨਕਰ ਹੋਣਾ ਬਹੁਤ ਔਖਾ ਹੈ। ਇਹ ਹੁਣ ਰਾਜਸ਼ਾਹੀ ਨਹੀਂ ਕਿ ਜਿੱਥੇ ਰਾਜੇ ਰਾਜ ਕਰਨਗੇ, ਇਹ ਲੋਕਤੰਤਰ ਆ। ਇੱਥੇ ਲਿਖੇ ਹੋਏ ਸੰਵਿਧਾਨ ਦੀ ਕਦਰ ਜ਼ਰੂਰ ਹੋਊਗੀ, ਲੋਕ ਵੀ ਲਿਖੇ ਹੋਏ ਸੰਵਿਧਾਨ ਦੇ ਮੁਤਾਬਕ ਗਰੰਟੀਆਂ ਮੰਗਣਗੇ। ਇਟ ਮੀਨਸ ਆਜ਼ਾਦੀ ਦੀ ਲੜਾਈ ਦੇ ਵਿੱਚ ਇੱਕ ਮੰਗ ਹੋਰ ਜੁੜ ਗਈ, ਕੀ ਭਲਾ? ਸੰਵਿਧਾਨ ਲਿਖਣ ਲਈ ਸੰਵਿਧਾਨ ਸਭਾ, ਅੰਗਰੇਜ਼ੀ 'ਚ ਕਹਿੰਦੇ ਆ ਕੰਸਟੀਟੂਐਂਟ ਅਸੈਂਬਲੀ, ਤੇ ਇੱਕ ਰਿਟਨ ਕੰਸਟੀਟਿਊਸ਼ਨ, ਲਿਖਿਆ ਹੋਇਆ ਸੰਵਿਧਾਨ। ਇਹ ਭਾਰਤ ਨੇ ਜਾਂ ਭਾਰਤੀ ਲੋਕਾਂ ਨੇ ਆਪਣੀ ਆਜ਼ਾਦੀ ਦੀ ਲੜਾਈ ਦੇ ਵਿੱਚ ਇੱਕ ਨਵੀਂ ਚੀਜ਼ ਜੋੜਤੀ। ਹੁਣ ਤੁਸੀਂ ਸਮਝ ਲਓ ਕਿ ਭਾਰਤ ਦੇ ਲੋਕਾਂ ਨੇ 1920-22 ਤੋਂ ਬਾਅਦ, ਜਦੋਂ ਭਾਰਤ 'ਚ ਬਹੁਤ ਜ਼ਿਆਦਾ ਰਾਸ਼ਟਰੀ ਚੇਤਨਾ ਉੱਚ ਪੱਧਰ ਤੇ, ਕਹਿ ਲਓ ਕਿ ਥੋੜੀ ਬਹੁਤੀ ਭਾਰਤ ਦੇ ਲੋਕਾਂ 'ਚ ਚੇਤਨਾ ਜਾਗ ਗਈ, ਤਾਂ ਭਾਰਤ ਦੇ ਲੋਕਾਂ ਨੇ ਆਪਣੇ ਲਈ ਵੱਖਰਾ ਲਿਖਿਆ ਹੋਇਆ ਸੰਵਿਧਾਨ ਅੰਗਰੇਜ਼ਾਂ ਤੋਂ ਕਿਉਂ ਮੰਗਿਆ? ਕਹਾਣੀ ਸਮਝ ਆ ਰਹੀ ਹੈ ਨਾ? ਸੋ ਇਹੀ ਕਾਰਨ ਸੀ ਕਿ ਭਾਰਤ ਸਰਕਾਰ, ਭਾਰਤ ਦੇ ਲੋਕ ਜੋ ਆਜ਼ਾਦੀ ਦੀ ਲੜਾਈ ਦਾ ਸੰਘਰਸ਼ ਕਰ ਰਹੇ ਸੀ, ਉਹਨਾਂ ਨੇ ਅੰਗਰੇਜ਼ਾਂ ਤੋਂ ਲਿਖੇ ਹੋਏ ਸੰਵਿਧਾਨ ਦੀ ਮੰਗ ਕੀਤੀ। ਖੈਰ, ਹੁਣ ਬਹੁਤ ਲੋਕ ਕਿਤਾਬਾਂ 'ਚ ਇਹ ਲਿਖਿਆ ਉਹ ਲਿਖਿਆ, ਆਖਿਰ ਕਿੱਥੋਂ ਸੰਵਿਧਾਨ ਦੀ ਮੰਗ ਦੀ ਸ਼ੁਰੂਆਤ ਹੋਈ ਹੈ, ਇਹ ਵੀ ਬਹੁਤ ਜ਼ਰੂਰੀ ਹੈ। ਭਾਰਤੀਆਂ ਨੇ ਅੰਗਰੇਜ਼ਾਂ ਤੋਂ ਹੀ ਸਿੱਖਿਆ ਕਿ ਸਾਨੂੰ ਇੱਕ ਲਿਖਤ ਸੰਵਿਧਾਨ ਚਾਹੀਦਾ ਹੈ। ਹੁਣ ਸਮਝੋ ਕਿ ਆਖਿਰ ਲਿਖਤ ਸੰਵਿਧਾਨ ਨੂੰ ਲੈ ਕੇ ਪਹਿਲੀ ਵਾਰ ਮੰਗੀ ਕਿਹਨਾਂ ਨੇ ਆ? ਕਹਿੰਦੇ ਆ ਕਾਂਗਰਸ ਵਿੱਚੋਂ ਹੀ ਇੱਕ ਧੜਾ 1922 'ਚ ਅੱਡ ਹੋਇਆ ਸੀ। ਕਾਂਗਰਸ ਸਾਡੇ ਦੇਸ਼ 'ਚ ਇੱਕ ਅਜਿਹੀ ਰਾਜਨੀਤਿਕ ਪਾਰਟੀ ਆ, ਕਾਂਗਰਸ ਇਜ਼ ਅ ਟਾਈਪ ਆਫ ਪੋਲੀਟੀਕਲ ਪਾਰਟੀ, ਜਿਸ ਦਾ ਮੇਨ ਮਕਸਦ ਭਾਰਤ ਦੇ ਵਿੱਚ ਆਜ਼ਾਦੀ ਲਈ ਸੰਘਰਸ਼ ਕਰਨਾ ਸੀ। 1885 1885 'ਚ ਜਦੋਂ ਇਹ ਰਾਜਨੀਤਿਕ ਦਲ ਇਹ ਪੋਲੀਟੀਕਲ ਪਾਰਟੀ ਬਣਦੀ ਹੈ, ਤਾਂ ਇਸ ਦਾ ਉਸ ਵੇਲੇ ਮੇਨ ਮੋਟਿਵ ਸਿਰਫ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ 'ਚੋਂ ਆਜ਼ਾਦ ਕਰਾਉਣਾ ਸੀ। 1920 ਤੱਕ ਜਾਂਦੇ ਜਾਂਦੇ ਕਾਂਗਰਸ ਨੇ ਬਹੁਤ ਵੱਡੇ ਵੱਡੇ ਮੋਰਚੇ ਲਾਏ, ਤੇ ਨਾ ਫਰਮਾਨੀ ਅੰਦੋਲਨ, ਮੀਨਸ ਕਿ ਨਾ ਮਿਲਵਰਤਨ ਅੰਦੋਲਨ, ਨੌਨ ਕੋਪਰੇਸ਼ਨ ਮੂਵਮੈਂਟ 1920 'ਚ ਜੋ ਸ਼ੁਰੂ ਕੀਤਾ, ਉਹ ਇੱਕ ਸਭ ਤੋਂ ਵੱਡੀ ਜੀਂਦੀ ਜਾਗਦੀ ਇਗਜ਼ਾਮਪਲ ਆ।
1922 ਚ ਅਸਹਿਯੋਗ ਅੰਦੋਲਨ ਜਾਂ ਨਾ ਮਿਲਵਰਤਨ ਅੰਦੋਲਨ ਜਿਹਨੂੰ ਅਸੀਂ ਨਾਨ ਕੋਆਪਰੇਸ਼ਨ ਮੂਵਮੈਂਟ ਵੀ ਕਹਿ ਦਿੰਨੇ ਆ, ਉਹਦੇ ਫੇਲ ਹੋਣ ਤੋਂ ਬਾਅਦ ਕਾਂਗਰਸ ਨੂੰ ਇੱਕ ਬੜਾ ਤਗੜਾ ਝਟਕਾ ਲੱਗਿਆ। ਕਾਂਗਰਸ ਦੇ ਵਿੱਚੋਂ ਇੱਕ ਰਾਜਨੀਤਿਕ ਦਲ ਕਾਂਗਰਸ ਸਵਰਾਜ ਪਾਰਟੀ ਟੁੱਟ ਕੇ ਅੱਡ ਹੋ ਗਿਆ। ਮੋਤੀ ਲਾਲ ਨਹਿਰੂ ਹੋ ਗਏ ਤੇ ਇਹੋ ਉਹਨਾਂ ਦੇ ਨਾਲ ਵਿਥੋ ਭਾਈ ਪਟੇਲ, ਸੀ ਆਰ ਦਾਸ, ਇਹ ਕੁਛ ਲੋਕ ਸੀ, ਸੋਰੀ ਮੋਤੀ ਲਾਲ ਨਹਿਰੂ, ਸੀ ਆਰ ਦਾਸ, ਇਹ ਕੁਛ ਲੋਕ ਸੀ ਜਿਨ੍ਹਾਂ ਨੇ 1922-23 ਚ ਅੱਡ ਹੋ ਕੇ ਇੱਕ ਵੱਖਰੀ ਪਾਰਟੀ ਬਣਾ ਲਈ। ਕਹਿੰਦੇ ਕਿਹਾ ਜਾਂਦਾ ਹੈ, ਇਹਦਾ ਕੋਈ ਅਧਿਕਾਰਤ ਪ੍ਰਮਾਣ ਨੀਗਾ, ਕਿਹਾ ਜਾਂਦਾ ਹੈ ਕਿ ਸਵਰਾਜ ਪਾਰਟੀ ਨੇ ਪਹਿਲੀ ਵਾਰੀ ਲਿਖਤ ਸੰਵਿਧਾਨ ਸਭਾ ਦਾ ਕਨਸੈਪਟ ਅੰਗਰੇਜ਼ਾਂ ਦੇ ਸਾਹਮਣੇ ਰੱਖਿਆ ਕਿ ਸਾਨੂੰ ਸੰਵਿਧਾਨ ਸਭਾ ਚਾਹੀਦੀ ਹੈ ਜਿਹੜੀ ਸੰਵਿਧਾਨ ਲਿਖੇ, ਸਾਡੀ ਆਪਣੀ ਸੰਵਿਧਾਨ ਸਭਾ। ਖੈਰ ਉਹਨਾਂ ਵੇਲਿਆਂ 'ਚ ਹੀ 1920-21 'ਚ ਹੀ ਇੱਕ ਹੋਰ ਪੋਲੀਟੀਕਲ ਪਾਰਟੀ ਬਣੀ ਸੀ ਭਾਰਤ 'ਚ, ਉਹ ਸੀ ਕਾਮਰੇਡਾਂ ਦੀ ਪਾਰਟੀ। ਤੁਹਾਡੇ 'ਚੋਂ ਬਹੁਤੇ ਕਾਮਰੇਡਾਂ ਨੂੰ ਜਾਣਦੇ ਹੀ ਆ, ਅਸੀਂ ਕਈ ਵਾਰੀ ਕਾਮਰੇਡਾਂ ਨੂੰ ਚੰਗੇ ਜਾਂ ਮਾੜੇ ਕਹਿ ਕੇ ਬੁਲਾਉਣ ਲੱਗ ਪੈਂਦੇ ਹਾਂ ਕਿ ਕਮਿਊਨਿਸਟ ਲੋਕ ਐਵੇਂ ਦੇ ਹੁੰਦੇ ਆ। ਅਸਲ ਦੇ ਵਿੱਚ ਜੇ ਕਈਆਂ ਨੂੰ ਨਹੀਂ ਪਤਾ ਕਮਿਊਨਿਸਟਾਂ ਦਾ ਇਤਿਹਾਸ ਕੀ ਆ, 1917 ਦੇ ਵਿੱਚ ਰਸ਼ੀਆ 'ਚ ਕ੍ਰਾਂਤੀ ਲੈ ਕੇ ਆਉਣ ਵਾਲਾ ਲੈਨਿਨ ਇੱਕ ਕਮਿਊਨਿਸਟ ਲੀਡਰ ਸੀ ਅਤੇ ਉਹ ਇਹਦੇ ਵਾਸਤੇ ਆਪਣਾ ਗੁਰੂ ਕਾਰਲ ਮਾਰਕਸ ਨੂੰ ਮੰਨਦਾ ਸੀ, ਜੋ 19ਵੀਂ ਸਦੀ ਦੇ ਵਿੱਚ ਯੂਰੋਪ ਦੇ ਵਿੱਚ ਬੜੀ ਵੱਡੀ ਕ੍ਰਾਂਤੀ ਲੈ ਕੇ ਆਇਆ ਸੀ ਉਹਨਾਂ 'ਚ, ਕਾਮਿਆਂ 'ਚ, ਵਰਕਰਸ ਦੇ ਵਿੱਚ, ਜਿਹਨੇ ਕਿਹਾ ਸੀ ਕਿ ਵਰਕਰਸ ਗੁਲਾਮ ਨੇ ਅਤੇ ਆਪਣੀਆਂ ਗੁਲਾਮੀ ਦੀਆਂ ਜੰਜੀਰਾਂ ਤੋੜ ਦਿਓ। ਕਾਰਲ ਮਾਰਕਸ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਲੈਨਿਨ ਨਾਮ ਦਾ ਲੀਡਰ ਰਸ਼ੀਆ 'ਚ 1917 'ਚ ਇੱਕ ਉੱਥੋਂ ਦੀ ਰਾਜਸ਼ਾਹੀ, ਉੱਥੋਂ ਦੇ ਫਿਊਡਲ ਸਿਸਟਮ ਦੇ ਖਿਲਾਫ ਬਗਾਵਤ ਕਰਦਾ ਹੈ ਅਤੇ ਰਸ਼ੀਆ ਦੇ ਵਿੱਚ ਕਮਿਊਨਿਸਟ ਪਾਰਟੀ ਦੀ ਸਥਾਪਨਾ ਕਰਦਾ ਹੈ। ਸੋ ਪਹਿਲੀ ਵਾਰ ਦੁਨੀਆ ਦੇ ਕਿਸੇ ਦੇਸ਼ 'ਚ ਕਮਿਊਨਿਸਟ ਪਾਰਟੀ ਦੀ ਸ਼ੁਰੂਆਤ ਹੁੰਦੀ ਆ, ਇਹਨੂੰ ਕਹਿੰਦੇ ਆ ਦੁਨੀਆ 'ਚ ਕਮਿਊਨਿਜ਼ਮ ਦਾ, ਵਾਮ ਪੰਥ ਦਾ ਉਦੇ, ਰਾਈਜ਼ ਆਫ ਕਮਿਊਨਿਜ਼ਮ ਇਨ ਵਰਲਡ। ਵਾਮਪੰਥ ਕਮਿਊਨਿਜ਼ਮ ਦਾ ਮਕਸਦ ਇਹ ਹੁੰਦਾ ਹੈ ਕਿ ਦੁਨੀਆ ਦੇ ਸਾਰੇ ਅਮੀਰੋ ਆਪਣਾ ਸਾਰਾ ਧਨ ਤਿਆਗ ਦਿਓ ਅਤੇ ਗਰੀਬਾਂ 'ਚ ਵੰਡ ਦਈਏ। ਸੋਚ ਚੰਗੀ ਆ ਕਿ ਮਾੜੀ ਆ ਮੈਨੂੰ ਨਹੀਂ ਪਤਾ, ਪਰ 1917 ਦੀ ਇਸ ਰਸ਼ੀਆ ਦੀ ਕ੍ਰਾਂਤੀ ਤੋਂ ਬਾਅਦ 1921 'ਚ ਰਸ਼ੀਆ ਦੇ ਆਲੇ ਦੁਆਲੇ ਦੇ 14 ਦੇਸ਼ ਰਸ਼ੀਆ ਨੂੰ ਕਹਿੰਦੇ ਭਰਾਵਾ ਸਾਨੂੰ ਵੀ ਆਪਣੇ ਨਾਲ ਜੋੜ ਲਾ, ਅਤੇ ਉਹਨਾਂ ਦੇਸ਼ਾਂ ਦੇ ਸਮੂਹ ਨੂੰ ਦੁਨੀਆ ਨੇ ਫਿਰ 1922 'ਚ USSR ਦਾ ਨਾਮ ਦਿੱਤਾ, ਸੋਵੀਅਤ ਦਾ ਨਾਮ ਦਿੱਤਾ। ਸੋ ਇਹ ਗੱਲਾਂ ਮੈਂ ਬਾਹਲੀ ਡਿਟੇਲ 'ਚ ਨਹੀਂ ਜਾਣੀਆਂ। ਸੋ ਦੁਨੀਆ ਦੇ ਵਿੱਚ ਕਮਿਊਨਿਜ਼ਮ ਦੇ ਫੈਨ ਬਹੁਤ ਹੋ ਗਏ, ਕਾਮਰੇਡਾਂ ਦੇ ਫੈਨ ਬਹੁਤ ਹੋ ਗਏ, ਭਾਰਤ ਦੇ ਵਿੱਚ ਵੀ ਇਸੇ ਤੋਂ ਪ੍ਰਭਾਵਿਤ ਹੋ ਕੇ 1920 'ਚ ਇੱਕ ਕਮਿਊਨਿਸਟ ਪਾਰਟੀ ਆਫ ਇੰਡੀਆ ਬਣੀ, CPI। ਅੰਗਰੇਜ਼ਾਂ ਨੂੰ ਬਹੁਤ ਜ਼ਹਿਰ ਵਰਗੇ ਲੱਗਦੇ ਸੀ ਕਾਮਰੇਡ, ਭਗਤ ਸਿੰਘ ਵੀ ਵਿਚਾਰਧਾਰਾ ਤੋਂ ਕਾਮਰੇਡ ਹੀ ਸੀਗਾ ਜਾਂ ਆਪਣੇ ਸਮੇਂ ਦੇ ਨਾਲ ਨਾਲ ਉਹ ਕਾਮਰੇਡ ਹੁੰਦਾ ਗਿਆ। ਸੋ ਕਈ ਲੋਕਾਂ ਨੇ ਆਪਣੀ ਵਿਚਾਰਧਾਰਾ ਦੇ ਵਿੱਚ ਕਮਿਊਨਿਜ਼ਮ ਨੂੰ ਲਿਆਂਦਾ। ਕਮਿਊਨਿਸਟ ਪਾਰਟੀ ਆਫ ਇੰਡੀਆ ਭਾਰਤ ਦੇ ਵਿੱਚ ਵੀ ਬਣੀ, ਅੰਗਰੇਜ਼ਾਂ ਨੇ ਬਹੁਤ ਨੱਥ ਪਾਈ, ਮੇਰਠ 'ਚ ਉਹਨਾਂ ਦੇ ਬੰਦੇ ਚੱਕੇ, ਕਾਨਪੁਰ 'ਚ ਉਹਨਾਂ ਦੇ ਬੰਦੇ ਚੱਕੇ, ਠੀਕ ਆ, ਮਤਲਬ ਹਰ ਪਿਸ਼ਾਵਰ 'ਚੋਂ ਬੰਦੇ ਚੱਕ ਕੇ ਉਹਨਾਂ ਦੇ ਅਰੈਸਟ ਕੀਤੇ, ਪਰ ਉਹ ਨਹੀਂ ਟਲੇ। ਭਾਰਤ 'ਚ ਕਮਿਊਨਿਸਟ ਪਾਰਟੀ ਦੇ ਇੱਕ ਲੀਡਰ ਮਹਿੰਦਰ ਨਾਥ ਰੋਏ, MN ਰੋਏ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਵੀ 1934 'ਚ ਇਹ ਆਈਡੀਆ ਸੰਵਿਧਾਨ ਸਭਾ ਦਾ ਦਿੱਤਾ ਸੀ, ਪਰ ਕਾਂਗਰਸ ਉਹਨਾਂ ਨੂੰ ਖਾਰਜ ਕਰਦੀ ਹੈ ਕਿ ਉਹਨਾਂ ਦਾ ਆਈਡੀਆ ਨਹੀਂ ਸੀ, ਇਹ ਤਾਂ ਸਾਡੇ ਹੀ ਦਿਮਾਗ ਦੀ ਉਪਜ ਆ ਕਹਿੰਦੇ। ਕਾਂਗਰਸ ਇਹ ਦਾਅਵਾ ਕਰਦੀ ਹੈ ਕਿ 1936 'ਚ ਜਦੋਂ ਕਾਂਗਰਸ ਦਾ ਸੈਸ਼ਨ ਲਖਨਊ 'ਚ ਹੋਇਆ ਨਾ, ਉੱਥੇ ਅਸੀਂ ਕਹਿੰਦੇ ਸਾਡਾ ਹੀ ਇੱਕ ਬੰਦਾ ਸੀਗਾ VP ਕ੍ਰਿਸ਼ਨਾ ਮੈਨਨ, ਉਹਨੇ ਕਹਿੰਦੇ ਇਸ ਆਈਡੀਆ ਨੂੰ ਦੁਨੀਆ ਦੇ ਸਾਹਮਣੇ ਰੱਖਿਆ, ਤੇ ਉਸ ਤੋਂ ਬਾਅਦ ਇਹਦੇ ਤੇ ਪਹਿਲੀ ਵਾਰ ਡਿਸਕਸ਼ਨ ਕਿਸੇ ਮਹਿੰਦਰ ਨਾਥ ਰੋਏ ਨੇ ਨਹੀਂ ਕੀਤੀ, ਅਸੀਂ ਕਾਂਗਰਸੀਆਂ ਨੇ, ਨਹਿਰੂ ਸਾਹਿਬ ਨੇ 1936 ਦੇ ਵਿੱਚ ਇਹ ਮਤਾ ਲਿਆਂਦਾ ਸਭ ਤੋਂ ਪਹਿਲਾਂ। ਸੋ ਉਹਨਾਂ ਦਾ ਦਾਅਵਾ ਐਵੇਂ ਆ
ਕਿ 1936 ਦੇ ਵਿੱਚ ਕਹਿੰਦੇ ਪਹਿਲੀ ਵਾਰ ਵੀਕੇ ਕ੍ਰਿਸ਼ਨਾ ਮੈਨਨ ਨੇ 1933 'ਚ ਸੰਵਿਧਾਨ ਸਭਾ ਹੋਣੀ ਚਾਹੀਦੀ ਆ ਇਹਦਾ ਕਨਸੈਪਟ ਦਿੱਤਾ, ਤੇ ਇਹਨੂੰ ਫਿਰ ਇਸ ਬੂਟੇ ਨੂੰ ਫਲ ਲਾਇਆ ਕਾਂਗਰਸ ਨੇ ਆਪਣੇ ਅਪ੍ਰੈਲ 1936 ਦੇ ਲਖਨਊ ਸੈਸ਼ਨ 'ਚ ਜਿੱਦੀ ਪ੍ਰਧਾਨਗੀ ਨਹਿਰੂ ਨੇ ਕੀਤੀ। ਕਹਿੰਦੇ ਉਹਨਾਂ ਸਮਿਆਂ 'ਚ ਅੰਗਰੇਜ਼ ਸਾਨੂੰ ਇੱਕ ਐਕਟ ਦੇ ਰਹੇ ਸੀ, ਗੌਰਮੈਂਟ ਆਫ ਇੰਡੀਆ ਐਕਟ 1935, ਉਹਨਾਂ ਨੇ ਸਾਡੇ ਦੇਸ਼ 'ਚ ਕਾਨੂੰਨ ਬਣਾ ਕੇ ਸਾਡੀਆਂ ਤਾਕਤਾਂ ਵਧਾਈਆਂ ਸੀ, ਪਰ ਅਸੀਂ ਉਹ ਖਰਚ ਕਰਤੀਆਂ। ਅਸੀਂ ਕਿਹਾ ਸਾਨੂੰ ਨਹੀਂ ਚਾਹੀਦੀਆਂ ਤਾਕਤਾਂ, ਅਸੀਂ ਸਗੋਂ ਆਪਣੇ ਲਖਨਊ ਸੈਸ਼ਨ 'ਚ ਕਿਹਾ ਕਿ ਸਾਨੂੰ ਗੌਰਮੈਂਟ ਆਫ ਇੰਡੀਆ ਐਕਟ 1935, ਭਾਰਤ ਸਰਕਾਰ ਅਧੀਨਿਯਮ 1935 ਨਹੀਂ, ਸਾਨੂੰ ਆਪਣਾ ਸੰਵਿਧਾਨ ਲਿਖਣ ਵਾਸਤੇ ਸੰਵਿਧਾਨ ਸਭਾ ਚਾਹੀਦੀ ਹੈ। ਅਸੀਂ ਖਾਰਜ ਕੀਤੀ ਉਹਨਾਂ ਦੀ ਮੰਗ। ਉਸ ਤੋਂ ਬਾਅਦ ਕੀ ਹੋਇਆ, ਅਚਾਨਕ ਇੱਕ ਘਟਨਾਕ੍ਰਮ ਐਸਾ ਵਾਪਰਿਆ, 1939 ਦੀ ਗੱਲ ਆ, ਇੱਕ ਦੇਸ਼ ਨੇ ਦੂਜੇ ਦੇਸ਼ 'ਤੇ ਹਮਲਾ ਕਰਤਾ। ਇਹਦਾ ਕੀ ਮਤਲਬ ਆ? ਇਹਦਾ ਮਤਲਬ ਇਹ ਆ, ਇੰਡੀਆ ਤੋਂ ਬਾਹਰ ਯੂਰੋਪ 'ਚ ਇੱਕ ਘਟਨਾ ਵਾਪਰੀ, ਜਰਮਨ ਨੇ ਪੋਲੈਂਡ 'ਤੇ ਹਮਲਾ ਕਰਤਾ। ਇਹਦੇ ਨਾਲ ਆਪਣੀ ਸੰਵਿਧਾਨ ਸਭਾ ਦਾ ਕੀ ਮਤਲਬ ਆ, ਕੀ ਰਿਲੇਸ਼ਨ ਆ? ਬਹੁਤ ਵੱਡਾ ਰਿਲੇਸ਼ਨ ਆ। ਜਰਮਨ ਨੇ ਪੋਲੈਂਡ 'ਤੇ ਹਮਲਾ ਕਰਤਾ, ਪੋਲੈਂਡ ਦੇ ਬਚਾਅ ਲਈ ਆਲੇ ਦੁਆਲੇ ਤੋਂ ਦੋ ਦੇਸ਼ ਆ ਗਏ, ਇੱਕ ਪਾਸਿਓਂ ਰਸ਼ੀਆ ਨੇ ਪੋਲੈਂਡ 'ਤੇ ਹਮਲਾ ਕਰਤਾ, ਅਤੇ ਪੋਲੈਂਡ ਨੂੰ ਬਚਾਉਣ ਵਾਸਤੇ ਯੂਰੋਪ ਦੇ ਕਈ ਦੇਸ਼ ਮੈਦਾਨ 'ਚ ਆ ਗਏ, ਫਿਰ ਲੜਾਈ ਵੱਧ ਗਈ, ਇਹ ਬਣ ਗਿਆ ਦੂਜਾ ਵਿਸ਼ਵ ਯੁੱਧ। ਸਪਤੰਬਰ 1939 'ਚ ਪਤਾ ਨਹੀਂ ਕਿਉਂ, ਕਿਉਂਕਿ ਮੈਂ ਕਿਹੜਾ ਵਰਲਡ ਹਿਸਟਰੀ ਪੜ੍ਹਾ ਰਿਹਾ, ਸੈਕਿੰਡ ਵਰਲਡ ਵਾਰ ਸ਼ੁਰੂ ਹੋ ਗਈ। ਸੈਕਿੰਡ ਵਰਲਡ ਵਾਰ ਦੇ ਵਿੱਚ ਇੱਕ ਪਾਸੇ ਮਿੱਤਰ ਦੇਸ਼ ਸੀਗੇ, ਅਲਾਈਡ ਪਾਵਰ ਸੀਗੀਆਂ। ਅਲਾਈਡ ਪਾਵਰਾਂ ਦੇ ਵਿੱਚ ਕੌਣ ਕੌਣ ਸੀ ਮਿੱਤਰ ਦੇਸ਼ਾਂ 'ਚ? USA ਜਿਹੜਾ ਕਿ ਇਸ ਲੜਾਈ 'ਚ 1941 'ਚ ਆਇਆ ਸੀ, ਬ੍ਰਿਟੇਨ, ਅਤੇ ਉਸ ਤੋਂ ਬਾਅਦ ਫਰਾਂਸ, ਅਤੇ ਉਸ ਤੋਂ ਬਾਅਦ USSR। ਚਾਈਨਾ ਵੀ ਸੀ, ਪਰ ਚਾਈਨਾ ਤਾਂ ਕੋਈ ਸਿੱਧਾ ਸੰਬੰਧ ਨਹੀਂ ਸੀ। USSR ਵੀ ਪਹਿਲਾਂ 1939 'ਚ ਜਦੋਂ ਲੜਾਈ ਸ਼ੁਰੂ ਹੋਈ ਤਾਂ ਅਲਾਈਡ ਪਾਵਰ ਮਿੱਤਰ ਦੇਸ਼ਾਂ ਵੱਲ ਨਹੀਂ ਸੀ, ਐਕਸਿਸ ਪਾਵਰ ਵੱਲ ਸੀ, ਪਰ ਅਗਲੇ ਸਾਲ ਉਹਨੇ ਮੈਦਾਨ ਬਦਲ ਲਿਆ। ਜਰਮਨ ਦਾ ਹਿਟਲਰ, ਅਤੇ ਇਟਲੀ ਦਾ ਮੁਸੋਲੀਨੀ, ਅਤੇ ਜਰਮਨ ਦਾ ਹਿਟਲਰ, ਅਤੇ ਜਪਾਨ ਦਾ ਹੀਰੋ ਹੀਤੋ, ਠੀਕ ਆ। ਅਤੇ ਇਹ ਤਿੰਨ ਐਕਸਿਸ ਧਰੂਵੀ ਤਾਕਤਾਂ ਸੀ, ਇਹ ਸੀਗੀਆਂ ਮਿੱਤਰ ਦੇਸ਼, ਅਲਾਈਡ ਪਾਵਰਸ। ਸੋ ਇਹ ਬਹੁਤ ਇੰਪੋਰਟੈਂਟ ਆ, ਕਹਾਣੀ ਸਮਝ ਆ ਗਈ। ਇਹ ਦੇਸ਼ਾਂ ਦੀ, ਇਹਨਾਂ ਦੇਸ਼ਾਂ ਨਾਲ ਲੜਾਈ ਹੋ ਰਹੀ ਸੀਗੀ, ਬੜਾ ਜ਼ਬਰਦਸਤ ਮਾਹੌਲ ਸੀ। ਅੰਗਰੇਜ਼ ਇੱਕ ਪਾਰਟੀ ਸੀਗੇ ਇਸ ਲੜਾਈ ਦੇ ਵਿੱਚ, ਬ੍ਰਿਟੇਨ ਵਾਲੇ, ਉਹਨਾਂ ਨੂੰ ਚਾਹੀਦੀ ਸੀ ਸੈਨਾ। ਸੈਨਾ ਉਸ ਟਾਈਮ ਤੱਕ ਭਾਰਤ ਦੀ, ਅੰਗਰੇਜ਼ਾਂ ਦੀ ਸੈਨਾ 'ਚ ਬਹੁਤ ਭਾਰਤੀ ਸੀ। ਤੁਸੀਂ ਕਹੋਗੇ ਅੰਗਰੇਜ਼ ਲੈ ਗਏ ਹੋਣਗੇ, ਨਹੀਂ, ਸਾਲ 1939 ਦਾ ਇਹ, ਦੇਸ਼ ਦੀ ਆਜ਼ਾਦੀ 'ਚ 7-8 ਸਾਲ ਰਹਿੰਦੇ ਆ ਬਸ, ਹੁਣ ਮਸਲਾ ਨੇੜੇ ਹੀ ਲੱਗਣ ਵਾਲਾ ਹੈ। ਇਹਨਾਂ 7-8 ਸਾਲਾਂ ਦੇ ਵਿੱਚ ਦੇ ਨੇੜੇ ਵਕਫੇ ਦਾ ਕੀ ਮਤਲਬ ਬਣਦਾ ਹੈ? ਮਤਲਬ ਇਹ ਬਣਦਾ ਹੈ ਕਿ ਹੁਣ ਤੱਕ ਭਾਰਤੀ ਫੌਜੀ ਭਾਰਤ ਦੇ ਫਰੀਡਮ ਫਾਈਟਰਸ ਦੇ ਪ੍ਰਭਾਵ 'ਚ ਬਹੁਤ ਸੀ। ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਫੌਜੀਆਂ ਨੇ ਇਸ ਕਰਕੇ ਨਾ ਕਰਤੀ ਕਿ ਭਾਰਤ ਦੀਆਂ ਸੰਘਰਸ਼ ਕਰਨ ਵਾਲੀਆਂ ਪੋਲੀਟੀਕਲ ਪਾਰਟੀਆਂ, ਕਾਂਗਰਸ, ਮੁਸਲਿਮ ਲੀਗ, ਇਹਨਾਂ ਨੇ ਬਹੁਤੀ ਹਾਮੀ ਨਹੀਂ ਭਰੀ ਫੌਜੀਆਂ ਨੂੰ ਕਿ ਜਾਓ ਅੰਗਰੇਜ਼ਾਂ ਵੱਲੋਂ ਲੜ ਕੇ ਆਓ। ਇਹ ਵੀ ਇੱਕ ਬਹੁਤ ਵੱਡਾ ਕਾਰਨ ਸੀ ਕਿ ਭਾਰਤੀ ਲੋਕਾਂ ਨੇ ਅੰਗਰੇਜ਼ਾਂ ਦੀ ਦੂਜੇ ਵਿਸ਼ਵ ਯੁੱਧ 'ਚ ਮਦਦ ਨਹੀਂ ਕੀਤੀ। ਲਓ ਜੀ, ਅੰਗਰੇਜ਼ ਹੁਣ ਅੰਗਰੇਜ਼ ਨੂੰ ਪਤਾ ਲੱਗ ਗਿਆ, ਅੰਗਰੇਜ਼ ਕੀ ਕਰਨ ਲੱਗ ਪਏ, ਹੁਣ ਭਾਰਤ ਦੀਆਂ ਪੋਲੀਟੀਕਲ ਪਾਰਟੀਆਂ 'ਤੇ ਡੋਰੇ ਪਾਉਣ ਲੱਗ ਪਏ ਕਿ ਮੰਨ ਜਾਓ, ਮੰਨ ਜਾਓ, ਮੰਨ ਜਾਓ। ਉਹਨਾਂ ਵੇਲਿਆਂ ਦੇ ਵਿੱਚ ਜਿਹੜਾ ਭਾਰਤ 'ਚ ਅੰਗਰੇਜ਼ ਅਫਸਰ ਸੀ ਉਹਦਾ ਨਾਮ ਸੀ ਲਿੰਗਦੋ। ਲਿੰਗਦੋ ਨੇ ਕੀ ਕੀਤਾ, ਗੌਰ ਫਰਮਾਇਓ, ਲਿੰਗਦੋ ਨੇ ਕੀ ਕੀਤਾ, ਅਗਸਤ 1940 'ਚ ਇੱਕ ਆਫਰ ਭਾਰਤੀਆਂ ਨੂੰ ਦੇਤਾ ਕਿ ਆਹ ਜੋੜੇ ਤੁਹਾਡੇ ਅੱਗੇ ਹੱਥ, ਅਸੀਂ ਸੰਵਿਧਾਨ ਸਭਾ ਬਣਾਵਾਂਗੇ, ਸੰਵਿਧਾਨ ਸਭਾ ਬਣਾ ਕੇ ਉੱਥੇ ਸੰਵਿਧਾਨ ਲਿਖਿਆ ਜਾਊਗਾ, ਕੁਛ ਇੰਡੀਅਨਸ ਵੀ ਹੋਣਗੇ। ਲਓ ਜੀ, ਇੰਨੀ ਗੱਲ ਕਹਿਤੀ, ਭਾਰਤ ਵਾਲੇ ਕਹਿੰਦੇ ਕਿ ਇਹ ਥੋੜ੍ਹਾ ਗੱਲ ਬਣਦੀ ਆ, ਸੰਵਿਧਾਨ ਸਭਾ ਦੇ ਵਿੱਚ ਇੰਡੀਅਨਸ ਹੋਣਗੇ ਸਾਰੇ,
ਮਤਲਬ ਉਹਨੇ ਕੋਈ ਕਲੈਰਿਟੀ ਨਹੀਂ ਦਿੱਤੀ, ਉਹਨੇ ਕਿਹਾ ਕਿ ਸੰਵਿਧਾਨ ਸਭਾ ਬਣਾਵਾਂਗੇ ਜਿਹੜੀ ਸੰਵਿਧਾਨ ਬਣਾਊਗੀ। ਬਈ ਇਹਨਾਂ ਨੂੰ ਗੁੱਸਾ ਚੜ ਗਿਆ ਕਿ ਇਹ ਤਾਂ ਦੱਸਿਆ ਨਹੀਂ ਕਿ ਸੰਵਿਧਾਨ ਸਭਾ 'ਚ ਇੰਡੀਅਨ ਹੋਣਗੇ, ਕਿੰਨੇ ਹੋਣਗੇ, ਕੀ ਹਿਸਾਬ ਕਿਤਾਬ ਹੋਊਗਾ। ਸੋ ਲਿੰਗਦੋ ਦੇ ਆਫਰ ਨੂੰ ਰਿਜੈਕਟ ਕਰਤਾ ਸੀ। ਉਸ ਤੋਂ ਬਾਅਦ ਭਾਰਤੀਆਂ ਨੇ ਕੀ ਕੀਤਾ, ਲਿੰਗਦੋ ਦੇ ਆਫਰ ਨੂੰ ਰਿਜੈਕਟ ਕਰਕੇ ਇਹਨਾਂ ਨੇ ਸੱਤਿਆਗ੍ਰਹਿ ਸ਼ੁਰੂ ਕਰਤੇ। ਮੈਂ ਹਿਸਟਰੀ ਤਾਂ ਪੜ੍ਹਾ ਨਹੀਂ ਰਿਹਾ, ਬਾਹਲੀ ਡਿਟੇਲ 'ਚ ਨਹੀਂ ਜਾਂਦਾ। ਖੈਰ, ਅੰਗਰੇਜ਼ ਫਿਰ ਡਰ ਗਏ। ਅੰਗਰੇਜ਼ਾਂ ਨੇ ਆਪਣਾ ਇੱਕ ਕੈਬਿਨੇਟ ਰੈਂਕ ਦਾ ਮੰਤਰੀ, ਸੋਚ ਕੇ ਦੇਖੋ ਕੈਬਿਨੇਟ ਮੰਤਰੀ ਕਿੱਡੇ ਉੱਚੇ ਦਰਜੇ ਦੇ ਹੁੰਦੇ ਆ, ਸਭ ਤੋਂ ਉੱਪਰਲੇ ਵਰਗ ਦੇ ਮੰਤਰੀ, ਇੱਕ ਕੈਬਿਨੇਟ ਮੰਤਰੀ ਸਟੈਫਰਡ ਕ੍ਰਿਪਸ ਭਾਰਤ ਭੇਜਿਆ। ਉਸ ਵੇਲੇ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀਗਾ ਚਰਚਿਲ। ਉਹ ਕਹਿੰਦਾ ਯਾਰ ਇਹਨਾਂ ਨੂੰ ਮਨਾ ਕੇ ਆ ਜਿਵੇਂ ਮੰਨਦੇ ਆ, ਤਾਂ ਹੁਣ ਦੇਖੋ ਕੀ ਹੋਇਆ। ਕ੍ਰਿਪਸ ਭਾਰਤ ਪਹੁੰਚਿਆ, ਉਹਨੇ ਭਾਰਤ ਦੇ ਸਾਰੇ ਲੀਡਰਾਂ ਨਾਲ ਗੱਲ ਕੀਤੀ, ਮੁਸਲਮਾਨਾਂ ਦੀ ਨੁਮਾਇੰਦਗੀ ਕਰ ਰਹੇ ਜਿਨ੍ਹਾਂ ਨਾਲ ਗੱਲ ਕੀਤੀ, ਸਿੱਖਾਂ ਦੀ ਉਸ ਟਾਈਮ ਨੁਮਾਇੰਦਗੀ ਕਰ ਰਿਹਾ ਸੀ ਬਲਦੇਵ ਸਿੰਘ, ਪੇਪਰਾਂ 'ਚ ਆ ਜਾਂਦਾ ਹੈ, ਉਹਦੇ ਨਾਲ ਉਹਦੇ ਨਾਲ ਗੱਲ ਕੀਤੀ। ਹਿੰਦੂਆਂ ਦੀ ਨੁਮਾਇੰਦਗੀ ਕਰ ਰਹੀ ਕਾਂਗਰਸ, ਗਾਂਧੀ ਹੁਣੀ। ਗਾਂਧੀ ਜੀ ਨੇ ਤੇ ਅੱਕ ਕੇ ਕਹਿਤਾ ਕਿ ਜੋ ਆਫਰ ਕ੍ਰਿਪਸ ਨੇ ਦਿੱਤਾ ਹੈ ਇਹ ਕੀ ਆ ਕਿਤੇ, ਇਹ ਵੀ ਤਾਂ ਅਗਸਤ ਆਫਰ ਵਰਗਾ ਆਫਰ ਹੀ ਆ, ਥੋੜੀਆਂ ਜਿਹੀਆਂ ਗੱਲਾਂ ਵਧਾਤੀਆਂ ਕਿ ਸੰਵਿਧਾਨ ਸਭਾ ਬਣੂਗੀ, ਬਹੁਤਾਤ ਇੰਡੀਅਨ ਹੋਣਗੇ, ਕਿੰਨੇ ਹੋਣਗੇ, ਸਾਨੂੰ ਤੇ ਆਪਣੀ ਸੰਵਿਧਾਨ ਸਭਾ ਚਾਹੀਦੀ ਹੈ ਐਕਸਕਲੂਸਿਵਲੀ ਇੰਡੀਅਨਸ ਦੀ, ਜੇ ਚ ਅਸੀਂ ਬਹਿ ਕੇ ਆਪਣਾ ਸੰਵਿਧਾਨ ਲਿਖੀਏ। ਇਹ ਤਾਂ ਕਹਿੰਦੇ ਹੁਣ ਪੋਸਟ ਡੇਟਡ ਚੈੱਕ ਵਰਗੇ ਆਏ, ਜਿਹੜਾ ਚੈੱਕ ਲਾਇਆ ਤੇ ਮੀਨ ਟਾਈਮ ਲੰਘ ਗਿਆ। ਇਹ ਮੰਗ ਤਾਂ ਤੁਸੀਂ ਸਾਡੀ 1920-25 'ਚ ਸਾਨੂੰ ਦਿੰਦੇ, ਅਸੀਂ ਉਦੋਂ ਮੰਨ ਲੈਂਦੇ ਤੁਹਾਡੀ ਗੱਲ, ਹੁਣ ਨਹੀਂ ਇਹ ਗੱਲ ਮੰਨਦੇ। ਭਾਰਤ ਵਾਲਿਆਂ ਨੇ ਕ੍ਰਿਪਸ ਮਿਸ਼ਨ ਰਿਜੈਕਟ ਕਰਤਾ ਤੇ ਭਾਰਤ 'ਚ ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕਰਤੀ, ਅੰਗਰੇਜ਼ੋ ਭਾਰਤ ਛੱਡੋ। ਅੰਗਰੇਜ਼ ਖਾਲੀ ਹੱਥ ਵਾਪਸ ਚਲੇ ਗਏ ਭਾਰਤ 'ਚ, ਭਾਰਤ ਦੇ ਭਾਰਤੀ ਲੋਕ ਸੰਘਰਸ਼ ਦੇ ਰਾਹ ਤੇ, ਉਧਰੋਂ ਦੂਜਾ ਵਿਸ਼ਵ ਯੁੱਧ ਚੱਲ ਰਿਹਾ ਹੈ। ਆਖਰਕਾਰ 1945 'ਚ ਜਾ ਕੇ ਸੈਕਿੰਡ ਵਰਲਡ ਵਾਰ ਖਤਮ ਹੋ ਗਈ। ਤੁਸੀਂ ਹੈਰਾਨ ਹੋਵੋਗੇ ਇਹ ਗੱਲ ਸੁਣ ਕੇ ਕਿ ਸੈਕਿੰਡ ਵਰਲਡ ਵਾਰ 'ਚ USA, ਬ੍ਰਿਟੇਨ, ਫਰਾਂਸ, USSR ਇਹ ਜਿੱਤ ਗਏ। ਬਈ ਬੜੀ ਘੈਂਟ ਗੱਲ ਆ, ਜਿੱਤ ਗਏ। ਜਦੋਂ 1945 'ਚ ਇਹ ਧੜਾ ਜਿੱਤ ਗਿਆ, ਤੁਸੀਂ ਕਹੋਗੇ ਹੁਣ ਤਾਂ ਅੰਗਰੇਜ਼ਾਂ ਦੇ ਬ੍ਰਿਟੇਨ ਦੇ ਵਾਰੇ ਨਿਆਰੇ ਹੋ ਗਏ ਹੋਣਗੇ। ਬਈ ਅੰਗਰੇਜ਼ ਤਾਂ ਜਿੱਤ ਗਏ ਇਸ ਲੜਾਈ 'ਚ, ਸੈਕਿੰਡ ਵਰਲਡ ਵਾਰ 'ਚ। ਉਸ ਤੋਂ ਬਾਅਦ ਉਹਨਾਂ ਨੇ ਨਾ ਤਾਂ ਸਾਡੀ ਸੰਵਿਧਾਨ ਸਭਾ ਦੀ ਮੰਗ ਮੰਨੀ ਆ, ਕੁਛ ਵੀ ਨਹੀਂ ਕਰਨਾ ਪਿਆ ਕਿਉਂਕਿ ਉਹਨਾਂ ਨੇ ਸਾਡੇ ਤੋਂ ਫੌਜੀ ਮੰਗੇ ਸੀ, ਅਸੀਂ ਦਿੱਤੇ ਨਹੀਂ। ਭਾਰਤ ਵਾਲਿਆਂ ਨੇ ਬਹੁਤ ਹੀ ਰਿਸਪੌਂਡ ਕੀਤਾ ਨਹੀਂ ਅੰਗਰੇਜ਼ਾਂ ਨੂੰ, ਤੇ ਇਹਦੇ ਕਰਕੇ ਅੰਗਰੇਜ਼ ਜਿਹੜੇ ਆ ਹੁਣ ਭਾਰਤ 'ਚੋਂ ਨਹੀਂ ਜਾਣਗੇ। ਪਰ ਕਹਿੰਦੇ ਆ ਨਾ ਕਿ ਸ਼ਾਹ ਮੁਹੰਮਦ ਦਾ ਜੰਗਨਾਮਾ ਪੜ੍ਹੀਏ ਕਿ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਉਹੀ ਬਣੀ ਅੰਗਰੇਜ਼ਾਂ ਨਾਲ। ਇਸ ਲੜਾਈ ਦੇ ਵਿੱਚ ਅੰਗਰੇਜ਼ਾਂ ਦਾ ਇੰਨਾ ਨੁਕਸਾਨ ਹੋਇਆ, ਇੰਨਾ ਨੁਕਸਾਨ ਹੋਇਆ ਕਿ ਜਦੋਂ 1945 ਦੇ ਵਿੱਚ ਇੰਗਲੈਂਡ 'ਚ ਵੋਟਾਂ ਪਈਆਂ ਨਾ ਨਵੇਂ ਪ੍ਰਧਾਨ ਮੰਤਰੀ ਨੂੰ ਚੁਣਨ ਦੀਆਂ, ਜਿਸ ਚਰਚਿਲ ਨਾਮ ਦੇ ਪ੍ਰਧਾਨ ਮੰਤਰੀ ਨੇ ਇੰਗਲੈਂਡ ਨੂੰ ਦੂਜਾ ਵਿਸ਼ਵ ਯੁੱਧ ਜਿਤਾਇਆ ਸੀ, ਵੋਟਾਂ 'ਚ ਹਾਰ ਗਿਆ। ਲੋਕ ਇੰਨੇ ਦੁਖੀ ਸੀ ਲੜਾਈ ਤੋਂ, ਕਿਹੜੀ ਜਿੱਤ ਹੋਈ ਯਾਰੇ, ਇਹੋ ਜੀ ਜਿੱਤ ਦਾ ਕੀ ਫਾਇਦਾ ਜਿਹੜੀ ਜਿੱਤ ਤੋਂ ਬਾਅਦ ਲੋਕ ਉੱਜੜ ਜਾਣ, ਮਰਦਾਂ ਦੇ ਮਰਦ ਮਰ ਗਏ, ਘਰ ਉੱਜੜ ਗਏ, ਬਿਲਡਿੰਗਾਂ ਢਹਿ ਗਈਆਂ, ਇੰਨਾ ਜ਼ਿਆਦਾ ਨੁਕਸਾਨ, ਲੋਕ ਕਰਜ਼ਿਆਂ 'ਚ ਆ ਗਏ, ਬੁਰਾ ਹਾਲ ਹੋ ਗਿਆ ਲੋਕਾਂ ਦਾ। ਲੋਕਾਂ ਨੇ ਲੇਬਰ ਪਾਰਟੀ ਜਿਤਾਤੀ ਤੇ ਕਲੈਮਟ ਐਟਲੀ ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬਣੇ, ਜਿਹੜੇ ਉਦੋਂ ਵੀ ਪ੍ਰਧਾਨ ਮੰਤਰੀ ਸੀ ਜਦੋਂ ਭਾਰਤ ਆਜ਼ਾਦ ਹੋਇਆ। 1945 ਦੀਆਂ ਚੋਣਾਂ 'ਚ ਕਲੈਮਟ ਐਟਲੀ ਦੀ ਲੇਬਰ ਪਾਰਟੀ ਜਿੱਤ ਗਈ। ਮੇਰੇ ਬੋਲੇ ਹੋਏ ਬੋਲਾਂ ਨੂੰ ਨੋਟ ਕਰਦੇ ਰਹੋ ਨਾਲ, ਪਤਾ ਨਹੀਂ ਕਿਹੜੀ ਚੀਜ਼ ਕਦੋਂ ਪੇਪਰ 'ਚ ਆ ਜਾਏ, ਤੇ ਇਸ ਲੈਕਚਰ 'ਚ ਇੰਨੀ ਕੁ ਡਿਟੇਲਿੰਗ ਹੋਊਗੀ ਨਾ, ਇੰਨੀ ਕੁ ਜ਼ਿਆਦਾ ਡਿਟੇਲਿੰਗ ਕਿ ਬਸ ਰਹੇ ਰੱਬ ਦਾ ਨਾਮ। ਹਰ ਇੱਕ ਫੈਕਟ ਤੁਸੀਂ ਦੇਖੋਗੇ ਕਿ ਯਾਰ ਤੁਸੀਂ ਇਹ ਮੇਕਿੰਗ ਆਫ ਕਨਸਟੀਟਿਊਸ਼ਨ ਤਾਂ ਪਹਿਲਾਂ ਵੀ ਬੜੀ ਵਾਰ ਪੜ੍ਹਿਆ ਹੈ, ਪਰ ਇਸ ਵਾਰ ਇੰਨੇ ਜ਼ਿਆਦਾ ਐਡੀਸ਼ਨਲ ਫੈਕਟ ਸੀ ਕਿ ਲਿਖਦੇ ਵੀ ਥੱਕ ਗਏ। ਬਹੁਤ ਤਾਂ ਮੈਂ ਨੋਟਸ 'ਚ ਲਿਖ ਲਿਆ ਹੋਊਂਗਾ, ਜਿਹੜੇ ਕਿ ਤੁਹਾਨੂੰ ਨਵੀਆਂ ਅਪਡੇਟਡ ਬੁੱਕਸ ਮਿਲਣਗੀਆਂ। ਤੁਹਾਨੂੰ ਪਤਾ ਹੀ ਆ ਕਿ ਆਪਣਾ ਕੋਰਸ ਕਦੇ ਵੀ ਨਹੀਂ ਰੁਕਦਾ,
ਜਿੰਨਾ ਚਿਰ ਤੁਹਾਡਾ ਕੋਰਸ ਸਾਡੇ ਕੋਲ ਰਹੂਗਾ ਓਨਾ ਅਪਡੇਟਡ ਕੰਟੈਂਟ ਕਦੀ ਕੋਰਸ ਦੇ ਰੂਪ ਦੇ ਵਿੱਚ, ਕਦੀ ਮੈਰਾਥਨਸ ਦੇ ਰੂਪ ਦੇ ਵਿੱਚ, ਕਦੀ ਡਿਟੇਲਡ ਲੈਕਚਰਸ ਦੇ ਰੂਪ ਦੇ ਵਿੱਚ, ਕਦੀ MCQs ਦੇ ਫਾਰਮ ਦੇ ਵਿੱਚ, ਕਦੀ ਗਰੁੱਪ ਸੀ ਲੈਵਲ ਦੇ ਟੈਸਟ, ਗਰੁੱਪ ਬੀ ਲੈਵਲ ਦੇ ਟੈਸਟ, ਇੰਨੇ ਲੈਵਲ ਦੇ ਟੈਸਟ, ਕੋਈ ਚੀਜ਼ ਵੀਡੀਓ ਡਿਸਕਸ਼ਨ 'ਚ, ਇੰਨਾ ਕੁ ਖਜ਼ਾਨਾ ਭਰ ਜੂਗਾ ਕਿ ਬਸ ਜਿਹੜੇ ਬੰਦੇ ਨੇ ਇੱਕ ਵਾਰੀ ਇਨਰੋਲਮੈਂਟ ਕਰਾਈ ਹੋਈ ਆ, ਚਾਹੇ ਆਫਲਾਈਨ ਚਾਹੇ ਆਨਲਾਈਨ, ਕੰਟੈਂਟ ਤਸੱਲੀ ਬਖਸ਼ ਹੋ ਜਾਏ ਯਾਰ। ਬੈਕ ਟੂ ਦੀ ਬੇਸਿਕਸ ਆ ਜਾਓ। ਕਹਿੰਦੇ ਭਾਰਤੀਆਂ ਨੇ ਅਗਸਤ ਆਫਰ ਰਿਜੈਕਟ ਕਰਤਾ, ਉਸ ਤੋਂ ਬਾਅਦ ਭਾਰਤੀਆਂ ਨੇ ਕ੍ਰਿਪਸ ਮਿਸ਼ਨ ਵੀ ਰਿਜੈਕਟ ਕਰਤਾ, ਫਿਰ ਭਾਰਤ ਦੂਜੀ ਵਿਸ਼ਵ ਯੁੱਧ ਖਤਮ ਵੀ ਹੋ ਗਈ। ਸਾਨੂੰ ਲੱਗਿਆ ਕਿ ਅੰਗਰੇਜ਼ ਸਾਡੀ ਨਹੀਂ ਮੰਨਣਗੇ, ਪਰ ਅੰਗਰੇਜ਼ਾਂ ਦਾ ਨੁਕਸਾਨ ਹੀ ਇੰਨਾ ਹੋ ਗਿਆ ਕਿ 1945 'ਚ ਉਹਨਾਂ ਨਾਲ ਤੇ ਉਹ ਬਣੀ ਕਿ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। 1946 ਦੇ ਵਿੱਚ ਫਿਰ ਇੱਕ ਬਹੁਤ ਵੱਡਾ ਘਟਨਾਕ੍ਰਮ ਹੋਇਆ। ਤੁਹਾਨੂੰ ਲੱਗਦਾ ਕਿ ਅੰਗਰੇਜ਼ ਹੁਣ ਭਾਰਤ ਤੋਂ ਜਾਣਗੇ, ਉਹ ਤਾਂ ਜਿੱਤ ਚੁੱਕੇ ਆ, ਪਰ ਨਹੀਂ। ਪਹਿਲਾ ਕਾਰਨ ਇਹ ਕਿ ਅੰਗਰੇਜ਼ਾਂ ਦਾ ਇਸ ਯੁੱਧ 'ਚ ਨੁਕਸਾਨ ਬਹੁਤ ਹੋਇਆ, 1945 'ਚ ਜਿਹੜਾ ਯੁੱਧ ਖਤਮ ਹੋਇਆ। ਕਹਿੰਦੇ ਆ ਸੈਕਿੰਡ ਵਰਲਡ ਵਾਰ ਖਤਮ ਵੀ ਹੋਈ ਨਹੀਂ ਸੀ ਰਹੀ, ਦੂਜਾ ਵਿਸ਼ਵ ਯੁੱਧ ਜਿਹਨੂੰ ਅਸੀਂ ਵਰਲਡ ਵਾਰ 2 ਕਹਿੰਦੇ ਹਾਂ, ਇਹ ਖਤਮ ਵੀ ਨਹੀਂ ਸੀ ਹੋ ਰਹੀ, ਇਹਦੀ ਪ੍ਰੋਬਲਮ ਵੀ ਇਹੀ ਸੀ। ਕਹਿੰਦੇ ਜਪਾਨ ਲੜਾਈ 'ਚ ਹਾਰ ਹੀ ਨਹੀਂ ਸੀ ਮੰਨ ਰਿਹਾ, ਜਰਮਨ ਦਾ ਹਿਟਲਰ ਮਰ ਗਿਆ, ਮੂਸੋਲੀਨੀ ਮਰ ਗਿਆ ਇਟਲੀ ਦਾ, ਪਰ ਹੀਰੋ ਹੀ ਤੋਂ ਹਾਰਨ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਆਖਰਕਾਰ USA ਨੇ ਜਪਾਨ ਦੇ ਦੋ ਸ਼ਹਿਰ ਹੀਰੋਸ਼ੀਮਾ ਤੇ ਨਾਗਾਸਾਕੀ ਤੇ 6 ਅਗਸਤ ਤੇ 9 ਅਗਸਤ ਨੂੰ 2 ਐਟਮ ਬੰਬ, ਨਿਊਕਲੀਅਰ ਫੀਜ਼ਨ ਬੇਸਡ, ਠੀਕ ਆ ਨਾ, 2 ਐਟਮ ਬੰਬ ਸੁੱਟੇ, ਲਿਟਲ ਬੁਆਏ ਤੇ ਫੈਟ ਮੈਨ, ਇੱਕ 6 ਅਗਸਤ ਨੂੰ, ਇੱਕ 9 ਅਗਸਤ ਨੂੰ, ਇੱਕ ਹੀਰੋਸ਼ੀਮਾ ਤੇ ਇੱਕ ਨਾਗਾਸਾਕੀ ਤੇ। ਫੇਰ ਜਾ ਕੇ 15 ਅਗਸਤ 1945 ਨੂੰ ਜਪਾਨ ਨੇ ਸਰੰਡਰ ਕੀਤਾ, ਜਪਾਨ ਨੇ ਸਰੰਡਰ 15 ਅਗਸਤ 1947 ਨੂੰ ਕੀਤਾ ਮੰਨਿਆ, ਤੇ ਸਤੰਬਰ 'ਚ ਜਾ ਕੇ ਸਰੰਡਰ ਕੀਤਾ, ਪਰ ਜਪਾਨ 15 ਅਗਸਤ ਨੂੰ ਸਰੰਡਰ ਕਰਨ ਵਾਸਤੇ ਮੰਨ ਗਿਆ। ਇਸੇ ਕਰਕੇ ਤਾਂ ਫਿਰ 15 ਅਗਸਤ ਭਾਰਤ ਦੀ ਆਜ਼ਾਦੀ ਦੀ ਤਰੀਕ ਰੱਖੀ ਗਈ ਹੈ। ਖੈਰ ਬੈਕ ਟੂ ਦੀ ਬੇਸਿਕਸ, ਆਪਾਂ ਵਾਪਸ ਆ ਜਾਈਏ। ਸੋ ਬਹੁਤ ਔਖਾ ਦੂਜਾ ਵਿਸ਼ਵ ਯੁੱਧ ਖਤਮ ਹੋਇਆ, ਦੂਜੇ ਵਿਸ਼ਵ ਯੁੱਧ 45 'ਚ ਖਤਮ ਹੋਇਆ, ਤੇ 1946 'ਚ ਭਾਰਤ 'ਚ ਇੱਕ ਬਹੁਤ ਵੱਡਾ ਕਾਂਡ ਹੋ ਗਿਆ। ਤੁਹਾਨੂੰ ਪਤਾ ਅੰਗਰੇਜ਼ ਭਾਰਤ 'ਚ ਕਿਹਦੇ ਸਿਰ 'ਤੇ ਚੰਬਲਦੇ ਰਹੇ ਆ 200 ਸਾਲ? ਭਾਰਤ ਦੀ ਫੌਜ ਉਹਨਾਂ ਦੇ ਕਬਜ਼ੇ 'ਚ ਸੀਗੀ, ਭਾਰਤੀ ਫੌਜੀ ਅੰਗਰੇਜ਼ਾਂ ਪ੍ਰਤੀ ਵਫ਼ਾਦਾਰ ਰਹੇ ਆ। 1946 ਦੀ 18 ਫਰਵਰੀ 1946 ਦੀ 18 ਫਰਵਰੀ 1946 ਨੂੰ ਭਾਰਤ ਦੀ ਫੌਜ ਦੀ ਨੇਵੀ ਨੇ ਬਗਾਵਤ ਕਰਤੀ। ਭਾਰਤ ਦੀ ਫੌਜ ਦੀ ਨੇਵੀ ਨੂੰ ਕਿਹਾ ਜਾਂਦਾ ਸੀ ਰਿਨ, ਰਾਇਲ ਇੰਡੀਅਨ ਨੇਵੀ। 18 ਫਰਵਰੀ 1946 ਨੂੰ ਭਾਰਤ ਦੀ ਫੌਜ ਨੇ ਬਗਾਵਤ ਕਰਤੀ। ਵਾਓ, ਲੱਗ ਗਿਆ ਸਿਰੇ, ਭਾਰਤ ਦੀ ਫੌਜ ਤੋਂ ਬਾਅਦ ਏਅਰ ਫੋਰਸ, ਉਸ ਤੋਂ ਬਾਅਦ ਲੈਂਡ ਆਰਮੀ ਨੇ ਬਗਾਵਤ ਕਰਤੀ, ਅੰਗਰੇਜ਼ਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਰਦਾਰ ਪਟੇਲ ਤੇ ਮੁਹੰਮਦ ਅਲੀ ਜਿਨ੍ਹਾਂ ਨੇ ਵਿੱਚ ਪੈ ਕੇ ਜਿਹੜੇ ਹਿੰਦੂ ਤੇ ਮੁਸਲਮਾਨ ਫੌਜੀ ਮਨਾਏ, ਅੰਗਰੇਜ਼ਾਂ ਨੇ ਕਿਹਾ ਯਾਰ ਇਹਨਾਂ ਨੂੰ ਬਗਾਵਤ ਤੋਂ ਰੋਕ ਲਓ, ਅਸੀਂ ਚੱਲ ਜਾਂਦੇ ਇੰਡੀਆ 'ਚੋਂ। ਮਾਰਚ 1946 'ਚ ਅੰਗਰੇਜ਼ਾਂ ਨੇ ਕਿਹਾ ਕਿ ਇੱਥੋਂ ਤਾਂ ਨਿਕਲਣਾ ਪੈਣਾ ਹੈ। ਅੰਗਰੇਜ਼ਾਂ ਨੇ ਮਾਰਚ 1946 'ਚ ਇਹ ਫੈਸਲਾ ਕਰ ਲਿਆ ਕਿ ਐਟ ਐਨੀ ਕੋਸਟ ਇੰਡੀਆ ਨੂੰ ਆਜ਼ਾਦ ਕਰੋ ਅਤੇ ਨਿਕਲੋ ਇੱਥੋਂ। ਫਿਰ ਕੀ ਹੋਇਆ, ਮਾਰਚ 1946 'ਚ 3 ਮੈਂਬਰੀ ਵਫਦ ਭਾਰਤ ਪਹੁੰਚਿਆ। ਮਾਰਚ 1946 ਦੇ ਵਿੱਚ 3 ਮੈਂਬਰੀ ਵਫਦ ਭਾਰਤ ਪਹੁੰਚਿਆ, ਅਤੇ ਜਿਹੜਾ ਉਹ 3 ਮੈਂਬਰੀ ਵਫਦ ਭਾਰਤ ਪਹੁੰਚਿਆ ਸੀਗਾ, ਗੌਰ ਫਰਮਾਇਓ, ਉਸ 3 ਮੈਂਬਰੀ ਵਫਦ ਦੇ ਵਿੱਚ 3 ਕੈਬਿਨੇਟ ਰੈਂਕ ਦੇ ਇੰਗਲੈਂਡ ਦੇ ਮੰਤਰੀ ਭਾਰਤ ਆਏ। ਕਿਹੜੇ ਕਿਹੜੇ? ਇੱਕ ਮੰਤਰੀ ਦਾ ਨਾਮ ਸੀਗਾ ਪੈਟਰਿਕ ਲੋਰੈਂਸ, ਇੱਕ ਦਾ ਨਾਮ ਸੀ VA ਅਲੈਗਜ਼ੈਂਡਰ, ਇੱਕ ਦਾ ਨਾਮ ਸੀਗਾ ਸਟੈਫਰਡ ਕ੍ਰਿਪਸ, ਇਹ ਤਾਂ ਉਹੀ ਆ ਪੁਰਾਣੇ ਵਾਲਾ ਕ੍ਰਿਪਸ ਜਿਹੜਾ ਪਹਿਲਾਂ ਬੇਇੱਜ਼ਤੀ ਕਰਾ ਕੇ ਗਿਆ।
3 ਮੈਂਬਰੀ ਵਫਦ ਭਾਰਤ ਪਹੁੰਚਿਆ। ਇਹਨਾਂ ਨੇ ਭਾਰਤ ਦੇ ਲੀਡਰਾਂ ਨਾਲ ਗੱਲ ਕੀਤੀ ਤੇ ਭਾਰਤ ਦੇ ਲੀਡਰਾਂ ਨੂੰ ਪੁੱਛਿਆ ਕਿ ਕੀ ਚਾਹੁੰਦੇ ਹੋ। ਸਿੱਖਾਂ ਵੱਲੋਂ ਬਲਦੇਵ ਸਿੰਘ, ਹਿੰਦੂਆਂ ਵੱਲੋਂ ਕਾਂਗਰਸ ਦੇ ਵਿੱਚੋਂ ਨਹਿਰੂ ਤੇ ਗਾਂਧੀ, ਤੇ ਮੁਸਲਮਾਨਾਂ ਵੱਲੋਂ ਜਿਨ੍ਹਾਂ ਨੁਮਾਇੰਦਗੀ ਕਰ ਰਹੇ ਸੀ, ਤੇ ਹੋਰ ਛੋਟੀਆਂ ਛੋਟੀਆਂ ਸਾਊਥ ਦੀਆਂ ਪਾਰਟੀਆਂ ਵੱਲੋਂ ਹਰ ਇੱਕ ਨੇ ਨੁਮਾਇੰਦਗੀ ਕੀਤੀ। ਮੇਨ ਮਸਲਾ ਸਿੱਖਾਂ ਦਾ ਸੀ ਜੋ ਵੱਖਰਾ ਦੇਸ਼ ਚਾਹ ਰਹੀ ਸੀ, ਤੇ ਮੇਨ ਮਸਲਾ ਉਸ ਤੋਂ ਵੀ ਵੱਡਾ ਮੁਸਲਮਾਨਾਂ ਦਾ ਸੀ ਜਿਹੜੇ ਵੱਖਰਾ ਹੋਮਲੈਂਡ ਚਾਹੁੰਦੇ ਸੀ। ਸਿੱਖਾਂ ਦੀ ਮੰਗ ਕੋਈ ਬਹੁਤ ਉੱਚੀ ਮੰਗ ਨਹੀਂ ਸੀ, ਪਰ ਮੁਸਲਮਾਨ ਤਾਂ ਜਿੱਦ ਕਰਕੇ ਬਹਿ ਗਏ। ਮੁਸਲਮਾਨਾਂ ਨੇ ਤਾਂ ਕੈਬਨਿਟ ਮਿਸ਼ਨ ਅੱਗੇ ਆਪਣੇ ਦੇਸ਼ ਦਾ ਨਾਮ ਵੀ ਰੱਖਤਾ, ਕਹਿੰਦੇ ਅਸੀਂ ਪਾਕਿਸਤਾਨ ਲੈਣਾ ਹੈ। ਤੇ ਇਹ ਵੀ ਕਹਿਤਾ ਕਿ ਭਾਰਤ ਦੇ ਵਿੱਚੋਂ ਇੱਕ ਹਿੱਸਾ ਪੱਛਮ ਚੋਂ ਤੇ ਇੱਕ ਪੂਰਬ ਚੋਂ ਲਿਆ ਜਾਊਗਾ। ਅੱਜ ਦੇਖ ਰਿਹਾ ਸਾਨੂੰ ਉਹ ਸਾਰਾ ਕੁਛ। ਖੈਰ ਉਹਨਾਂ ਨੇ ਮੰਨੀ ਨਹੀਂ ਗੱਲ। ਕਹਿੰਦੇ ਕੈਬਨਿਟ ਮਿਸ਼ਨ ਪਲਾਨ ਜਿਹੜਾ 3 ਮੈਂਬਰੀ ਵਫਦ, ਉਹਦੇ ਤੇ 16 ਮਈ 1946 ਨੂੰ ਮੋਹਰ ਲੱਗ ਗਈ। ਤੇ ਉਹਨੇ ਕੀ ਮੋਹਰ ਲਾਈ? ਕਹਿੰਦੇ ਫਿਰ ਦੇਖਾਂਗੇ ਬਾਕੀ, ਪਹਿਲਾਂ ਭਾਰਤ ਦੇ ਇਕੱਲੇ ਇਕੱਲੇ ਪ੍ਰਾਂਤ 'ਚ ਵੋਟਾਂ ਪਵਾਓ, ਭਾਰਤ ਦੇ ਇਕੱਲੇ ਇਕੱਲੇ ਪ੍ਰੋਵਿੰਸ ਦੇ ਵਿੱਚ ਵੋਟਾਂ ਪਵਾਓ, ਜੇ ਲੋੜ ਪਈ ਫਿਰ ਦੇਖਾਂਗੇ ਵੱਖਰਾ ਦੇਸ਼। ਸੋ ਮਈ ਤੋਂ ਬਾਅਦ ਜੂਨ ਤੇ ਜੁਲਾਈ ਰੱਖੇ ਗਏ ਭਾਰਤ 'ਚ ਵੋਟਾਂ ਪਵਾਉਣ ਵਾਸਤੇ। ਭਾਰਤ 'ਚ ਉਸ ਟਾਈਮ 11 ਸਟੇਟਾਂ ਹੁੰਦੀਆਂ ਸੀ, ਤੇ ਉਦੋਂ ਸਟੇਟ ਸ਼ਬਦ ਨਹੀਂ ਸੀ ਵਰਤਿਆ ਜਾਂਦਾ, ਰਾਜ ਸ਼ਬਦ ਨਹੀਂ ਸੀ ਵਰਤਿਆ ਜਾਂਦਾ, ਪ੍ਰੋਵਿੰਸ ਵਰਤਿਆ ਜਾਂਦਾ ਸੀ ਭਾਵ ਪ੍ਰਾਂਤ। ਜਿਵੇਂ ਅੱਜ ਸਾਡੇ 4 ਯੂਨੀਅਨ ਟੈਰੀਟਰੀਜ਼ ਨੇ ਨਾ, 6-7 ਹੈਗੀਆਂ, ਪਤਾ ਹੀ ਹੈ ਤੁਹਾਨੂੰ ਸਾਰੀਆਂ, ਦਮਨ ਦੀਊ, ਦਾਦਰਾ ਨਗਰ ਹਵੇਲੀ, ਦਿੱਲੀ ਟਾਈਪ। ਉਸ ਟਾਈਮ 4 ਸੀਗੀਆਂ, ਉਹਨਾਂ ਨੂੰ ਕਿਹਾ ਜਾਂਦਾ ਸੀ ਚੀਫ ਕਮਿਸ਼ਨਰ ਪ੍ਰਾਂਤ, ਚੀਫ ਕਮਿਸ਼ਨਰ ਪ੍ਰੋਵਿੰਸ, ਦਿੱਲੀ, ਅਜਮੇਰ, ਬਲੋਚਿਸਤਾਨ ਤੇ ਕੁਰਗ। ਇਹ ਉਸ ਵੇਲੇ 4 ਕੇਂਦਰ ਸ਼ਾਸਿਤ ਪ੍ਰਦੇਸ਼ ਸੀ, ਉਦੋਂ ਉਹਨਾਂ ਨੂੰ ਕਿਹਾ ਜਾਂਦਾ ਸੀ ਚੀਫ ਕਮਿਸ਼ਨਰ ਪ੍ਰਾਂਤ। ਖੈਰ ਇਕੱਲੇ ਇਕੱਲੇ ਪ੍ਰਾਂਤ ਦੇ ਵਿੱਚ ਵੋਟਾਂ ਪਈਆਂ, ਇਹਨਾਂ 11 ਪ੍ਰਾਂਤਾਂ 'ਚੋਂ 292, ਇਹਨਾਂ 11 ਪ੍ਰਾਂਤਾਂ 'ਚ ਤੇ ਇਹਨਾਂ 4 ਪ੍ਰਾਂਤਾਂ ਦੇ ਵਿੱਚ ਤਕਰੀਬਨ 1.3 ਮਿਲੀਅਨ, 13 ਲੱਖ ਲੋਕਾਂ ਪਿੱਛੇ ਇੱਕ ਸੀਟ ਅਲੋਟ ਕੀਤੀ ਗਈ। ਸੋ ਇਸ ਤਰੀਕੇ ਨਾਲ ਵੋਟਾਂ ਪਾਉਣ ਦਾ ਪ੍ਰੋਸੀਜਰ ਜਿਹੜਾ ਸੀਗਾ ਸ਼ੁਰੂ ਹੋਇਆ, ਤੇ ਭਾਰਤ ਦੇ ਵਿੱਚ ਹਰ ਬੰਦਾ ਵੋਟ ਨਹੀਂ ਸੀ ਪਾ ਸਕਦਾ, ਕੇਵਲ 10-15% ਲੋਕਾਂ ਨੂੰ, ਲਿਮਿਟਡ ਜੇ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਸੀ। ਉਹਨਾਂ ਨੇ ਵੋਟ ਪਾ ਕੇ ਆਪੋ ਆਪਣੀ ਪ੍ਰੋਵਿੰਸ, ਆਪੋ ਆਪਣੇ ਪ੍ਰਾਂਤ ਦੀਆਂ ਅਸੈਂਬਲੀਆਂ ਦੇ ਲੀਡਰ ਚੁਣਦੇ ਜੀ। ਇਹ ਗੱਲ ਆ ਜੁਲਾਈ ਅਗਸਤ 1947 ਦੀ, 46 ਦੀ। ਇਕੱਲੇ ਇਕੱਲੇ ਪ੍ਰਾਂਤ 'ਚੋਂ ਲੀਡਰ ਚੁਣੇ ਗਏ, ਉਹਨਾਂ ਲੀਡਰਾਂ ਨੂੰ ਇਹ ਨਹੀਂ ਕਿਹਾ ਗਿਆ ਕਿ ਤੁਸੀਂ ਸੰਵਿਧਾਨ ਬਣਾਉਣਾ ਹੈ, ਨਾ 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 ਨਾ। ਕਹਿੰਦੇ ਇਹਨਾਂ ਪ੍ਰਾਂਤ ਦੇ ਲੀਡਰਾਂ ਨੇ, ਇਹਨਾਂ ਪ੍ਰੋਵਿੰਸ ਦੇ ਲੀਡਰਾਂ ਨੇ ਅੱਗੇ ਵੋਟਾਂ ਪਾ ਕੇ ਸੰਵਿਧਾਨ ਸਭਾ ਦੇ ਮੈਂਬਰ ਚੁਣਨੇ ਆ, ਉਹਨਾਂ ਨੇ ਫਿਰ ਅੱਗੇ ਵੋਟਾਂ ਪਾਈਆਂ। ਸੋ ਇਹ ਪ੍ਰਤੱਖ ਚੋਣਾਂ ਤੇ ਨਹੀਂ ਰਹੀਆਂ, ਇਹ ਹੋ ਗਈਆਂ ਇਨਡਾਇਰੈਕਟ ਇਲੈਕਸ਼ਨਸ, ਅਪ੍ਰਤੱਖ ਚੋਣਾਂ। ਇਹਨਾਂ ਨੂੰ ਕਹਿੰਦੇ ਆ ਇਨਡਾਇਰੈਕਟ ਇਲੈਕਸ਼ਨਸ, ਅਪ੍ਰਤੱਖ ਰੂਪ 'ਚ ਚੋਣਾਂ ਹੋਈਆਂ। ਸੋ ਇਹਦੇ ਵਿੱਚ ਸਿੰਗਲ ਟ੍ਰਾਂਸਫਰੇਬਲ ਵੋਟ ਸਿਸਟਮ ਯੂਜ਼ ਕੀਤਾ ਗਿਆ, ਜੋ ਸਾਡੇ ਦੇਸ਼ 'ਚ ਰਾਸ਼ਟਰਪਤੀ ਨੂੰ ਚੁਣਨ ਵਾਸਤੇ ਵਰਤਿਆ ਜਾਂਦਾ ਹੈ। ਉਹ ਕੀ ਹੁੰਦਾ ਫੇਰ ਸਮਝਾਊਂਗਾ। ਸੋ ਇਨਡਾਇਰੈਕਟ ਚੋਣਾਂ, ਸਿੰਗਲ ਟ੍ਰਾਂਸਫਰੇਬਲ ਵੋਟ ਸਿਸਟਮ ਵਰਤਿਆ ਗਿਆ। ਇਸ ਤਰੀਕੇ ਨਾਲ ਪਹਿਲਾਂ ਪ੍ਰਾਂਤ ਦੀਆਂ ਅਸੈਂਬਲੀਆਂ, ਪ੍ਰੋਵਿੰਸ ਅਸੈਂਬਲੀਆਂ, ਉਹਨਾਂ ਨੇ ਵੋਟਾਂ ਪਾ ਕੇ ਸੰਵਿਧਾਨ ਸਭਾ ਚੁਣੀ, ਤੇ ਸੰਵਿਧਾਨ ਸਭਾ ਦੇ ਵਿੱਚ ਕਿੰਨੇ ਬੰਦੇ ਚੁਣੇ ਗਏ ਹੋਣਗੇ, ਹੁਣ ਉਹਨਾਂ ਦੀ ਗੱਲ ਦੱਸਦਾ ਮੈਂ। ਕਹਿੰਦੇ ਸਭ ਤੋਂ ਪਹਿਲੀ ਗੱਲ ਇਹ ਸਮਝੋ ਕਿ ਕਿੰਨੇ, ਕਹਿੰਦੇ ਸੰਵਿਧਾਨ ਸਭਾ ਦੇ ਮੈਂਬਰਾਂ ਨੂੰ ਪ੍ਰੋਵਿੰਸ ਦੀਆਂ ਅਸੈਂਬਲੀਆਂ ਦੁਆਰਾ ਸਿੰਗਲ ਨੋਨ ਟ੍ਰਾਂਸਫਰੇਬਲ ਵੋਟ ਸਿਸਟਮ ਨਾਲ ਚੁਣਿਆ ਗਿਆ। ਤਕਰੀਬਨ 13 ਮਿਲੀਅਨ ਦੀ ਆਬਾਦੀ ਜਿਹੜੀ ਸੀ, ਉਹਨਾਂ ਨੂੰ ਇੱਕ ਸੀਟ ਅਲੋਟ ਕੀਤੀ ਗਈ, ਇੱਕ ਮਤਲਬ ਕਿ 13 ਮਿਲੀਅਨ ਦੀ ਆਬਾਦੀ। ਤੇ ਕਹਿੰਦੇ ਆ ਕਿ ਮੰਨ ਕੇ ਚੱਲੋ ਕਿ ਇਹ ਵੋਟਾਂ ਡਾਇਰੈਕਟ ਨਹੀਂ ਸੀ, ਇਨਡਾਇਰੈਕਟ ਸੀ, ਤੇ ਕੇਵਲ 15% ਲੋਕਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਮਿਲਿਆ। ਤੇ ਇਹ ਇਲੈਕਸ਼ਨ ਜੁਲਾਈ ਅਗਸਤ 1946 'ਚ ਹੋਏ। ਸੋਚ ਕੇ ਦੇਖੋ, ਉਸ ਵੇਲੇ ਮੁਸਲਿਮ ਲੀਗ ਨਾਮ ਦੀ ਪਾਰਟੀ ਮੁਸਲਮਾਨਾਂ ਲਈ ਵੱਖਰੇ ਦੇਸ਼ ਦੀ ਮੰਗ ਕਰ ਰਹੀ ਹੈ।
ਮੁਸਲਮਾਨਾਂ ਦੀ ਪਾਰਟੀ ਮੁਸਲਿਮ ਲੀਗ ਵੱਖਰੇ ਦੇਸ਼ ਦੀ ਮੰਗ ਕਰ ਰਹੀ ਹੈ ਨਾ ਇੰਪੋਰਟੈਂਟ ਗੱਲ, ਪਰ ਉਹਨਾਂ ਨੂੰ ਵੱਖਰਾ ਦੇਸ਼ ਨਹੀਂ ਮਿਲਿਆ, ਉਹਨਾਂ ਨੂੰ ਵੱਖਰਾ ਦੇਸ਼ ਨਹੀਂ, ਸੰਵਿਧਾਨ ਸਭਾ ਕੈਬਿਨੇਟ ਮਿਸ਼ਨ ਪਲਾਨ ਨੇ ਉਹਨਾਂ ਨੂੰ ਟਰਕਾਲਤਾ, ਪੰਜਾਬੀ 'ਚ ਇਹ ਕਹਿ ਲਓ। ਜੁਲਾਈ ਅਗਸਤ 1946 ਦੇ ਵਿੱਚ ਵੋਟਾਂ ਪਈਆਂ ਤੇ ਬੜੇ ਸ਼ੌਕਿੰਗ ਰਿਜ਼ਲਟ ਆਏ। ਜਿਹੜੀ ਫਾਈਨਲ ਸੰਵਿਧਾਨ ਸਭਾ ਦੇ ਰਿਜ਼ਲਟ ਸੀ ਉਹਦੇ 'ਚ ਤਕਰੀਬਨ ਤਕਰੀਬਨ ਇਹ ਕਿਹਾ ਗਿਆ ਕਿ 399 ਮੈਂਬਰ ਸੰਵਿਧਾਨ ਬਣਾਉਣਗੇ। ਕਿੰਨੇ? 399 ਮੈਂਬਰ ਸੰਵਿਧਾਨ ਬਣਾਉਣਗੇ। ਇਹਨਾਂ 399 ਮੈਂਬਰਾਂ 'ਚੋਂ 296 ਮੈਂਬਰ ਇੱਥੋਂ ਚੁਣੇ ਜਾਣਗੇ। ਇਹਨਾਂ 296 'ਚੋਂ ਵੀ 292 ਤਾਂ 11 ਪ੍ਰਾਂਤਾਂ 'ਚੋਂ ਚੁਣੇ ਜਾਣਗੇ ਤੇ 4-4 ਚੀਫ ਕਮਿਸ਼ਨਰ ਪ੍ਰਾਂਤਾਂ 'ਚ ਚੁਣੇ ਜਾਣਗੇ, ਜਿਹੜੇ ਸੀਗੇ ਬੰਬੇ, ਕੁਰਗ, ਜਿਹੜੇ ਸੋਰੀ ਕੁਰਗ, ਦਿੱਲੀ, ਬਲੋਚਿਸਤਾਨ, ਅਜਮੇਰ। ਬਾਕੀ ਆ 11 ਦੇ 11 11 ਪ੍ਰਾਂਤਾਂ 'ਚੋਂ ਕਿਹੜੇ ਕਿਹੜੇ ਪ੍ਰਾਂਤ ਸੀ ਉਸ ਟਾਈਮ? ਯੂਪੀ ਪ੍ਰਾਂਤ ਸੀ, ਐਮਪੀ ਪ੍ਰਾਂਤ ਸੀ, ਅੱਜ ਦਾ ਤਮਿਲਨਾਡੂ ਤੋਂ ਮਦਰਾਸ ਹੁੰਦਾ ਸੀ ਉਹ ਪ੍ਰਾਂਤ ਸੀ, ਆਂਧਰ ਉਹ ਸੋਰੀ ਉਸ ਤੋਂ ਬਿਨਾਂ ਬਿਹਾਰ, ਬੰਗਾਲ, ਪੰਜਾਬ, ਹਰ ਪ੍ਰਾਂਤ 'ਚੋਂ ਬੰਦੇ ਚੁਣੇ ਜਾਣਗੇ। 292 ਸਟੇਟਾਂ 'ਚੋਂ ਤੇ 4 ਯੂਨੀਅਨ ਟੈਰੀਟਰੀਜ਼ 'ਚੋਂ, ਅੱਜ ਦੇ ਹਿਸਾਬ ਨਾਲ ਜੇ ਮੈਂ ਸ਼ਬਦ ਬੋਲਾਂ। ਉਹਨਾਂ ਵੇਲਿਆਂ ਦੇ ਵਿੱਚ ਭਾਰਤ ਦੇ ਵਿੱਚ 565 ਰਾਜੇ ਸੀ, ਪ੍ਰਿੰਸਲੀ ਸਟੇਟ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਰਿਆਸਤਾਂ। ਇਹਨਾਂ ਰਿਆਸਤਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਬੰਦੇ ਚੁਣ ਕੇ ਨਹੀਂ ਭੇਜਣੇ, ਕਿਉਂਕਿ ਜਿਹੜੇ ਰਾਜੇ ਨੇ ਆਪਣੇ ਪਿੱਛੇ ਵੋਟਾਂ ਹੀ ਪਵਾ ਲਈਆਂ, ਇਹੋ ਜਿਹੇ ਰਾਜੇ ਦੀ ਰਾਜਗਿਰੀ 'ਤੇ ਹੀ ਲੱਖ ਰਾਜੇ ਰਾਜੇ ਹੋਣ 'ਤੇ ਹੀ ਲੱਖ ਲਾਣ। ਤਾਂ ਸੋ ਰਾਜਿਆਂ ਨੇ ਕਿਹਾ, ਪਹਿਲੀ ਗੱਲ ਤਾਂ ਅਸੀਂ ਬੰਦੇ ਹੀ ਨਹੀਂ ਭੇਜਣੇ, ਅੰਗਰੇਜ਼ਾਂ ਨੇ ਕਿਹਾ ਭੇਜਣੇ ਤਾਂ ਪੈਣਗੇ ਨਹੀਂ ਤਾਂ ਤੰਗ ਹੋਵੋਗੇ। ਫਿਰ ਉਹ ਕਹਿੰਦੇ ਅਸੀਂ ਵੋਟਾਂ ਪਵਾ ਕੇ ਨਹੀਂ, ਅਸੀਂ ਆਪਣੀ ਮਰਜ਼ੀ ਨਾਲ ਭੇਜਾਂਗੇ। ਸੋ 565 ਰਿਆਸਤਾਂ ਨੂੰ ਬੰਦਿਆਂ ਦੇ ਬੰਦੇ ਮਿਲੇ 93, ਕਿ ਤੁਸੀਂ 93 ਬੰਦੇ ਭੇਜੋ ਕਿਉਂਕਿ ਤੁਹਾਡੀ 13-13 ਲੱਖ ਪਿੱਛੇ ਇੱਕ। ਹੁਣ ਤੁਸੀਂ ਮੰਨ ਕੇ ਚੱਲੋ 13 ਲੱਖ ਦੀ ਆਬਾਦੀ ਕਿਹੜਾ ਕੱਢਣੀ ਸੌਖੀ ਸੀ ਕਿਤੇ? ਪਟਿਆਲਾ, ਨਾਭਾ, ਜੀਂਦ, ਨਾਲਾਗੜ੍ਹ, ਕਲਸੀਆ, ਫਰੀਦਕੋਟ, ਠੀਕ ਆ, ਅਤੇ ਉਸ ਤੋਂ ਬਾਅਦ ਮਲੇਰਕੋਟਲਾ। ਸੋ ਐਵੇਂ ਦੀਆਂ ਇੱਕ ਅੱਧੀ ਰਿਆਸਤ, ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਠੀਕ ਆ। ਸੋ ਇਹ 7-8 ਰਿਆਸਤਾਂ ਮਿਲ ਕੇ 13 ਮਿਲੀਅਨ ਬਣੀਆਂ। ਇਹਨਾਂ ਨੂੰ ਇੱਕ ਸੀਟ ਮਿਲੀ। ਫਿਰ ਤੁਸੀਂ ਕਹੋਗੇ ਨਾ ਕਿ ਸਰ ਅੱਗੇ ਜਾ ਕੇ, ਅੱਛਾ ਇਸੇ ਕਰਕੇ ਹੀ ਅੱਗੇ ਜਾ ਕੇ ਇਹ ਪੈਪਸੂ ਬਣ ਗਈਆਂ। ਇਹ ਕਹਾਣੀ ਸੀ, ਅੰਗਰੇਜ਼ਾਂ ਨੇ 8 ਰਿਆਸਤਾਂ ਜੋੜ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਬੰਦਾ ਨਾਮਜ਼ਦ ਕਰਕੇ ਭੇਜਣਾ ਹੈ। ਖੈਰ ਉਹਨਾਂ ਨੇ ਉਸ ਬੰਦੇ ਦਾ ਨਾਮ ਹੀ ਭੇਜਤਾ, ਬੇਸ਼ੱਕ ਉਹਨੂੰ ਕਦੇ ਭੇਜਿਆ ਨਹੀਂ, ਬਾਅਦ 'ਚ, ਪਹਿਲਾਂ ਨਹੀਂ ਸੀ ਭੇਜਿਆ ਉਹਨੂੰ। ਮੈਂ ਦੱਸ ਪੁੱਛੂੰਗਾ ਕਿ ਕਿਹੜਾ ਸੀ। ਸੁਚੇਤ ਸਿੰਘ ਬਾਜਵਾ ਜਿਹੜਾ ਸੀਗਾ ਉਹਨੂੰ ਭੇਜਿਆ ਗਿਆ। ਸੁਚੇਤ ਸਿੰਘ ਨਾਮ ਸੀ ਉਸ ਅਫਸਰ ਦਾ ਜਿਹਨੂੰ ਸਪੈਸ਼ਲੀ ਭੇਜਿਆ ਗਿਆ, ਨੋਮੀਨੇਟ ਕਰ ਲਿਆ ਗਿਆ ਪੈਪਸੂ ਵੱਲੋਂ ਕਿ ਤੂੰ ਜਾਣਾ ਭਰਾਵਾ, ਠੀਕ ਆ। ਖੈਰ ਭੇਜੇ ਕਦੇ ਵੀ ਨਹੀਂ ਗਏ, ਉਹਦੀ ਵਜ੍ਹਾ ਸੀ ਕਹਿੰਦੇ ਜਦੋਂ ਇਹਨਾਂ ਨੇ ਤਾਂ 93 ਬੰਦੇ ਚੁਣ ਕੇ ਨਹੀਂ ਸੀ ਭੇਜਣੇ, ਸਿਰਫ ਨਾਮਜ਼ਦ ਕਰਨੇ ਸੀ। ਯਾਰ ਆਹ 296 ਤਾਂ ਚੁਣੇ ਜਾਣੇ ਸੀ, ਇਹਨਾਂ 296 'ਚੋਂ 208 ਤਾਂ ਕਾਂਗਰਸ ਜਿੱਤ ਗਈ, ਲੀਗ ਦੀ ਝੋਲੀ 'ਚ ਕੇਵਲ 73 ਮੈਂਬਰ ਪਏ। ਜਦੋਂ ਆਇਆ ਅਗਸਤ 1946 'ਚ ਰਿਜ਼ਲਟ, ਮੁਸਲਿਮ ਲੀਗ ਨੇ ਉਦਣ ਹੀ ਰੌਲਾ ਪਾਤਾ 16 ਅਗਸਤ 1946 ਨੂੰ ਕਿ ਅਸੀਂ ਨਹੀਂ ਇਹਨਾਂ ਇਲੈਕਸ਼ਨਾਂ ਨੂੰ ਮੰਨਦੇ, ਸਾਨੂੰ ਤਾਂ ਵੱਖਰਾ ਦੇਸ਼ ਚਾਹੀਦਾ। ਆਪਾਂ ਨਹੀਂ ਕਹਿੰਦੇ ਕਿ ਜਦੋਂ ਦੇਖੋ ਵੀ ਇੱਕ ਵਾਰੀ ਖੇਡ ਕੇ ਦੇਖੋ, ਜੇ ਤਾਂ ਆਪਣੀ ਵਾਰੀ ਆ ਗਈ ਠੀਕ ਆ, ਨਹੀਂ ਤਾਂ ਵਿਕਟਾਂ ਪੁੱਟ ਚੁੱਕ ਕੇ ਭੱਜ ਜਾਵਾਂਗੇ, ਬੈਟ ਬੱਲਾ ਲੈ ਕੇ ਭੱਜ ਜਾਵਾਂਗੇ। ਉਹੀ ਕੀਤਾ ਮੁਸਲਿਮ ਲੀਗ ਨੇ, 16 ਅਗਸਤ 1946 ਨੂੰ ਨਾਰਾ ਲਾਤਾ ਕਿ ਲੜਕੇ ਲੇਂਗੇ ਪਾਕਿਸਤਾਨ, ਕਿ ਲੜਕੇ ਪਾਕਿਸਤਾਨ ਲਵਾਂਗੇ। ਕਤਲੋ ਗਰਾਤ ਸ਼ੁਰੂ ਹੋ ਗਈ ਬੰਗਾਲ 'ਚ, ਉਹਨੂੰ ਕਹਿੰਦੇ ਆ ਡਾਇਰੈਕਟ ਐਕਸ਼ਨ ਦੇ, ਸਿੱਧੀ ਕਾਰਵਾਈ ਦਿਵਸ, ਕਤਲ ਹੋਣੇ ਸ਼ੁਰੂ ਹੋ ਗਏ ਸੀ 16 ਅਗਸਤ 1946 ਨੂੰ। ਇਸ ਤੋਂ ਬਾਅਦ ਸਮਝ ਆ ਗਈ ਕਿ ਭਾਰਤ 'ਚ ਦੋ ਦੇਸ਼ ਬਣਨ ਤੋਂ ਬਿਨਾਂ ਖਹਿੜਾ ਛੁੱਟਦਾ ਨਹੀਂ, ਪਰ ਸੰਵਿਧਾਨ ਸਭਾ ਦਾ ਕੰਮ ਲਗਾਤਾਰ ਚੱਲਦਾ ਰਿਹਾ। ਇੱਥੋਂ ਤੱਕ ਮੈਂ ਕਹਿੰਦਾ ਸਾਰੀ ਕਹਾਣੀ ਸਮਝ ਆ ਗਈ। ਰਿਆਸਤਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਬੰਦੇ ਜਿਹੜੇ ਆ ਉਹ ਨੋਮੀਨੇਟ ਕਰਕੇ ਭੇਜਣੇ ਆ,
ਪ੍ਰਿੰਸਲੀ ਸਟੇਟਸ ਨੇ ਇੱਕ ਵਾਰੀ ਤਾਂ ਹਾਮੀ ਭਰਤੀ ਤੇ ਆਪਣੇ ਬੰਦਿਆਂ ਦੀ ਲਿਸਟ ਵੀ ਭੇਜਤੀ, ਪਰ ਬਾਅਦ ਦੇ ਵਿੱਚ ਜਦੋਂ ਸੰਵਿਧਾਨ ਸਭਾ ਬਣੀ, ਨਵੰਬਰ 1946 ਦੇ ਵਿੱਚ ਇਹ ਸੰਵਿਧਾਨ ਸਭਾ ਬਣੀ ਸੀ। ਕਦੋਂ ਬਣੀ ਸੀ? ਨਵੰਬਰ 1946 ਦੇ ਵਿੱਚ ਇਹ ਸੰਵਿਧਾਨ ਸਭਾ ਬਣੀ, ਤੇ ਜਦੋਂ ਨਵੰਬਰ 1946 'ਚ ਇਹ ਸੰਵਿਧਾਨ ਸਭਾ ਬਣੀ, ਨਾ ਤਾਂ ਲੀਗ ਨੇ ਆਪਣੇ 73 ਬੰਦੇ ਭੇਜੇ, ਕਹਿੰਦੇ ਅਸੀਂ ਤਾਂ ਜਾਣਦੇ ਹੀ ਨਹੀਂ ਕੀ ਆ, ਨਾ ਰਾਜਿਆਂ ਨੇ ਆਪਣੇ 93 ਬੰਦੇ ਭੇਜੇ, ਕਹਿੰਦੇ ਅਸੀਂ ਤਾਂ ਜੀ ਸੰਵਿਧਾਨ ਸਭਾ 'ਚ ਜਾਣਾ ਹੀ ਨਹੀਂ। ਸੰਵਿਧਾਨ ਸਭਾ 'ਚ ਜਾਣ ਦਾ ਮਤਲਬ ਆ ਇਸ ਗੱਲ ਨੂੰ ਮੰਨ ਲੈਣਾ ਕਿ ਅਸੀਂ ਸੰਵਿਧਾਨ ਬਣਾਉਣ 'ਚ ਵਿਸ਼ਵਾਸ ਰੱਖਦੇ ਹਾਂ। ਫਿਰ ਉਹ ਰਾਜਾ ਹੀ ਕਿਹੜਾ ਜਿਹੜਾ ਸੰਵਿਧਾਨ ਬਣਾਉਣ 'ਚ ਵਿਸ਼ਵਾਸ ਰੱਖ ਲਿਆ? ਇਹਦਾ ਮਤਲਬ ਇਹ ਆ ਕਿ ਜਿੱਦਣ ਅੰਗਰੇਜ਼ ਗਏ ਉਦਣ ਸਾਨੂੰ ਭਾਰਤ ਦੇ ਹਵਾਲੇ ਕਰ ਜਾਣਗੇ, ਭਾਰਤ ਦੀ ਸਰਕਾਰ ਦੇ ਉਹ ਸਾਨੂੰ ਨਿਚੋੜ ਦੇਣਗੇ, ਅਸੀਂ ਨਹੀਂ ਕਰਦੇ ਜੀ ਐਵੇਂ ਕੁਛ। ਤੋਂ ਉਹਨਾਂ ਨੇ ਵੀ ਜਿਹੜੀ ਸੰਵਿਧਾਨ ਸਭਾ ਨਵੰਬਰ 1946 'ਚ ਬਣੀ ਉਹ ਤੋਂ ਪਾਸਾ ਵੱਟ ਲਿਆ, ਤੇ ਦਸੰਬਰ 1946 'ਚ ਸੰਵਿਧਾਨ ਸਭਾ ਦੀਆਂ ਮੀਟਿੰਗਾਂ ਸ਼ੁਰੂ ਹੋ ਗਈਆਂ। ਗੌਰ ਫਰਮਾਇਓ, ਦਸੰਬਰ 1946 'ਚ ਸੰਵਿਧਾਨ ਸਭਾ ਦੀਆਂ ਮੀਟਿੰਗਾਂ ਸ਼ੁਰੂ ਹੋ ਗਈਆਂ, ਤੇ ਤੁਹਾਨੂੰ ਪਤਾ ਜਿਹੜੀ ਸੰਵਿਧਾਨ ਸਭਾ ਸੀ ਉੱਤੇ ਤੋਂ ਉਹਦੇ ਚੋਂ ਨਾ ਤਾਂ ਜਿਨ੍ਹਾਂ ਉਹਦੇ ਮੈਂਬਰ ਸੀ ਜਿਹੜੇ ਕਿ ਮੁਸਲਮਾਨਾਂ ਦੇ ਉਸ ਟਾਈਮ ਦੇ ਗੋਡ ਫਾਦਰ ਸੀ, ਤੇ ਨਾ ਹਿੰਦੂਆਂ ਵੱਲੋਂ ਜਾਂ ਕਾਂਗਰਸ ਵੱਲੋਂ ਗਾਂਧੀ ਉਹਦੇ ਮੈਂਬਰ ਸੀ, ਇਹਨਾਂ ਦੋਵਾਂ ਨੇ ਆਪਣੇ ਆਪ ਨੂੰ ਸੰਵਿਧਾਨ ਸਭਾ ਤੋਂ ਦੂਰ ਬਣਾਈ ਰੱਖਿਆ। ਤੋਂ ਬਹੁਤ ਬਹੁਤ ਇੰਪੋਰਟੈਂਟ ਗੱਲ ਤੁਹਾਡੇ ਸਾਹਮਣੇ ਡਿਸਕਸ ਕਰਤੀ ਕਿ ਇਹ ਦੋਵੇਂ ਤਗੜੇ ਲੀਡਰ, ਇੱਕ ਮੁਸਲਮਾਨਾਂ ਦਾ ਤਗੜਾ ਲੀਡਰ ਤੇ ਇੱਕ ਹਿੰਦੂਆਂ ਦਾ ਤਗੜਾ ਲੀਡਰ, ਆਪਣੇ ਆਪ ਨੂੰ ਸੰਵਿਧਾਨ ਸਭਾ ਤੋਂ ਦੂਰ ਰੱਖਦੇ ਆ। ਪੱਲੇ ਪੈ ਗਈ ਗੱਲ? ਇਹ ਦੋਵੇਂ ਲੀਡਰਾਂ ਨੇ ਆਪਣੇ ਆਪ ਨੂੰ ਸੰਵਿਧਾਨ ਸਭਾ ਤੋਂ ਦੂਰ ਰੱਖਿਆ। ਲਓ ਜੀ ਆ ਜਾਓ ਅੱਗੇ, ਐਡੀ ਇੰਪੋਰਟੈਂਟ ਡਿਸਕਸ਼ਨ ਆ, ਤੁਸੀਂ ਸੋਚਿਓ ਅੱਗੇ ਜਾ ਕੇ ਹੈਰਾਨ ਹੋ ਜਾਓਗੇ ਕਿ ਬਈ ਕਹਾਣੀ ਬਣੀ ਕੀ। ਤਾਂ ਹੋਇਆ ਕਿ ਸੰਵਿਧਾਨ ਸਭਾ 9 ਦਸੰਬਰ 1946 ਨੂੰ ਸ਼ੁਰੂ ਹੋਈ ਦੋਸਤੋ, 8 ਕਾਂਗਰਸੀ ਜਿੱਤੇ ਸੀ, ਤੇ ਤੁਹਾਨੂੰ ਪਤਾ ਕੁੱਲ 396 ਮੈਂਬਰ ਸੀਗੇ, 399 ਸੌਰੀ, ਜਿਹਦੇ ਚੋਂ 299 ਮੈਂਬਰ, 296 ਮੈਂਬਰ ਤਾਂ ਚੁਣ ਕੇ ਆਉਣੇ ਸੀ, 93 ਮੈਂਬਰ ਡਾਇਰੈਕਟ ਚੁਣੇ ਰਾਜਿਆਂ ਨੇ ਨਾਮਜ਼ਦ ਕਰਕੇ ਭੇਜਣੇ ਸੀ। 399 ਮੈਂਬਰਾਂ ਚੋਂ ਜਿੱਦਣ ਪਹਿਲੇ ਦਿਨ ਮੀਟਿੰਗ ਹੋਈ ਆ 9 ਦਸੰਬਰ 1946 ਨੂੰ, ਕੇਵਲ 211 ਮੈਂਬਰ ਹੀ ਪਹੁੰਚੇ, ਤੇ ਇਹ 211 ਮੈਂਬਰ ਪਹੁੰਚੇ। ਤੇ ਹੁਣ ਜਿਸ ਦਿਨ ਪਹਿਲੇ ਦਿਨ ਮੀਟਿੰਗ ਹੁੰਦੀ ਆ, ਉਸ ਦਿਨ ਜਿਸ ਦਿਨ ਪਹਿਲੇ ਦਿਨ ਮੀਟਿੰਗ ਹੁੰਦੀ ਆ, ਉਸ ਦਿਨ ਕੀ ਕਿਹਾ ਜਾਂਦਾ ਹੈ? ਉਸ ਦਿਨ ਇਹ ਕਿਹਾ ਜਾਂਦਾ ਹੈ ਕਿ ਰਿਵਾਜ ਦੇ ਮੁਤਾਬਕ, ਜੋ ਪਰੰਪਰਾ ਬਣੀ ਆ ਉਹਦੇ ਮੁਤਾਬਕ, ਜਿਹੜਾ ਸਭ ਤੋਂ ਬਜ਼ੁਰਗ ਬੰਦਾ ਹੈ ਉਹਨੂੰ ਆਰਜ਼ੀ ਤੌਰ ਤੇ ਸੰਵਿਧਾਨ ਸਭਾ ਦਾ ਪ੍ਰਧਾਨ ਚੁਣ ਲਿਆ ਜਾਵੇ, ਉਹਨੂੰ ਆਰਜ਼ੀ ਤੌਰ ਤੇ ਸੰਵਿਧਾਨ ਸਭਾ ਦਾ ਪ੍ਰਧਾਨ ਚੁਣ ਲਿਆ ਜਾਵੇ, ਪੱਕਾ ਨਹੀਂ ਆਰਜ਼ੀ ਤੌਰ ਤੇ, ਟੈਂਪਰੇਰੀ ਜਿਹਨੂੰ ਕਹਿ ਦਿੰਦੇ ਆ। ਤਾਂ ਸੱਚੀਦਾਨੰਦ ਸਿਨਹਾ ਨੂੰ ਫਰਾਂਸ ਦੇ ਰੀਤੀ ਰਿਵਾਜਾਂ ਦੇ ਮੁਤਾਬਕ ਭਾਰਤ ਦੀ ਸੰਵਿਧਾਨ ਸਭਾ ਦੇ ਟੈਂਪਰੇਰੀ ਪ੍ਰਧਾਨ ਤੇ ਫਰੈਂਕ ਐਂਥਨੀ ਨੂੰ ਪਹਿਲਾ ਡਿਪਟੀ ਚੇਅਰਮੈਨ ਚੁਣ ਲਿਆ ਗਿਆ। ਮੋਸਟ ਇੰਪੋਰਟੈਂਟ ਗੱਲ, ਮੋਸਟ ਮੋਸਟ ਇੰਪੋਰਟੈਂਟ ਗੱਲ ਆ ਕਿ ਫਰੈਂਕ ਐਂਥਨੀ ਨੂੰ ਡਿਪਟੀ ਚੇਅਰਮੈਨ ਤੇ ਸੱਚੀਦਾਨੰਦ ਸਿਨਹਾ ਨੂੰ ਪ੍ਰਧਾਨ। ਕਈ ਵਾਰੀ ਫਰੈਂਕ ਐਂਥਨੀ ਦਾ ਨਾਮ ਆਮ ਕਿਤਾਬਾਂ ਦੇ ਵਿੱਚ ਨਹੀਂ ਲਿਖਿਆ ਹੁੰਦਾ, ਫਿਰ ਕਹੋਗੇ ਦੱਸਿਆ ਨਹੀਂ, ਫਿਰ ਕਹੋਗੇ ਦੱਸਿਆ ਨਹੀਂ। ਸੋ ਬਹੁਤ ਇੰਪੋਰਟੈਂਟ ਆ। ਆਜੋ ਕਹਿੰਦੇ 9 ਦਸੰਬਰ ਦੀ ਮੀਟਿੰਗ ਤੋਂ ਬਾਅਦ ਅਗਲੀ ਮੀਟਿੰਗ ਇੱਕ ਦਿਨ ਛੱਡ ਕੇ 11 ਦਸੰਬਰ ਨੂੰ ਰੱਖੀ ਗਈ, ਤੇ ਉਸ ਦਿਨ ਫੈਸਲਾ ਹੋਇਆ ਕਿ ਡਾਕਟਰ ਰਜਿੰਦਰ ਪ੍ਰਸਾਦ ਨੂੰ ਪੱਕੇ ਤੌਰ ਤੇ ਪ੍ਰਧਾਨ ਤੇ ਐਚ ਸੀ ਮੁਖਰਜੀ ਨੂੰ ਪੱਕੇ ਤੌਰ ਤੇ ਵਾਈਸ ਪ੍ਰੈਜ਼ੀਡੈਂਟ ਚੁਣ ਲਿਆ ਜਾਵੇ ਵਿਧਾਨ ਇਸ ਸੰਵਿਧਾਨ ਸਭਾ ਦਾ। ਬੀ ਐਨ ਰਾਓ ਨੂੰ ਸੰਵਿਧਾਨ ਸਭਾ ਦਾ ਸਲਾਹਕਾਰ ਚੁਣ ਲਿਆ ਗਿਆ, ਤੇ ਵੀ ਟੀ ਕ੍ਰਿਸ਼ਨਾ ਆਚਾਰਿਆ, ਮੋਸਟ ਇੰਪੋਰਟੈਂਟ, ਤੁਹਾਨੂੰ ਪਤਾ ਸੰਵਿਧਾਨ ਸਭਾ 'ਚ ਕਿੰਨੇ ਵਾਈਸ ਪ੍ਰੈਜ਼ੀਡੈਂਟ ਸੀ? 2। ਇੱਕ ਤਾਂ 11 ਦਸੰਬਰ 1946 ਨੂੰ ਹੀ ਚੁਣਿਆ ਗਿਆ ਸੀ ਐਚ ਸੀ ਮੁਖਰਜੀ, ਪਰ
ਵੀਟੀ ਕ੍ਰਿਸ਼ਨਾ ਆਚਾਰਿਆ ਨੂੰ 16 ਜੁਲਾਈ 1948 ਨੂੰ ਦੂਜਾ ਡਿਪਟੀ ਪ੍ਰਧਾਨ ਚੁਣ ਲਿਆ ਗਿਆ ਸੀ। ਮੋਸਟ ਇੰਪੋਰਟੈਂਟ, ਆਹ ਨਹੀਂ ਪਤਾ ਹੁੰਦਾ ਕਿਸੇ ਨੂੰ। ਕਹਿੰਦੇ ਆ ਵਿਧਾਨ ਸਭਾ, ਜਦੋਂ ਸੰਵਿਧਾਨ ਸਭਾ ਬਣੀ ਸੀ ਦੂਜੇ ਦਿਨ ਜਾਂ ਤੀਜੇ ਦਿਨ ਤਾਂ ਚੁਣ ਲਿਆ ਗਿਆ ਸੀ ਐਚ ਸੀ ਮੁਖਰਜੀ ਨੂੰ ਡਿਪਟੀ ਪ੍ਰਧਾਨ, ਪਰ 1948 ਦੀ 16 ਜੁਲਾਈ ਨੂੰ ਦੂਜਾ ਵੀ ਡਿਪਟੀ ਪ੍ਰਧਾਨ ਚੁਣਿਆ ਗਿਆ ਜਿਹਦਾ ਨਾਮ ਸੀ ਵੀਟੀ ਕ੍ਰਿਸ਼ਨਾ ਆਚਾਰਿਆ। ਸੋ ਬਹੁਤ ਇੰਪੋਰਟੈਂਟ ਆ ਕਿ ਦੋ ਪ੍ਰਧਾਨ ਸੀ ਇਕੱਠੇ ਹੀ ਚੁਣੇ ਗਏ ਸੀ? ਨਾ 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 ਨਾ, ਇੱਕ ਤਾਂ ਪਹਿਲਾਂ ਹੀ ਚੁਣਿਆ ਗਿਆ ਸੀ, ਪਰ ਵੀਟੀ ਕ੍ਰਿਸ਼ਨਾ ਆਚਾਰਿਆ ਦੂਜੇ ਵਾਈਸ ਪ੍ਰੈਜ਼ੀਡੈਂਟ ਸੀਗੇ। ਸੋ 11 ਤਰੀਕ ਦੀ ਬਾਅਦ ਆ ਗਈ 13 ਦਸੰਬਰ 1946। 13 ਦਸੰਬਰ 1946 ਨੂੰ ਜਦੋਂ ਦੇਖਿਆ ਕਿ ਸੰਵਿਧਾਨ ਸਭਾ ਤਾਂ ਕੰਮ ਹੀ ਨਹੀਂ ਕਰਦੀ, ਆਹੀ 200 ਬੰਦੇ ਹੀ ਪਹੁੰਚ ਰਹੇ ਆ, ਅੱਕ ਕੇ ਜਵਾਹਰ ਲਾਲ ਨਹਿਰੂ ਨੇ ਕਿਹਾ ਕਿ ਸੰਵਿਧਾਨ ਸਭਾ ਦੀ ਕਾਰਵਾਈ ਤਾਂ ਸ਼ੁਰੂ ਕਰੀਏ। ਸਭ ਤੋਂ ਪਹਿਲਾਂ 13 ਦਸੰਬਰ ਨੂੰ ਇੱਕ ਅਜਿਹਾ ਮਤਾ ਸੰਵਿਧਾਨ ਸਭਾ ਦੇ ਅੱਗੇ ਰੱਖਿਆ ਗਿਆ ਕਿ ਸਾਡੇ ਆਉਣ ਵਾਲੇ ਸੰਵਿਧਾਨ ਦਾ ਸੰਕਲਪ ਕੀ ਹੋਊਗਾ, ਸਾਡਾ ਆਉਣ ਵਾਲਾ ਜਾਂ ਬਣਨ ਵਾਲਾ ਸੰਵਿਧਾਨ ਕਿੱਦਾਂ ਦਾ ਬਣੂਗਾ, ਸਾਡਾ ਬਣਨ ਵਾਲਾ ਸੰਵਿਧਾਨ ਕਿੱਦਾਂ ਦਾ ਬਣੂਗਾ। ਸੋ ਇਹ ਗੱਲ ਬਹੁਤ ਇੰਪੋਰਟੈਂਟ ਹੈ। ਸੋ ਇਹ ਚੀਜ਼ ਨੂੰ ਬੇਹੱਦ ਇੰਪੋਰਟੈਂਟ ਤਰੀਕੇ ਨਾਲ ਸਮਝੋ ਕਿ ਸੰਵਿਧਾਨ ਸਭਾ ਦਾ ਇੱਕ ਸੰਕਲਪ ਮਤਾ ਸੀਗਾ, ਉਦੇਸ਼ ਸੰਕਲਪ ਜਿਹਨੂੰ ਆਪਾਂ ਕਹਿੰਦੇ ਹਾਂ ਓਬਜੈਕਟਿਵ ਰੈਜ਼ੋਲੂਸ਼ਨ, ਜਿਹਨੂੰ ਪੰਜਾਬੀ 'ਚ ਕਹਿੰਦੇ ਆ ਉਦੇਸ਼ ਸੰਕਲਪ। ਇਹ ਇੱਕ ਅਜਿਹਾ ਰੈਜ਼ੋਲੂਸ਼ਨ ਸੀ, ਇੱਕ ਅਜਿਹਾ ਮਤਾ ਸੀ ਜਿਹਦੇ 'ਚ ਲਿਖਿਆ ਗਿਆ ਸੀ ਕਿ ਭਾਰਤ ਦਾ ਆਉਣ ਵਾਲਾ ਸੰਵਿਧਾਨ ਜਾਂ ਬਣਨ ਵਾਲਾ ਸੰਵਿਧਾਨ ਕਿਸ ਰੂਪ ਵਿੱਚ ਬਣੇਗਾ। ਸੋ ਇਸ ਉਦੇਸ਼ ਸੰਕਲਪ ਨੂੰ 13 ਦਸੰਬਰ 1946 ਨੂੰ ਜਵਾਹਰ ਲਾਲ ਨਹਿਰੂ ਨੇ ਪੂਰੀ ਸੰਵਿਧਾਨ ਸਭਾ ਦੇ ਅੱਗੇ ਪੇਸ਼ ਕਰਤਾ। ਤੇ ਅਗਲੇ ਸਾਲ, ਅਗਲਾ ਸਾਲ ਮਤਲਬ ਦਸੰਬਰ ਤੋਂ ਬਾਅਦ ਅਗਲਾ ਮਹੀਨਾ ਜਨਵਰੀ 1947 ਦੀ 22 ਜਨਵਰੀ ਨੂੰ ਜਦੋਂ ਮੀਟਿੰਗ ਹੋਈ ਤਾਂ ਇਸ ਨੂੰ ਸੰਵਿਧਾਨ ਸਭਾ ਦੁਆਰਾ ਯੂਨੈਨੀਮਸਲੀ ਸਭ ਨੇ ਇੱਕੋ ਮਤ ਹੋ ਕੇ ਪਾਸ ਕਰਤਾ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹੀ ਉਦੇਸ਼ ਸੰਕਲਪ, ਇਹੀ ਓਬਜੈਕਟਿਵ ਰੈਜ਼ੋਲੂਸ਼ਨ ਅੱਗੇ ਜਾ ਕੇ ਸੰਵਿਧਾਨ, ਭਾਰਤ ਦੇ ਸੰਵਿਧਾਨ ਦਾ ਪ੍ਰੈਂਬਲ ਬਣਿਆ, ਪ੍ਰਸਤਾਵਨਾ ਬਣੀ। ਦ ਮੋਸਟ ਇੰਪੋਰਟੈਂਟ ਪੁਆਇੰਟ, ਬਹੁਤ ਇੰਪੋਰਟੈਂਟ ਆ। ਸੋ ਖੈਰ, ਕਿੱਡਾ ਇੰਪੋਰਟੈਂਟ ਫੈਕਟ ਦੱਸਿਆ। ਖੈਰ, ਐਚ ਵੀ ਆਰ ਅਯੰਗਰ ਨੂੰ ਸੰਵਿਧਾਨ ਸਭਾ ਦਾ ਸਕੱਤਰ ਤੇ ਐਸ ਐਨ ਮੁਖਰਜੀ ਨੂੰ ਮੁੱਖ ਖਰੜਾਕਾਰ, ਜਿਹਨੇ ਸੰਵਿਧਾਨ ਸਭਾ ਦਾ ਸਾਰਾ ਖਰੜਾ ਤਿਆਰ ਕਰਨਾ ਸੀ ਕਿ ਸੰਵਿਧਾਨ ਸਭਾ ਕਿਵੇਂ ਕੰਮ ਕਰੂਗੀ, ਕਿੰਨੇ ਸੈਸ਼ਨ ਹੋਣਗੇ, ਕੀ ਹੋਊਗਾ ਕੀ ਹੋਊਗਾ। ਸਕੱਤਰ ਦਾ ਕੰਮ ਹੁੰਦਾ ਸਾਰੇ ਖਰਚੇ ਖੁਰਚੇ ਸਾਰਾ ਕੁਝ ਮੈਨੇਜ ਕਰਨਾ। ਸੋ ਐਚ ਵੀ ਆਰ ਅਯੰਗਰ ਨੂੰ ਸਕੱਤਰ ਚੁਣ ਲਿਆ ਗਿਆ ਤੇ ਐਸ ਐਨ ਮੁਖਰਜੀ ਨੂੰ ਮੁੱਖ ਖਰੜਾਕਾਰ ਚੁਣ ਲਿਆ ਗਿਆ। ਸੋ ਇਹ ਗੱਲ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਈ। 1946 ਦਾ ਸਾਲ ਖਤਮ, 1947 ਆ ਚੁੱਕਿਆ ਹੈ। ਇੱਕ ਕਹਾਣੀ ਹੋਰ ਬੜੀ ਇੰਪੋਰਟੈਂਟ ਆ। 1947 'ਚ ਭਾਰਤ 'ਚ ਅਖੀਰਲਾ ਅੰਗਰੇਜ਼ ਅਫਸਰ, ਗਵਰਨਰ ਜਨਰਲ ਉਦੋਂ ਕਹਿੰਦੇ ਸੀ, ਨਾਮ ਸੀ ਲਾਰਡ ਵੇਵਲ। ਤੁਸੀਂ ਕਹੋਗੇ ਸਰ ਤੁਸੀਂ ਗਲਤ ਬੋਲਤਾ, ਮੇਰੀ ਗੱਲ ਪੂਰੀ ਸੁਣੋ। ਲਾਰਡ ਵੇਵਲ ਨੂੰ ਲੱਗਦਾ ਸੀ ਕਿ ਮੈਂ ਹੀ ਭਾਰਤ 'ਚ ਅਖੀਰਲਾ ਅੰਗਰੇਜ਼ ਅਫਸਰ ਹੋਊਂਗਾ, ਪਰ ਐਵੇਂ ਨਹੀਂ ਸੀ। ਇੰਗਲੈਂਡ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਕਲੈਮਟ ਐਟਲੀ ਨੂੰ ਫਰਵਰੀ 1947 'ਚ ਅਹਿਸਾਸ ਹੋ ਗਿਆ ਕਿ ਵੇਵਲ ਕੋਲ ਕੰਮ ਸਾਂਭਿਆ ਨਹੀਂ ਜਾਣਾ, ਭਾਰਤ ਦੇ ਵਿੱਚ ਦੋ ਦੇਸ਼ ਬਣਾਉਣੇ ਹੀ ਪੈਣਗੇ, ਮੁਸਲਮਾਨਾਂ ਨੂੰ ਵੱਖਰਾ ਦੇਸ਼ ਦੇਣਾ ਹੀ ਪੈਣਾ ਹੈ ਤੇ ਇਹ ਕੰਮ ਲਾਰਡ ਵੇਵਲ ਨਹੀਂ ਕਰ ਸਕਦਾ। ਉਹਨੇ ਵੇਵਲ ਨੂੰ ਵਾਪਸ ਬੁਲਾ ਲਿਆ ਤੇ ਨਹਿਰੂ ਦੇ ਪੱਕੇ ਆੜੀ ਮਾਊਂਟ ਬੈਟਨ ਨੂੰ ਇੰਡੀਆ ਭੇਜਿਆ ਤੇ ਕਿਹਾ ਜਾ ਕੇ ਕਹਿੰਦਾ 20 ਫਰਵਰੀ 1947 ਨੂੰ ਉਹਨੂੰ ਇੰਡੀਆ ਭੇਜ ਕੇ ਕਹਿੰਦਾ ਕਿ ਜਾ ਕੇ ਇੰਡੀਆ ਦੀ ਵੰਡ ਕਰਾ ਕੇ ਆਈ। ਕਹਿੰਦਾ ਤੈਨੂੰ ਇੱਕ ਤਰੀਕ ਦੱਸਦੇ ਹਾਂ, ਜੁਲਾਈ 1948। ਇਹ ਗੱਲ ਉਹਨੂੰ 20 ਫਰਵਰੀ 1947 ਨੂੰ ਕਹੀ ਕਿ ਜੁਲਾਈ 1948 ਤੈਨੂੰ ਡੈਡਲਾਈਨ ਦਿੱਤੀ ਆ, ਇਸ ਤੋਂ ਪਹਿਲਾਂ ਪਹਿਲਾਂ ਭਾਰਤ ਆਜ਼ਾਦ ਕਰਾ ਦੀ। ਇਹ ਉਹਨੂੰ 20 ਫਰਵਰੀ 1947 ਨੂੰ ਕਹੀ ਇਹ ਗੱਲ। ਉਹ ਆ ਗਿਆ ਜੀ ਇੰਡੀਆ।
ਉਹਨੇ ਉਹਨੂੰ ਪਤਾ ਸੀ ਕਿ ਮੇਰੇ ਕੋਲ ਸਾਲ ਸਵਾ ਸਾਲ ਪਿਆ, ਆਰਾਮ ਨਾਲ ਮੈਂ ਇੰਨੇ ਚਿਰ 'ਚ ਇੰਡੀਆ ਆਜ਼ਾਦ ਕਰ ਦੂੰਗਾ। ਉਹਨੇ ਆਉਂਦੇ ਹੀ, ਉਹਦਾ ਛੋਟਾ ਨਾਮ ਸੀ ਡਿੱਕੀ, ਉਹਨੇ ਆਉਂਦੇ ਹੀ ਨਹਿਰੂ ਹੋਣਾ ਨੂੰ ਆਪਣਾ ਡਿੱਕੀ ਪਲਾਨ ਦੱਸਿਆ। ਕਹਿੰਦਾ ਆਪਾਂ ਐਵੇਂ ਨਾ ਕਰੀਏ, ਭਾਰਤ 'ਚ ਜਿੰਨੀਆਂ ਰਿਆਸਤਾਂ ਨੇ, ਕਹਿੰਦਾ ਕਿੰਨੀਆਂ, ਕਹਿੰਦਾ 565, ਕਹਿੰਦਾ ਹੋਰ ਸਟੇਟਾਂ ਕਿੰਨੀਆਂ, ਕਹਿੰਦੇ 11-12 ਸਟੇਟਾਂ ਹੈ, ਕਹਿੰਦਾ ਸਾਰਿਆਂ ਨੂੰ ਵੱਖਰਾ ਵੱਖਰਾ ਦੇਸ਼ ਬਣਾ ਦਈਏ। ਨਹਿਰੂ ਕਹਿੰਦਾ ਮੁਸਲਮਾਨ ਇੱਕ ਵੱਖਰਾ ਦੇਸ਼ ਮੰਗ ਰਹੇ, ਅਸੀਂ ਤਾਂ ਉਹ ਨਹੀਂ ਦੇ ਰਹੇ, ਤੂੰ ਕਹਿੰਦਾ ਪੂਰੇ ਦੇਸ਼ ਦੀ 600 ਟੋਟੇ ਕਰ ਦਈਏ, ਹਾਊ ਇਜ਼ ਇਟ ਪੋਸੀਬਲ। ਸੋ ਡਿੱਕੀ ਨੇ ਆਪਣੇ ਡਿੱਕੀ ਜੇ ਦਿਮਾਗ ਦੇ ਵਿੱਚ ਆਏ ਡਿੱਕੀ ਜੇ ਪਲਾਨ ਨੂੰ ਬੰਦੀ ਕਰਤਾ ਕਿ ਇਹ ਤਾਂ ਮੇਰੇ ਛਿੱਤਰ ਮਾਰਨਗੇ। ਸੋ ਮਾਰਚ 1947 'ਚ ਡਿੱਕੀਜ਼ ਦਾ ਡਿੱਕੀ ਬਰਡ ਪਲਾਨ ਖਤਮ। ਹੁਣ ਸੋਚਣ ਲੱਗ ਪਿਆ ਉਹ ਸੀਰੀਅਸਲੀ ਕਿ ਭਾਰਤ ਦੇ ਮਸਲੇ ਦਾ ਕਰਿਆ ਕੀ ਜਾਵੇ। ਅਪ੍ਰੈਲ ਲੰਘ ਗਿਆ, ਮਈ ਲੰਘ ਗਿਆ, ਉਹਨੇ ਪੂਰਾ ਸਰਵੇ ਕਰਾਇਆ, ਉਹਨੂੰ ਸਮਝ ਆ ਗਈ ਕਿ ਇਸ ਦੇਸ਼ ਦੇ ਘੱਟੋ ਘੱਟ 2 ਟੋਟੇ ਤਾਂ ਹੋਣਗੇ ਹੀ ਹੋਣਗੇ, ਐਟ ਐਨੀ ਕੋਸਟ ਇਸ ਦੇਸ਼ ਦੇ 2 ਟੋਟੇ ਤਾਂ ਹੋਣੇ ਹੀ ਹੋਣੇ ਆ, ਹੋਰ ਕੋਈ ਹੱਲ ਹੀ ਨਹੀਂ ਹੈਗਾ। ਖੈਰ ਉਹਨੇ ਫਿਰ ਇਹ ਮਨ ਬਣਾ ਲਿਆ ਕਿ ਇਸ ਦੇਸ਼ ਦੇ ਹੁਣ 2 ਟੋਟੇ ਕਿਵੇਂ ਹੋਣਗੇ। ਗੌਰ ਫਰਮਾਇਓ ਕਿ ਇਸ ਦੇਸ਼ ਦੇ ਹੁਣ 2 ਟੋਟੇ ਕਿਵੇਂ ਹੋਣਗੇ। ਉਹਨੇ ਸਾਰੇ ਬੁਲਾ ਲਏ ਆਪਣੇ ਵਾਲੇ, ਉਹਨੇ ਕੀ ਕੀਤਾ, ਉਹਨੇ ਨਹਿਰੂ ਜੀ ਬੁਲਾ ਲਏ, ਉਹਨੇ ਜਿਨਾ ਜੀ ਬੁਲਾ ਲਏ, ਅਤੇ ਉਹਨਾਂ ਨੂੰ ਸਮਝਾਇਆ ਕਿ ਬਈ ਇੱਕ ਗੱਲ ਮੰਨੋ ਕਿ ਇਸ ਭਾਰਤ ਦੇ ਵਿੱਚੋਂ ਮੁਸਲਮਾਨਾਂ ਨੂੰ ਇੱਕ ਵੱਖਰਾ ਦੇਸ਼ ਦੇਣਾ ਹੀ ਪੈਣਾ, ਤੇਰੇ ਨਾਲ ਹੀ ਬੈਠਾ ਜਿਨਾ ਪੁੱਛ ਲਾ, ਮਾਹੌਲ ਖਰਾਬ ਕਰਨਗੇ ਨਹੀਂ ਤਾਂ। ਨਹਿਰੂ ਕਹਿੰਦਾ ਜੇ ਐਡੀ ਗੱਲ ਆ ਤਾਂ ਦੇ ਦੇ ਫਿਰ। ਸੋ ਕਹਿੰਦੇ ਜੀ ਅਸੀਂ ਨਾ ਅੰਦਰ ਖਾਤੇ ਪਹਿਲਾਂ ਹੀ ਫਿਕਸ ਕਰ ਰੱਖਿਆ ਕਿ ਬਾਉਂਡਰੀ ਕੀ ਬਣਾਉਣੀ ਹੈ, ਬਸ ਫਾਰਮੈਲਿਟੀ ਵਾਸਤੇ ਆਪਾਂ ਇੱਕ ਕਮੇਟੀ ਬਣਾਵਾਂਗੇ, ਬਾਉਂਡਰੀ ਕਮਿਸ਼ਨ, ਉੱਥੇ ਅਫਸਰ ਲਾਵਾਂਗੇ ਰੈੱਡ ਕਲਿਫ ਨੂੰ, ਉਹ ਸਾਈਨ ਕਰ ਦੂਗਾ ਅਤੇ ਪਤਾ ਲੱਗੂਗਾ ਕਿ ਵਾਕਈ ਸੀਰੀਅਸਲੀ ਕੰਮ ਕੀਤਾ ਗਿਆ। ਹੁਣ ਨਹਿਰੂ ਹੁਣੀ ਕੀ ਕਹਿੰਦੇ, ਕਹਿੰਦੇ ਯਾਰ ਕਰੋ ਜੋ ਕਰਨਾ, ਨਿਬੇੜੋ ਕੰਮ ਸਾਡਾ। ਹੁਣ ਇਹ ਜੂਨ 1947 ਸੀਗਾ, ਇੱਥੋਂ ਤੱਕ ਇੰਟੀਮੇਸ਼ਨ ਆ ਗਈ ਮਾਊਂਟਬੈਟਨ ਨੂੰ ਇੰਗਲੈਂਡ ਤੋਂ ਕਿ ਬਈ ਜੁਲਾਈ 1948 ਨਹੀਂ, ਅਗਸਤ 1947 ਤੱਕ ਦੇਸ਼ ਆਜ਼ਾਦ ਕਰਨਾ, ਜਿਵੇਂ ਮਰਜ਼ੀ ਕਰੋ। ਕਹਿੰਦਾ ਉਹਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹਨੇ ਨਾਲ ਦੀ ਨਾਲ ਇਹ ਦੋਵੇਂ ਮਨਾਏ, ਇਹਨਾਂ ਦੋਵਾਂ ਨੂੰ 3 ਜੂਨ ਨੂੰ ਕਿਹਾ ਕਿ ਕੀ ਤੁਸੀਂ ਰਾਜ਼ੀ ਹੋ ਕਿ ਇੱਕ ਪਾਕਿਸਤਾਨ ਨਾਮ ਦਾ ਵੱਖਰਾ ਦੇਸ਼ ਬਣਾ ਦਿੱਤਾ ਜਾਵੇ, ਜਿਹਨੂੰ ਕੁਛ ਜ਼ਮੀਨ ਪੱਛਮ ਵੱਲੋਂ ਅਤੇ ਕੁਛ ਪੂਰਬ ਵੱਲੋਂ ਦੇ ਦਿੱਤੀ ਜਾਵੇ, ਵੈਸਟ ਪਾਕਿਸਤਾਨ ਅਤੇ ਈਸਟ ਪਾਕਿਸਤਾਨ, ਸਰ ਰੈੱਡ ਕਲਿਫ ਕਮਿਸ਼ਨ ਬਣਾ ਕੇ ਬਾਉਂਡਰੀ ਫਿਕਸ ਕਰ ਲਈ ਜਾਵੇ, ਕੀ ਤੁਸੀਂ ਰਾਜ਼ੀ ਹੋ। ਕਹਿੰਦੇ ਜੇ ਹੋਰ ਕੋਈ ਹੱਲ ਨਹੀਂ ਅਸੀਂ ਰਾਜ਼ੀ ਹਾਂ ਭਰਾਵਾ, ਕਰ ਜੋ ਕਰਨਾ। ਖੈਰ ਕੀਤਾ ਗਿਆ ਫਿਰ ਐਵੇਂ, ਕੀ ਕੀਤਾ ਗਿਆ, ਕੀਤਾ ਇਹ ਗਿਆ, ਬਹੁਤ ਇੰਪੋਰਟੈਂਟ ਗੱਲ ਆ, ਕੀਤਾ ਇਹ ਗਿਆ ਕਿ 3 ਜੂਨ 1947 ਨੂੰ ਮਾਊਂਟਬੈਟਨ ਦਾ ਪਲਾਨ ਸਭ ਦੇ ਸਾਹਮਣੇ ਰੱਖ ਦਿੱਤਾ ਗਿਆ ਕਿ 2 ਦੇਸ਼ ਬਣਨਗੇ ਇੰਡੀਆ ਦੇ ਵਿੱਚੋਂ, ਜੇ ਤੁਸੀਂ ਰਾਜ਼ੀ ਹੋ ਤਾਂ ਖਰੜਾ ਤਿਆਰ ਕਰਕੇ ਇੰਗਲੈਂਡ ਦੀ ਸੰਸਦ 'ਚ ਭੇਜਾਂ, ਉੱਥੋਂ ਸੈਨ ਹੋ ਕੇ ਆਉਣਗੇ। ਕਹਿੰਦਾ ਐ ਨਹੀਂ ਦੇਸ਼ ਆਜ਼ਾਦ ਹੋਣਾ। ਕਹਿੰਦੇ ਯਾਰ ਭੇਜ, ਫਿਰ ਭੇਜ ਦਿੱਤਾ ਗਿਆ। ਉਸ ਖਰੜੇ ਦਾ ਨਾਮ ਸੀ ਇੰਡੀਅਨ ਇੰਡੀਪੈਂਡੈਂਸ ਐਕਟ, ਜਿਹਨੂੰ ਬ੍ਰਿਟਿਸ਼ ਸੰਸਦ ਨੇ 5 ਜੁਲਾਈ 1947 ਨੂੰ ਪਾਸ ਕੀਤਾ, ਤੇ ਉਹਦੇ ਤੇ ਉਸ ਟਾਈਮ ਦੇ ਇੰਗਲੈਂਡ ਦੇ ਰਾਜੇ ਜਾਰਜ 6 ਦੇ 18 ਜੁਲਾਈ 1947 ਨੂੰ ਸਾਈਨ ਹੋਏ, ਤੇ ਉਹਨੇ ਕਹਿਤਾ ਕਿ ਅੱਜ ਤੋਂ ਬਾਅਦ ਅਸੀਂ ਭਾਰਤ ਦੇ ਐਮਪਰਰ ਦੇ ਤੌਰ ਤੇ ਆਪਣੀਆਂ ਸ਼ਕਤੀ ਵਿਹੀਨ ਹੁੰਦੇ ਹਾਂ, ਤੇ ਇਹ ਸੱਤਾ ਸਥਾਂਤਰਨ ਟ੍ਰਾਂਸਫਰ ਆਫ ਪਾਵਰ ਹੋਊਗਾ 15 ਅਗਸਤ 1947 ਨੂੰ, ਤੇ 15 ਅਗਸਤ 1947 ਨੂੰ ਪਾਵਰ ਟ੍ਰਾਂਸਫਰ ਕਰ ਦਿੱਤੀ ਜਾਊਗੀ ਭਾਰਤ ਦੀ ਦੇਸ਼ ਨੂੰ। ਇੱਥੇ 2 ਦੇਸ਼ ਬਣਨਗੇ, ਇੱਕ ਭਾਰਤ ਹੋਊਗਾ, ਇੱਕ ਪਾਕਿਸਤਾਨ, ਤੇ ਪਾਕਿਸਤਾਨ 2 ਪਾਸੇ ਹੋਊਗਾ, ਇੱਕ ਵੈਸਟ ਪਾਕਿਸਤਾਨ, ਇੱਕ ਪੂਰਬੀ ਪਾਕਿਸਤਾਨ। ਉਹ ਅੱਡ ਗੱਲ ਆ ਕਿ 1971 ਦੀ ਇੰਡੋ ਪਾਕਿਸਤਾਨ ਬੰਗਲਾ ਇੰਡੋ ਪਾਕਿਸਤਾਨ ਲੜਾਈ ਤੋਂ ਬਾਅਦ 1972 'ਚੋਂ ਈਸਟ ਪਾਕਿਸਤਾਨ ਵੱਖਰਾ ਦੇਸ਼ ਬਣ ਗਿਆ ਜਿਹਦਾ ਨਾਮ ਸੀ ਬੰਗਲਾਦੇਸ਼। ਉਹ ਬਾਅਦ ਦੀਆਂ ਗੱਲਾਂ ਹੈ, ਪਰ ਇਹ ਕਹਾਣੀ ਸਮਝ ਆ ਗਈ।
ਸੋ 19 ਤਰੀਕ ਨੂੰ ਬ੍ਰਿਟਿਸ਼ ਸੰਸਦ ਨੇ ਉਹ ਐਕਟ ਪਾਸ ਕੀਤਾ ਤੇ ਇੰਗਲੈਂਡ ਦੇ ਰਾਜੇ ਨੇ 19 ਤਰੀਕ ਨੂੰ ਸਾਈਨ ਕੀਤੇ ਤੇ ਉਸ ਇੰਡੀਅਨ ਇੰਡੀਪੈਂਡੈਂਸ ਐਕਟ 'ਚ ਕੀ ਸੀਗਾ ਭਲਾ? ਕਹਿੰਦੇ ਦੋ ਵੱਖੋ ਵੱਖ ਸੰਵਿਧਾਨ ਸਭਾਵਾਂ ਬਣਨਗੀਆਂ ਜਿਹੜੀਆਂ ਆਪਣੇ ਆਪ 'ਚ ਆਜ਼ਾਦ ਹੋਣਗੀਆਂ। ਇਹ ਸੰਵਿਧਾਨ ਸਭਾਵਾਂ ਜਿਹੜੀਆਂ ਨੇ ਇਕੱਲਾ ਸੰਵਿਧਾਨ ਨਹੀਂ ਬਣਾਉਣਗੀਆਂ। ਤੁਹਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਮੰਨ ਲਓ ਅੱਜ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਤਾਂ ਬਣਿਆ ਹੀ ਹੋਇਆ, ਉਸ ਸੰਵਿਧਾਨ ਦੀ ਸ਼ਾਨ ਦੇ ਵਿੱਚ ਸਾਨੂੰ ਕਈ ਵਾਰੀ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਕਾਨੂੰਨਾਂ ਦੀ ਲੋੜ ਪੈਂਦੀ ਹੈ। ਕਦੀ ਕਿਸਾਨ ਬਿੱਲ ਆ ਗਏ, ਕਦੀ ਕੋਈ ਬਿੱਲ ਆ ਗਿਆ, ਕਦੀ ਫਲਾਣਾ ਐਕਟ ਆ ਗਿਆ। ਕਹਿੰਦੇ ਜਿੰਨਾ ਚਿਰ ਇਹ ਸੰਵਿਧਾਨ ਸਭਾ ਹੋਊਗੀ, ਸੰਵਿਧਾਨ ਬਣਾਊਗੀ, ਸੰਵਿਧਾਨ ਨੇ ਤਾਂ ਕੰਮ ਕਰਨਾ ਸ਼ੁਰੂ ਕਰਨਾ ਉਸ ਦਿਨ ਤੋਂ ਜਿਸ ਦਿਨ ਸੰਵਿਧਾਨ ਬਣ ਕੇ ਤਿਆਰ ਹੋਇਆ। ਜਿਹੜੇ ਆਪਾਂ ਨੂੰ ਡੇਲੀ ਬੇਸਿਸ ਤੇ ਕਾਨੂੰਨ ਚਾਹੀਦੇ ਆ, ਕਿਉਂਕਿ ਉਹਨਾਂ ਦੁਨੀਆ ਜ਼ਿੰਦਗੀ ਨੂੰ ਜਾਂ ਦੇਸ਼ ਨੂੰ ਚਲਾਉਣ ਲਈ ਰੈਗੂਲਰ ਨੋਰਮਲ ਕਾਨੂੰਨ ਵੀ ਤਾਂ ਚਾਹੀਦੇ ਆ, ਤਾਂ ਇਹ ਸੰਵਿਧਾਨ ਸਭਾ ਪਾਰਲੀਮੈਂਟ ਦੇ ਤੌਰ ਤੇ ਇੱਕ ਲੈਜਿਸਲੇਟਿਵ ਅਸੈਂਬਲੀ ਦੇ ਤੌਰ ਤੇ ਵੀ ਕੰਮ ਕਰੂਗੀ। ਇੱਕ ਦਿਨ ਚੋਂ ਜੇ 7 ਘੰਟੇ ਕੰਮ ਕਰਿਆ ਕਰੂਗੀ ਤਾਂ 5 ਘੰਟੇ ਸੰਵਿਧਾਨ ਸਭਾ ਸੰਵਿਧਾਨ ਬਣਾਉਣ ਦਾ ਤੇ 2 ਜਾਂ 1.5 ਘੰਟਾ ਕਾਨੂੰਨ ਬਣਾਉਣ ਦਾ, ਪਾਰਲੀਮੈਂਟ ਦੀ ਤਰ੍ਹਾਂ ਕੰਮ ਕਰਿਆ ਕਰੂਗੀ। ਤੇ ਹੋਇਆ ਵੀ ਇਦਾਂ ਹੀ, ਇੱਥੇ ਇਹਨਾਂ ਨੇ ਲਿਖਿਆ ਭਾਰਤ ਦੀ ਸੰਵਿਧਾਨ ਸਭਾ ਨੇ ਮੰਨੀ ਵੀ ਗੱਲ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਸੰਵਿਧਾਨ ਸਭਾ ਸੰਵਿਧਾਨ ਬਣਾਉਣ ਦਾ ਕੰਮ ਕਰਦੀ ਸੀ ਤਾਂ ਮੁਖੀ ਹੁੰਦੇ ਸੀ ਡਾਕਟਰ ਰਜਿੰਦਰ ਪ੍ਰਸਾਦ, ਤੇ ਜਦੋਂ ਉਹੀ ਸੰਵਿਧਾਨ ਸਭਾ ਕਾਨੂੰਨ ਬਣਾਉਣ ਦਾ ਕੰਮ ਕਰਦੀ ਸੀ, ਰੋਜ਼ਮਰ੍ਹਾ ਦੇ ਕਾਨੂੰਨ ਜਿਹੜੇ 1947, 48, 49, 50 'ਚ ਚਾਹੀਦੇ ਸੀ ਸਾਨੂੰ, ਜਿੰਨਾ ਚਿਰ ਸੰਵਿਧਾਨ ਬਣ ਕੇ ਤਿਆਰ ਨਹੀਂ ਸੀ ਹੋ ਜਾਂਦਾ, ਉਦੋਂ ਉਹਨੂੰ ਕਿਹਾ ਜਾਂਦਾ ਸੀ ਕਿ ਦਿਸ ਅਸੈਂਬਲੀ ਇਜ਼ ਨਾਓ ਐਕਟਿੰਗ ਐਜ਼ ਅ ਲੈਜਿਸਲੇਟਿਵ ਅਸੈਂਬਲੀ, ਕਿ ਇਹ ਸੰਵਿਧਾਨ ਸਭਾ ਹੁਣ ਵਿਧਾਨ ਸਭਾ ਦਾ ਕੰਮ ਕਰ ਰਹੀ ਹੈ, ਕੇਂਦਰੀ ਵਿਧਾਨ ਸਭਾ ਮਤਲਬ ਪਾਰਲੀਮੈਂਟ ਦਾ ਕੰਮ ਕਰ ਰਹੀ ਆ। ਤੇ ਇੰਟਰਸਟਿੰਗ ਗੱਲ ਪਤਾ ਕੀ ਆ, ਉਦੋਂ ਉਹਦੇ ਮੁਖੀ ਹੁੰਦੇ ਸੀ ਜੀ.ਵੀ. ਮਲਵੰਕਰ। ਗੌਰ ਫਰਮਾਇਓ, ਉਦੋਂ ਮੁਖੀ ਕੌਣ ਹੁੰਦਾ ਸੀ? ਜੀ.ਵੀ. ਮਲਵੰਕਰ। ਦੱਸੋ ਜੀ, ਲਾਓ ਕਿਸੇ ਨੂੰ ਕੋਈ ਡਾਊਟ? ਸੋ ਓਬੀਅਸਲੀ ਗੱਲ ਆ, ਮੁਸਲਿਮ ਲੀਗ ਵਾਲਿਆਂ ਨੂੰ ਕਿਹਾ ਕਿ ਤੁਸੀਂ ਇਸ ਸੰਵਿਧਾਨ ਸਭਾ ਤੋਂ ਅਸਤੀਫਾ ਦਿਓ, ਤੁਹਾਡਾ ਵੱਖਰਾ ਦੇਸ਼ ਬਣ ਗਿਆ, ਇਹ ਕਾਨੂੰਨ 'ਚ ਲਿਖਿਆ ਸੀ। ਸੋ ਇਸ ਤਰੀਕੇ ਨਾਲ ਇਸ ਸੰਵਿਧਾਨ ਸਭਾ ਨੇ ਕੰਮ ਕਰਨਾ ਸ਼ੁਰੂ ਕਰਨਾ ਸੀ। 15 ਅਗਸਤ 1947 ਨੂੰ ਜਦੋਂ ਇਹ ਸਾਰਾ ਕੰਮ ਫਾਈਨਲੀ ਹੋ ਚੁੱਕਿਆ ਸੀ, 389 399 ਮੈਂਬਰਾਂ ਦੀ ਜਗ੍ਹਾ ਤੇ 399 ਮੈਂਬਰਾਂ ਦੀ ਜਗ੍ਹਾ ਤੇ 299 ਮੈਂਬਰ ਰਹਿ ਗਏ, ਤੇ ਗੌਰ ਕਰਿਓ 296 ਮੈਂਬਰਾਂ ਦੀ ਜਗ੍ਹਾ ਤੇ ਕੇਵਲ 229 ਰਹਿ ਗਏ। ਯਾਦ ਆ 296 ਚੁਣੇ ਜਾਣੇ ਸੀ, ਤੇ ਰਜਵਾੜੇ 93 ਦੀ ਜਗ੍ਹਾ ਤੇ 70 ਰਹਿ ਗਏ, ਕਿਉਂਕਿ ਪੰਜਾਬ ਭਾਰਤ ਦੀਆਂ ਰਿਆਸਤਾਂ 565 ਤੋਂ ਘੱਟ ਕੇ 552 ਰਹਿ ਗਈਆਂ। ਲਓ ਜੀ, ਹੁਣ ਇਹਨਾਂ 70 ਰਾਜਿਆਂ ਨੂੰ ਕਿਹਾ ਗਿਆ ਕਿ ਤੁਸੀਂ ਤਾਂ ਇੰਡੀਆ ਦੇ ਧਰਤੀ ਦੇ ਵਿੱਚ ਹੀ ਫਸ ਗਏ, ਤੁਹਾਨੂੰ ਤਾਂ ਸੰਵਿਧਾਨ ਸਭਾ 'ਚ ਜਾਣਾ ਹੀ ਪੈਣਾ ਹੈ, ਤੁਹਾਨੂੰ ਤਾਂ ਆਪਣਾ ਬੰਦਾ ਭੇਜਣਾ ਹੀ ਪੈਣਾ ਹੈ। ਹੁਣ ਤੁਸੀਂ ਦੱਸੋ ਕਿ ਪਹਿਲਾਂ ਤਾਂ ਸੁਚੇਤ ਸਿੰਘ ਭੇਜਿਆ ਸੀ ਪੈਪਸੂ ਵਾਲਿਆਂ ਨੇ, ਜਾਂ ਪਟਿਆਲਾ ਨਾਭਾ ਰਿਆਸਤ ਨੇ, 47 ਤੋਂ ਬਾਅਦ ਭੇਜਿਆ ਕਿਹਨੂੰ ਆ? ਬਹੁਤ ਇੰਪੋਰਟੈਂਟ ਨਾਮ ਆ, ਤੁਸੀਂ ਉਹ ਨਾਮ ਸੁਣਿਆ ਵੀ ਹੋਇਆ ਹੈ, ਬਹੁਤ ਇੰਟਰਸਟਿੰਗ ਆ, ਸੋਚ ਕੇ ਸਰਚ ਕਰਕੇ ਲੱਭੋ, ਬਹੁਤ ਇੰਟਰਸਟਿੰਗ ਨਾਮ ਆ, ਬੜਾ ਕਾਮਨ ਨਾਮ ਆ, ਮੇਰੇ ਲਈ ਕਾਮਨ ਨਹੀਂ ਤੁਹਾਡੇ ਲਈ ਕਾਮਨ ਆ, ਜਿਹੜੇ ਬੰਦੇ ਪੰਜਾਬ ਦੀ ਪੋਲੀਟੀਕਲ ਹਿਸਟਰੀ ਨੂੰ ਪੜ੍ਹਦੇ ਆ। ਖੈਰ, ਇਹ ਵੀ ਗੱਲ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਗਈ। ਹੁਣ ਤੁਸੀਂ ਕਹੋਗੇ ਕਿ ਸਰ ਇੱਕ ਗੱਲ ਤਾਂ ਸਮਝ ਆ ਗਈ ਕਿ 15 ਅਗਸਤ 1947 ਤੋਂ ਬਾਅਦ ਇਸ ਸੰਵਿਧਾਨ ਸਭਾ ਨੇ ਕੰਮ ਕਰਨ 'ਚ ਰਫਤਾਰ ਫੜੀ ਹੋਊਗੀ, ਸੰਵਿਧਾਨ ਸਭਾ ਨੇ ਕੰਮ ਕਰਨ 'ਚ ਰਫਤਾਰ ਫੜੀ ਹੋਊਗੀ, ਠੀਕ ਆ ਜੀ ਗੱਲ, ਆ ਜਾਓ ਅੱਗੇ। ਹੁਣ ਦੇਖੋ ਇਸ ਸੰਵਿਧਾਨ ਸਭਾ ਨੇ ਕਿਹੜੇ ਕਿਹੜੇ ਕਾਰਜ ਰਚਾਏ ਆ, ਸਮਝੀਏ ਨਾ, ਬਹੁਤ ਇੰਟਰਸਟਿੰਗ ਗੱਲ ਆ ਕਿ ਇਸ ਸੰਵਿਧਾਨ ਸਭਾ ਨੇ ਕਿਹੜੇ ਕਿਹੜੇ ਕੰਮ ਕਰੇ ਆ। ਸਭ ਤੋਂ ਵੱਡਾ ਕੰਮ ਇਸ ਸੰਵਿਧਾਨ ਸਭਾ ਨੇ ਕੀ ਕੀਤਾ, ਦੇਸ਼ ਦੀ ਆਜ਼ਾਦੀ ਹੋਈ ਆ 15 ਅਗਸਤ 1947। ਤੁਸੀਂ ਕਹੋਗੇ ਸਰ ਉਸ ਤੋਂ ਪਹਿਲਾਂ ਤਾਂ ਸੁੱਤੇ ਹੀ ਪਏ ਸੀ, ਕਿਉਂਕਿ ਇਹਨਾਂ ਨੂੰ ਕਿਹੜਾ ਪਤਾ ਸੀਗਾ ਕਿ ਕੀ ਬਣਨਾ ਹੈ, ਪਰ ਇੱਕ ਕੰਮ ਇਹਨਾਂ ਨੇ ਜ਼ਰੂਰ ਬੜਾ ਕੰਮ ਦਾ ਕੀਤਾ, ਦੇਸ਼ ਦੀ ਆਜ਼ਾਦੀ ਤੋਂ ਪੌਣਾ ਕੁ ਮਹੀਨਾ ਪਹਿਲਾਂ 22 ਜੁਲਾਈ 1947 ਨੂੰ
ਇਹਨਾਂ ਨੇ ਕਿਹਾ 15 ਅਗਸਤ ਨੂੰ ਅਸੀਂ ਆਜ਼ਾਦ ਹੋਣਾ ਹੈ ਤੇ ਝੰਡਾ ਕਿਹੜਾ ਚਲਾਵਾਂਗੇ। ਸੰਵਿਧਾਨ ਸਭਾ ਨੇ ਅਜੇ ਤੱਕ ਇੱਕ ਵੀ ਝੰਡੇ ਨੂੰ ਪਾਰਤ ਨਹੀਂ ਕੀਤਾ, ਤਾਂ ਵੈਨਕੇ ਪਿੰਗਾਲੀ ਦਾ ਬਣਾਇਆ ਹੋਇਆ ਉਹ 3 ਰੰਗਾ ਝੰਡਾ ਜਿਹੜਾ ਸੀਗਾ, ਜਿਹਦੀ ਚੜਾਈ 3 ਤੇ ਲੰਬਾਈ 2:1 ਸੀ, ਵਿੱਚ ਉਹਦੇ ਅਸ਼ੋਕ ਦਾ ਧਮਾ ਨੂੰ ਰਿਪ੍ਰੈਜ਼ੈਂਟ ਕਰਦਾ ਹੋਇਆ ਅਸ਼ੋਕ ਚੱਕਰ ਸੀ, ਤੇ 3:2 ਚ ਇਹ ਫਲੈਗ ਵੈਨਕਿਆ ਪਿੰਗੈਲੀ ਦਾ ਬਣਾਇਆ ਹੋਇਆ ਫਲੈਗ, ਇਹਨੂੰ ਸਾਡੀ ਸੰਵਿਧਾਨ ਸਭਾ ਨੇ ਰਾਸ਼ਟਰੀ ਝੰਡੇ ਦੇ ਤੌਰ ਤੇ ਅਡਾਪਟ ਕਰ ਲਿਆ। ਸੋ ਬਹੁਤ ਇੰਪੋਰਟੈਂਟ ਗੱਲ ਆ, ਪਹਿਲਾ ਕੰਮ ਤਾਂ ਉਹਨਾਂ ਨੇ ਆ ਕੀਤਾ। ਆਹ ਦੱਸੋ ਜੀ ਗੱਲ ਸਮਝ ਆ ਗਈ? ਸੋ ਸੰਵਿਧਾਨ ਸਭਾ ਨੇ 22 ਜੁਲਾਈ 1947 ਨੂੰ ਇਹ ਬੜਾ ਵੱਡਾ ਕੰਮ ਕੀਤਾ। ਉਸ ਤੋਂ ਬਾਅਦ ਸੰਵਿਧਾਨ ਸਭਾ ਨੇ ਹੋਰ ਕੀ ਕੰਮ ਕੀਤੇ ਮੈਂ ਲਾਈਨ ਵਾਈਜ਼ ਪੜਾਉਂਗਾ, ਤੁਸੀਂ ਕਹੋ ਵਿੱਚੋਂ ਸਰ ਬੜਾ ਕੁਝ ਛੱਡ ਗਏ। ਇਹ ਨਹੀਂ, ਕੁਝ ਨਹੀਂ ਛੱਡਿਆ, ਮੈਂ ਬਿਲਕੁਲ ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਕੀ ਪੜਾਇਆ ਹੈ ਤੇ ਕੀ ਕਰਨਾ ਹੈ। ਲਓ ਜੀ, ਸਭ ਤੋਂ ਇੰਪੋਰਟੈਂਟ ਗੱਲ, ਸੰਵਿਧਾਨ ਸਭਾ ਬਣ ਗਈ, ਮੈਂ ਪੂਰੇ ਸੀਕੁਐਂਸ 'ਚ ਪੜਾ ਕੇ ਜਾਣਾ ਹੈ। ਸੋ ਪਹਿਲੀ ਗੱਲ ਤਾਂ ਇਹ ਟੈਨਸ਼ਨ ਨਾ ਲਿਓ ਕਿ ਆਪਾਂ ਕੋਈ ਚੀਜ਼ ਛੱਡ ਕੇ ਜਾਵਾਂਗੇ, ਮਤਲਬ ਹੀ ਨਹੀਂ ਕਿ ਕੋਈ ਚੀਜ਼ ਛੁੱਟੂਗੀ। ਸਾਰੀ ਜਿੰਨੇ ਜਾਣੇ ਇੱਥੇ ਬੈਠ ਕੇ ਪੜ੍ਹ ਰਹੇ ਆ ਸਭ ਨੂੰ ਫੁੱਲ ਡਿਟੇਲ 'ਚ ਸਮਝ ਆਊਗੀ। ਖੈਰ ਆ ਜਾਓ, ਅੱਗੇ ਆ ਜਾਓ। ਸੰਵਿਧਾਨ ਸਭਾ ਤਾਂ ਹੋ ਗਈ, ਹੁਣ ਇੱਕ ਪੰਗਾ ਹੋਰ ਖੜਾ ਹੋ ਗਿਆ। ਕਹਿੰਦੇ ਐਡੀ ਤਗੜੀ ਸੰਵਿਧਾਨ ਸਭਾ, 299 ਮੈਂਬਰ ਆ ਹੁਣ, ਪਹਿਲਾਂ 399 ਸੀ ਹੁਣ 299 ਆ, ਜਿਹਦੇ ਚੋਂ ਮਤਲਬ ਕਿ 229 ਉਹ ਆ, ਫਿਰ ਬਾਕੀ 70 ਮੈਂਬਰ ਸੰਵਿਧਾਨ ਉਹਦੇ ਵੀ ਆ, ਦੂਜੇ ਵੀ ਆ। ਬਈ ਕਹਿੰਦੇ ਸੰਵਿਧਾਨ ਲਿਖੂਗਾ ਕੌਣ? ਸਭ ਤੋਂ ਵੈਸੇ ਤਾਂ ਬੜੀਆਂ ਕਮੇਟੀਆਂ 23-24 ਕਮੇਟੀਆਂ ਬਣਾਈਆਂ ਸੀ ਸੰਵਿਧਾਨ ਸਭਾ ਦੀਆਂ, ਫੰਡਾਮੈਂਟਲ ਰਾਈਟਸ, ਬੁਨਿਆਦੀ ਅਧਿਕਾਰਾਂ ਦੀ ਅੱਡ ਕਮੇਟੀ, ਮਾਈਨੋਰਟੀਜ਼, ਘੱਟ ਗਿਣਤੀਆਂ ਤੇ ਅੱਡ ਕਮੇਟੀ, ਇਹਨਾਂ ਤੇ ਅੱਡ। ਕਹਿੰਦੇ ਪਰ ਇੱਕ ਗੱਲ ਆ, ਚੈਪਟਰ ਤਾਂ ਬਹੁਤ ਜਾਣਿਆਂ ਤੋਂ ਲਿਖਾ ਲਾਂਗੇ, ਪਰ ਪਹਿਲਾ ਚੈਪਟਰ ਕਿਹੜਾ ਹੈ, ਦੂਜਾ ਕਿਹੜਾ ਹੈ, ਤੀਜਾ ਕਿਹੜਾ ਹੈ? ਮੈਥ ਦੀ ਕਿਤਾਬ ਲਿਖੋਗੇ ਤਾਂ ਸਭ ਤੋਂ ਪਹਿਲਾਂ ਬੇਸਿਕ ਮੈਥ ਪਾਉਣਾ ਹੈ ਕਿ ਸਭ ਤੋਂ ਪਹਿਲਾਂ ਪਰਮੂਟੇਸ਼ਨ ਕੰਬੀਨੇਸ਼ਨ ਪਾਉਣਾ ਹੈ, ਡਰਾਫਟ ਕੌਣ ਕਰੂਗਾ ਤੇ ਸਾਰਿਆਂ ਦੀ ਕਾਪੀ ਕੌਣ ਚੈੱਕ ਕਰੂਗਾ ਕਿ ਆ ਠੀਕ ਆ ਗਲਤ ਆ, ਡਰਾਫਟ ਕਮੇਟੀ ਦਾ ਚੇਅਰਮੈਨ ਕਿਹਨੂੰ ਲਾਉਣਾ? ਕਹਿੰਦੇ ਉਹ ਤਾਂ ਕੋਈ ਹੈ ਹੀ ਨਹੀਂ ਆਪਣੇ ਕੋਲ। ਅਸਲ 'ਚ ਇੱਕ ਸ਼ਖਸ ਦਾ ਨਾਮ ਸੀ ਭੀਮ ਰਾਓ ਰਾਮਜੀ ਅੰਬੇਦਕਰ, ਜਿਹਨੂੰ ਆਪਾਂ ਡਾਕਟਰ ਭੀਮ ਰਾਓ ਅੰਬੇਦਕਰ, ਡਾਕਟਰ BR ਅੰਬੇਦਕਰ ਕਹਿੰਦੇ ਹਾਂ। ਉਹਨਾਂ ਨਾਲ ਇੱਕ ਬੜੀ ਭੈੜੀ ਘਟਨਾ ਘਟੀ, ਪਹਿਲਾਂ ਮੈਂ ਉਹਨਾਂ ਨਾਲ ਹੋਈ ਘਟਨਾ ਬਾਰੇ ਸੁਣਾ ਦਾਂ। ਕਹਿੰਦੇ ਆ 1946 'ਚ ਜਦੋਂ ਚੋਣਾਂ ਹੋਈਆਂ ਸੀ ਨਾ, ਤਾਂ ਉਸ ਵੇਲੇ BR ਅੰਬੇਦਕਰ ਜਿਹੜੇ ਸੀਗੇ ਬੇਸਿਕਲੀ ਉਹ ਬੰਗਾਲ ਤੋਂ ਚੁਣੇ ਗਏ ਸੀਗੇ, ਠੀਕ ਆ, ਈਸਟ ਬੰਗਾਲ ਤੋਂ। ਪਰ ਉਹ ਜਿਹੜਾ ਜਿੱਥੋਂ ਉਹ ਚੁਣ ਕੇ ਆਏ ਸੀਗੇ ਉਹ ਜਗ੍ਹਾ ਚਲੇ ਗਈ ਪਾਕਿਸਤਾਨ 'ਚ, ਅੰਬੇਦਕਰ ਇੰਡੀਆ 'ਚ ਰਹਿ ਗਏ। ਸੋ ਉਹ ਹੁਣ ਸੰਵਿਧਾਨ ਸਭਾ ਦੇ ਮੈਂਬਰ ਦੇ ਤੌਰ 'ਤੇ ਖਾਰਜ ਹੋ ਗਏ ਵਿਚਾਰੇ, ਪਰ ਉਹਨਾਂ ਨੂੰ ਸੰਵਿਧਾਨ ਸਭਾ 'ਚ ਲੈਣਾ ਬੜਾ ਜ਼ਰੂਰੀ ਸੀ, ਇਸ ਕਰਕੇ 1947 ਤੋਂ ਬਾਅਦ ਉਹਨਾਂ ਨੂੰ ਦੁਬਾਰਾ ਫਿਰ ਪੁਣੇ ਸੀਟ ਤੋਂ ਮਤਲਬ ਕਿ MR ਜ਼ਾਇਕਰ ਨੂੰ ਰਿਜ਼ਾਈਨ ਕਰਵਾ ਕੇ ਉਹਦੀ ਜਗ੍ਹਾ 'ਤੇ ਉਹਨਾਂ ਨੂੰ ਸੰਵਿਧਾਨ ਸਭਾ ਦੇ ਵਿੱਚ ਦੁਬਾਰਾ ਫਿਰ ਲਿਆਂਦਾ ਗਿਆ। ਹੈ ਨਾ ਇੰਟਰਸਟਿੰਗ ਗੱਲ, ਮੋਸਟ ਇੰਪੋਰਟੈਂਟ ਗੱਲ ਆ, ਆ ਜਾਓ ਵਾਪਸ। ਸੋ ਬਹੁਤ ਸਾਰੀਆਂ ਡਿਟੇਲਾਂ ਤੁਹਾਨੂੰ ਸੰਵਿਧਾਨ ਸਭਾ ਬਾਰੇ ਪਤਾ ਲੱਗਣਗੀਆਂ, ਤੇ ਬਹੁਤ ਸ਼ੌਕਿੰਗ ਹੋਊਗਾ ਕਿ ਵਾਕਈ ਸਾਡੇ ਸਾਰੇ ਫੈਕਟਸ ਜਿਹੜੇ ਆ ਉਹ ਕਲੀਅਰ ਹੁੰਦੇ ਜਾ ਰਹੇ ਆ। ਸੋ ਉਹਨਾਂ ਨੂੰ ਕਿਹਾ ਕਿ ਸੰਵਿਧਾਨ ਦੀਆਂ ਜਿੰਨੀਆਂ ਟੌਪ ਲੈਵਲ ਦੀਆਂ ਕਮੇਟੀਆਂ ਬਣਨਗੀਆਂ ਨਾ, ਉਹ 'ਚੋਂ ਸਭ ਤੋਂ ਸਿਖਰ ਦੀ ਹੋਊਗੀ ਤੁਹਾਡੀ ਕਮੇਟੀ, ਡਰਾਫਟਿੰਗ ਕਮੇਟੀ, ਜਿਹਨੇ ਸੰਵਿਧਾਨ ਨੂੰ ਡਰਾਫਟ ਕਰਨਾ ਹੈ। 29 ਅਗਸਤ 1947 ਨੂੰ ਬਣਾਈ ਗਈ ਸੰਵਿਧਾਨ ਦੀ ਡਰਾਫਟਿੰਗ ਕਮੇਟੀ, ਤੇ ਉਹਦੇ ਚੇਅਰਮੈਨ ਲਾਇਆ ਗਿਆ BR ਅੰਬੇਦਕਰ ਨੂੰ। ਡਰਾਫਟਿੰਗ ਦਾ ਸਮਝ ਗਏ ਨਾ ਮਤਲਬ ਕਿ ਪਹਿਲਾ ਚੈਪਟਰ ਪਰਮੂਟੇਸ਼ਨ ਹੋਊਗਾ ਕਿ ਪਹਿਲਾ ਚੈਪਟਰ ਮੇਕਿੰਗ ਆਫ ਕੀ ਹੋਊਗਾ। ਕਿਤਾਬ ਪੜ੍ਹ ਕੇ ਦੇਖੋ ਪੋਲਿਟੀ ਦੀ ਸੀਕੁਐਂਸ 'ਚ ਸਮਝ ਆਉਂਦੀ ਆ, ਜੇ ਪਹਿਲਾਂ ਲਾਸਟ ਵਾਲਾ ਚੈਪਟਰ ਸ਼ੁਰੂ 'ਚ ਪਾ ਦਈਏ ਤੇ ਮੇਕਿੰਗ ਆਫ ਕੰਸਟੀਟਿਊਸ਼ਨ ਬਾਅਦ 'ਚ ਪਾ ਦਈਏ, ਫੰਡਾਮੈਂਟਲ ਰਾਈਟਸ ਉਸ ਤੋਂ ਵੀ ਅੱਗੇ ਸਿੱਟ ਦਈਏ, ਫਿਰ ਤਾਂ ਕਰ ਲਈਆਂ ਪੜ੍ਹਾਈਆਂ ਤੁਸੀਂ। ਸੋ ਡਰਾਫਟਿੰਗ ਇਜ਼ ਬਹੁਤ ਇੰਪੋਰਟੈਂਟ ਕੰਮ ਹੁੰਦਾ ਹੈ। ਸੋ ਸੰਵਿਧਾਨ ਸਭਾ ਨੇ ਬਹੁਤ ਸਾਰੀਆਂ ਕਮੇਟੀਆਂ ਬਣਾਈਆਂ, ਜਿਨ੍ਹਾਂ 'ਚੋਂ ਕਹਿੰਦੇ ਆ 8 ਮੁੱਖ ਕਮੇਟੀਆਂ ਸੀ ਤੇ ਬਾਕੀ ਮਾਈਨਰ ਕਮੇਟੀਆਂ ਸੀ।
8 ਕਮੇਟੀਆਂ ਮੇਜਰ ਕਮੇਟੀਆਂ ਕਹਾਉਂਦੀਆਂ ਹੈ। ਬਹੁਤ ਇੰਪੋਰਟੈਂਟ ਗੱਲ ਦੱਸ ਰਿਹਾ, 8 ਕਮੇਟੀਆਂ ਮੇਜਰ ਕਮੇਟੀਆਂ ਸੀ, ਉਹ 8 ਕਮੇਟੀਆਂ ਮੇਜਰ ਕਿਹੜੀਆਂ ਸੀ? ਯੂਨੀਅਨ ਪਾਵਰ ਕਮੇਟੀ, ਕੇਂਦਰੀ ਸੱਤਾ ਕਮੇਟੀ, ਜਿਹਨੇ ਇਹ ਤੈਅ ਕਰਨਾ ਸੀ ਕਿ ਕੇਂਦਰ ਸਰਕਾਰ ਦੀਆਂ ਪਾਵਰਾਂ ਕੀ ਹੋਣਗੀਆਂ, ਉਹਦੇ ਮੁਖੀ ਨਹਿਰੂ ਆਪ ਸੀ। ਕੇਂਦਰੀ ਸੰਵਿਧਾਨ ਕਮੇਟੀ, ਜਿਹਨੇ ਤੈਅ ਕਰਨਾ ਸੀ ਕਿ ਕੇਂਦਰ ਦਾ ਸੰਵਿਧਾਨ ਯੂਨੀਅਨ ਦੇ ਕਿਹੜੇ ਕਿਹੜੇ ਆਰਟੀਕਲ ਅਨੁਛੇਦ ਹੋਣਗੇ, ਨਹਿਰੂ ਆਪ ਉਹਦੇ ਪ੍ਰਧਾਨ ਮੰਤਰੀ। ਇੱਕ ਸੀ ਸੂਬਿਆਂ ਦੇ ਸੰਵਿਧਾਨ ਬਣਾਉਣ ਵਾਲੀ, ਸਟੇਟਾਂ ਨੂੰ ਕਿਹੜੇ ਕਿਹੜੇ ਹੱਕ ਮਿਲਣੇ ਆ, ਉਹਨਾਂ ਦੇ ਪ੍ਰਧਾਨ ਸੀ ਪਟੇਲ। ਇੱਕ ਡਰਾਫਟਿੰਗ ਕਮੇਟੀ, ਜਿਹਨੂੰ ਬਿਲਕੁਲ ਇਹ ਦੱਸਿਆ ਗਿਆ ਸੀਗਾ ਕਿ ਕਿਵੇਂ ਢਾਂਚਾ ਬਣਨਾ ਹੈ ਸੰਵਿਧਾਨ ਦਾ, ਉਹਦੇ ਪ੍ਰਧਾਨ ਸੀਗੇ ਖਰੜਾ ਕਮੇਟੀ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਸਕਦੇ ਹਾਂ B.R. ਅੰਬੇਦਕਰ। ਇੱਕ ਸੀ ਫੰਡਾਮੈਂਟਲ ਰਾਈਟਸ, ਮੌਲਿਕ ਅਧਿਕਾਰ, ਘੱਟ ਗਿਣਤੀਆਂ ਅਤੇ ਕਬੀਲਾਈ ਖੇਤਰ ਅਤੇ ਬਚੇ ਵਾਧੂ ਦੇ ਖੇਤਰ, ਸ਼ਡਿਊਲਡ ਏਰੀਆ ਜਿਹਨਾਂ ਨੂੰ ਹੁਣ ਕਹਿ ਦਿੰਦੇ ਆ, ਉਹਨਾਂ 'ਤੇ ਸਲਾਹਕਾਰ ਕਮੇਟੀ ਜਿਹਦੇ ਮੁਖੀ ਸੀ ਪਟੇਲ। ਇਹ ਸਭ ਤੋਂ ਭੈੜੀ ਗੱਲ ਆ। ਇਸ ਕਮੇਟੀ ਦੇ ਅੰਦਰ ਬਣੀਆਂ 4 ਸਬ ਕਮੇਟੀਆਂ, ਕਹਿੰਦੇ ਫੰਡਾਮੈਂਟਲ ਰਾਈਟਸ ਦੀ ਸਬ ਕਮੇਟੀ ਦੇ ਮੁਖੀ ਕਿਰਪਲਾਨੀ, ਮਾਈਨੋਰਟੀਜ਼ ਦੇ ਬਣੀ ਸਬ ਕਮੇਟੀ ਦੇ ਐਕਸੀ ਮੁਖਰਜੀ, ਜਿਹੜੀ ਟ੍ਰਾਈਬਲ ਅਫੇਅਰਸ ਦੀ ਸਬ ਕਮੇਟੀ ਸੀ ਉਹਦੇ ਗੋਪੀਨਾਥ ਬੜਦੋਲੀ, ਤੇ ਜਿਹੜੀ ਐਕਸਕਲੂਡਡ ਏਰੀਆ ਦੀ ਸਬ ਕਮੇਟੀ ਸੀ ਉਹਦੇ ਤੇ AV ਠੱਕਰ। ਸੋ ਇਹ ਲੋਕ ਬਣੇ ਪ੍ਰਧਾਨ। ਮੋਸਟ ਮੋਸਟ ਇੰਪੋਰਟੈਂਟ ਗੱਲ ਦੱਸਦਾ ਤੁਹਾਨੂੰ ਮੈਂ, ਸੋ ਬਹੁਤ ਇੰਪੋਰਟੈਂਟ ਆ, ਸੋ ਇਹ ਪੇਪਰ 'ਚ ਆ ਸਕਦਾ ਹੈ। ਕਿਹੜੀ ਕਿਹੜੀ ਕਮੇਟੀ ਦੇ ਕੌਣ ਕੌਣ ਪ੍ਰਧਾਨ ਬਣੇ, ਪੱਲੇ ਪੈ ਗਈ ਗੱਲ, ਸੋ ਬਹੁਤ ਇੰਪੋਰਟੈਂਟ ਆ। ਸੋ ਫਿਰ ਉਸ ਤੋਂ ਬਾਅਦ ਰੂਲਸ ਕਮੇਟੀ, ਨਿਯਮ ਪ੍ਰਕਿਰਿਆ ਕਮੇਟੀ, ਜਿਹਨੇ ਇਹ ਬਣਾਉਣਾ ਸੀ ਕਿ ਜਦੋਂ ਇਹ ਸੰਵਿਧਾਨ ਬਣ ਗਿਆ ਉਸ ਤੋਂ ਬਾਅਦ ਸੰਸਦ ਬਣੂਗੀ, ਉਹਦੇ ਨਿਯਮ ਤੈਅ ਕਰਨ ਵਾਲੀ ਕਮੇਟੀ, ਉਹਦੇ ਮੁਖੇ ਰਜਿੰਦਰ ਪ੍ਰਸਾਦ। ਜਿਹੜੀ ਕਮੇਟੀ ਨੇ ਸਟੇਟਾਂ ਦੇ ਨਾਲ ਨੈਗੋਸ਼ੀਏਟ ਕਰਨਾ ਸੀ, ਸਮਝੌਤੇ ਕਰਨੇ ਸੀ ਕਿ ਸਟੇਟਾਂ ਤੇ ਸੈਂਟਰ ਦੇ ਸੰਬੰਧ ਕਿਵੇਂ ਹੋਣਗੇ, ਉਹਦੇ ਮੁਖੀ ਨਹਿਰੂ ਆਪ। ਤੇ ਸਟੀਰਿੰਗ ਕਮੇਟੀ, ਇਹ ਵੀ ਲੋਕ ਸਭਾ ਦੇ ਕੰਮਕਾਜ ਨਾਲ, ਸੰਸਦ ਦੇ ਕੰਮਕਾਜ ਨਾਲ ਸੰਬੰਧਿਤ ਕਮੇਟੀ, ਉਹਦੇ ਪ੍ਰਧਾਨ ਰਜਿੰਦਰ ਪ੍ਰਸਾਦ, ਜਿਹੜੇ ਕਿ ਸੰਵਿਧਾਨ ਸਭਾ ਦੇ ਵੀ ਮੁਖੀ ਸੀ ਉਹ ਬਣੇ। ਸੋ ਸਭ ਤੋਂ ਮਹੱਤਵਪੂਰਨ ਕਮੇਟੀ ਸੀਗੀ ਡਰਾਫਟਿੰਗ ਕਮੇਟੀ, ਖਰੜਾ ਕਮੇਟੀ, ਜਿਸਨੂੰ ਅਗਸਤ 29 1947 'ਚ ਬਣਾਇਆ ਗਿਆ, ਜਿਹਦੇ 'ਚ 7 ਮੈਂਬਰ ਸੀ ਪਰ 2 ਮੈਂਬਰਾਂ ਦੀ ਮੌਤ ਤੋਂ ਬਾਅਦ ਰਿਪਲੇਸਮੈਂਟ ਹੋਈ ਆ। ਉਹ 7 ਮੈਂਬਰ ਕਿਹੜੇ ਕਿਹੜੇ ਸੀ? ਡਾਕਟਰ B.R. ਅੰਬੇਦਕਰ ਚੇਅਰਮੈਨ, ਗੋਪਾਲਾ ਸਵਾਮੀ ਅਯੰਗਰ, ਅਲਾਦੀ ਕ੍ਰਿਸ਼ਨਾ ਸਵਾਮੀ ਅਯਰ, KM ਮੁਨਸ਼ੀ, ਸੈਯਦ ਮੁਹੰਮਦ ਸੈਦੁੱਲਾ। ਉਸ ਤੋਂ ਬਾਅਦ ਇੱਕ ਬਹੁਤ ਇੰਪੋਰਟੈਂਟ, N. ਮਾਧਵ ਰਾਓ, ਜਿਨ੍ਹਾਂ ਨੇ ਰਿਪਲੇਸ ਕੀਤਾ ਸੀ B.L. ਮਿਟਰ ਨੂੰ, ਅਤੇ ਦੂਜਾ ਨਾਮ T.T. ਕ੍ਰਿਸ਼ਨ ਆਚਾਰਿਆ, ਯਾਦ ਆ ਇਹਨਾਂ ਨੂੰ 1948 'ਚ ਇਕੱਲਾ ਡਰਾਫਟਿੰਗ ਕਮੇਟੀ ਦੇ ਮੈਂਬਰ ਨਹੀਂ ਲਾਇਆ ਗਿਆ, ਸੰਵਿਧਾਨ ਸਭਾ ਦੇ ਦੂਜੇ ਡਿਪਟੀ ਚੇਅਰਮੈਨ ਵੀ ਨਾਲ ਹੀ ਲਾਇਆ ਗਿਆ ਸੀਗਾ। ਮੋਸਟ ਇੰਪੋਰਟੈਂਟ ਗੱਲ ਆ। ਸੋ T.T. ਕ੍ਰਿਸ਼ਨ ਆਚਾਰਿਆ। ਸੋ ਇਹ ਗੱਲ ਤਾਂ ਤੁਹਾਨੂੰ ਸਭ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ, ਅਤੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ, ਬਹੁਤ ਔਖਾ ਸੀ ਇੰਨੀਆਂ ਕਮੇਟੀਆਂ, ਇਕੱਲੀਆਂ ਇਹ 8 ਕਮੇਟੀਆਂ ਨਹੀਂ, 8-9 ਕਮੇਟੀਆਂ ਪੜ੍ਹਾਈਆਂ ਮੈਂ, 15-20-22 ਕਮੇਟੀਆਂ ਸੀ, ਇਕੱਲੀ ਇਕੱਲੀ ਕਮੇਟੀ ਨੂੰ ਛੋਟਾ ਛੋਟਾ ਕੰਮ ਕੀਤਾ, ਸਾਰੀਆਂ ਕਮੇਟੀਆਂ ਤੋਂ ਸਾਰੇ ਖਰੜੇ ਫੜੇ, ਡਰਾਫਟ ਫੜੇ, ਫਿਰ ਉਹਨਾਂ ਨੂੰ ਪੜ੍ਹਿਆ, ਗਲਤੀਆਂ ਠੀਕ ਕੀਤੀਆਂ, ਵਾਪਸ ਭੇਜਿਆ, ਇੰਨਾ ਦਿਮਾਗ ਖਪਾਇਆ, ਫਿਰ ਉਸ ਤੋਂ ਬਾਅਦ ਉਹਨੂੰ ਸਾਰੇ ਨੂੰ ਸੀਕੁਐਂਸ 'ਚ ਲਾਇਆ, ਫਿਰ ਉਹਦਾ ਇੱਕ ਸੰਵਿਧਾਨ ਬਣਾਇਆ, ਅਤੇ ਸਾਰੀ ਹੀ ਸੰਵਿਧਾਨ ਸਭਾ ਨੂੰ ਦੇਤਾ ਪਹਿਲੀ ਮੀਟਿੰਗ ਵਾਸਤੇ 4 ਨਵੰਬਰ 1948 ਨੂੰ ਉਹਦੀ ਪਹਿਲੀ ਰੀਡਿੰਗ ਹੋਈ। ਪਹਿਲੀ ਰੀਡਿੰਗ ਤੋਂ ਪਹਿਲੀ ਰੀਡਿੰਗ ਦਾ ਮਤਲਬ ਆ ਕਿ ਸਭ ਨੂੰ ਉਹ ਦੇ ਦਿੱਤਾ ਗਿਆ, ਅਤੇ 15 ਨਵੰਬਰ 1948 ਤੋਂ ਲੈ ਕੇ 17 ਅਕਤੂਬਰ 1949 ਤੱਕ ਦੂਜੀ ਰੀਡਿੰਗ ਹੋਈ, ਕਲੋਜ਼ ਪਲਾਈ ਕਲੋਜ਼, ਇਕੱਲੇ ਇਕੱਲੇ ਲਾਈਨ ਬਾਏ ਲਾਈਨ ਉਹਦੇ 'ਤੇ ਬਹਿਸ ਹੋਈ, ਇੰਨੀ ਜ਼ਿਆਦਾ ਬਹਿਸ ਕਿ ਮੈਂ ਕਹਿੰਦਾ ਕਈ ਮੈਂਬਰ ਤਾਂ ਨਾਰਾਜ਼ ਹੋ ਕੇ ਸੰਵਿਧਾਨ ਸਭਾ ਛੱਡ ਗਏ, ਕਈ ਇਸੇ ਦੌਰਾਨ ਬਜ਼ੁਰਗ ਹੋ ਕੇ ਪੂਰੇ ਹੋ ਗਏ, ਕਿਸੇ ਦੀ ਅਨਫੋਰਚੁਨੇਟਲੀ ਡੈਥ ਹੋ ਗਈ, ਕੁਛ ਵੀ ਹੋ ਗਿਆ,
ਤੀਸਰੀ ਮੀਟਿੰਗ ਜਦੋਂ ਫਾਈਨਲ ਹੋ ਗਿਆ ਸਾਰਾ 14 ਨਵੰਬਰ 1949 ਨੂੰ ਤੀਜੀ ਮੀਟਿੰਗ ਹੋਈ, ਤੇ ਫਾਈਨਲੀ 26 ਨਵੰਬਰ 1849 ਨੂੰ ਇਸ ਸੰਵਿਧਾਨ ਨੂੰ ਅਡੋਪਟ ਕਰ ਲਿਆ ਗਿਆ, ਸੰਵਿਧਾਨ ਸਭਾ ਦੁਆਰਾ ਸਵੀਕਾਰ ਕਰ ਲਿਆ ਗਿਆ। ਪੇਪਰ ਦੇ ਵਿੱਚ ਆਉਂਦਾ ਹੈ ਕਿ ਤੀਜੀ ਰੀਡਿੰਗ, ਅਸਲ 'ਚ ਪਤਾ ਕਿੰਨੀ ਵਾਰ ਸੰਵਿਧਾਨ ਸਭਾ ਬੈਠੀ ਆ, 9 ਦਸੰਬਰ 1946 ਤੋਂ ਲੈ ਕੇ 26 ਨਵੰਬਰ 1949 ਤੱਕ 3 ਵਾਰ ਰੀਡਿੰਗਾਂ ਹੋਈਆਂ, 11 ਸੈਸ਼ਨ ਲੱਗੇ, 2 ਸਾਲ 11 ਮਹੀਨੇ ਤੇ 18 ਦਿਨ ਲੱਗੇ, ਤੇ 60 ਕਰੋੜ ਪਲੱਸ ਪਤਾ ਨਹੀਂ 63 ਕਰੋੜ ਦੇ ਅਰਾਊਂਡ ਖਰਚਾ ਆਇਆ। ਇੰਨਾ ਭਾਣਾ ਵਾਪਰਿਆ ਤੇ ਇੰਨਾ ਸੰਘਰਸ਼ ਹੋਇਆ, ਫੇਰ ਜਾ ਕੇ ਸੰਵਿਧਾਨ ਸਭਾ ਨੇ ਆਹ ਕੰਮ ਚਾੜਿਆ ਸਿਰੇ। ਤੇ ਕਹਿੰਦੇ ਆ ਕਿ ਜਿਸ ਦਿਨ ਸੰਵਿਧਾਨ ਨੂੰ ਸਵੀਕਾਰ ਕਰ ਲਿਆ ਗਿਆ ਉਹ ਤਰੀਕ ਸੀ 26 ਨਵੰਬਰ 1949। ਅੱਜ ਵੀ ਅਸੀਂ ਇਸ ਦਿਨ ਨੂੰ ਨੈਸ਼ਨਲ ਕਨਸਟੀਟਿਊਸ਼ਨ ਡੇ, ਰਾਸ਼ਟਰੀ ਸੰਵਿਧਾਨ ਦਿਵਸ ਦੇ ਤੌਰ ਤੇ ਮਨਾਉਂਦੇ ਆ। ਉਹ ਪਈ ਪੱਲੇ ਗੱਲ, ਅਸੀਂ ਇਸ ਦਿਨ ਨੂੰ ਨੈਸ਼ਨਲ ਕਨਸਟੀਟਿਊਸ਼ਨ ਡੇ ਦੇ ਤੌਰ ਤੇ, ਰਾਸ਼ਟਰੀ ਸੰਵਿਧਾਨ ਦਿਵਸ ਦੇ ਤੌਰ ਤੇ ਮਨਾਉਂਦੇ ਆ। ਤੇ ਤੁਹਾਡੀ ਜਾਣਕਾਰੀ ਲਈ ਦੱਸਦਾ, ਵੈਸੇ ਓਬਵੀਅਸਲੀ ਗੱਲ ਆ, ਜਿਸ ਦਿਨ ਸੰਵਿਧਾਨ ਨੂੰ ਅਡੋਪਟ ਕਰ ਲਿਆ ਗਿਆ ਉਸ ਦਿਨ ਸਾਈਨ ਨਹੀਂ ਕੀਤੇ ਗਏ, ਕਹਿੰਦੇ ਲਾਗੂ ਲਾਗੂ ਵੀ ਨਹੀਂ ਕੀਤਾ ਗਿਆ। ਕਾਰਨ, ਕਿਉਂਕਿ ਕਿਸੇ ਅੱਗੇ ਥੋੜੇ ਜੇ 2 ਮਹੀਨੇ ਅੱਗੇ ਕਿਸੇ ਦਿਨ ਦੀ ਅਹਿਮੀਅਤ ਸੀ, ਉਸ ਦਿਨ ਦੀ ਅਹਿਮੀਅਤ ਨੂੰ ਬਰਕਰਾਰ ਰੱਖਣ ਵਾਸਤੇ ਸੰਵਿਧਾਨ ਨੂੰ ਲਾਗੂ ਕਰਨ ਦੀ ਤਰੀਕ 2 ਮਹੀਨੇ ਸ਼ਿਫਟ ਕਰ ਦਿੱਤੀ ਗਈ। ਪਰ ਕਿਸੇ ਮੇਰੇ ਵਰਗੇ ਨੇ ਕਿਹਾ ਕਿ ਬਈ 2 ਮਹੀਨੇ ਤਾਂ ਬਹੁਤ ਲੇਟ ਹੋ ਜਾਣਗੇ, ਆਪਾਂ ਵੋਟਾਂ ਵੋਟਾਂ ਵੀ ਪਵਾਉਣੀਆਂ ਦੇਸ਼ 'ਚ, ਹਜੇ ਤੱਕ 1947 ਤੋਂ ਬਾਅਦ ਆਪਾਂ ਇੱਕ ਵਾਰ ਵੀ ਵੋਟਾਂ ਨਹੀਂ ਪਵਾਈਆਂ, ਲੋਕ ਥੂ ਥੂ ਕਰ ਰਹੇ ਆ ਸਾਡੇ ਤੇ, ਅਮਰੀਕਾ ਦੀਆਂ ਤੇ ਦੁਨੀਆ ਦੇ ਵੱਡੇ ਦੇਸ਼ਾਂ ਦੀਆਂ ਅਖਬਾਰਾਂ ਸਾਡੇ ਤੇ ਹੱਸ ਰਹੀਆਂ ਐ। ਜਿਹੜੇ ਆਰਟੀਕਲਸ ਦਾ ਸੰਬੰਧ ਵੋਟਾਂ ਦੇ ਨਾਲ ਆ, ਉਹ ਤੇ ਇੱਕ ਹੋਰ, ਤੁਹਾਨੂੰ ਪਤਾ ਭਾਰਤ 'ਚ ਪਾਕਿਸਤਾਨ ਤੋਂ ਕਿੰਨੇ ਰਿਫਿਊਜੀ ਆ ਗਏ ਆ, ਉਹਨਾਂ ਦੀ ਸਿਟੀਜ਼ਨਸ਼ਿਪ ਨਹੀਂ ਪਤਾ ਲੱਗ ਰਹੀ, ਸੰਵਿਧਾਨ ਲਾਗੂ ਹੀ ਨਹੀਂ ਹੋਇਆ। ਜਿਹੜੇ ਆਰਟੀਕਲਸ ਦਾ ਸੰਬੰਧ ਨਾਗਰਿਕਤਾ ਨਾਲ ਆ, ਉਹ ਤਾਂ ਲਾਗੂ ਕਰ ਦਿਓ ਅੱਜ ਹੀ, ਚੱਕ ਕੇ ਫਿਰ ਉਹ ਵਾਲੇ ਆਰਟੀਕਲ ਜਲਦੀ ਜਲਦੀ ਜਿਹੜੇ ਜ਼ਰੂਰਤ ਵਾਲੇ ਸੀ ਉਹ ਲਾਗੂ ਕੀਤੇ ਗਏ, ਪਰ 26 ਨਵੰਬਰ 1949 ਨੂੰ ਹੀ ਲਾਗੂ ਕਰ ਦਿੱਤੇ ਗਏ ਜਿਸ ਦਿਨ ਅਸੀਂ ਸੰਵਿਧਾਨ ਦਿਵਸ ਮਨਾਉਂਦੇ ਹਾਂ। ਪਰ ਬਾਕੀ ਸਾਰੇ ਸੰਵਿਧਾਨ ਨੂੰ 395 ਆਰਟੀਕਲ ਤੱਕ, ਭਾਰਤ ਦੇ ਸੰਵਿਧਾਨ ਨੂੰ 12-22 ਭਾਗਾਂ 'ਚ ਵੰਡਿਆ ਗਿਆ, ਗੌਰ ਫਰਮਾਇਓ, 22 ਭਾਗਾਂ 'ਚ ਵੰਡਿਆ ਗਿਆ, 395 ਆਰਟੀਕਲਸ 'ਚ ਵੰਡਿਆ ਗਿਆ, ਐਂਡ ਇਸ ਤਰੀਕੇ ਨਾਲ ਇਸ ਸੰਵਿਧਾਨ ਨੂੰ ਹੋਲਡ ਕਰ ਲਿਆ ਗਿਆ। ਸਿਰਫ ਇੰਨੇ ਕੁ ਆਰਟੀਕਲਸ ਨੂੰ ਲਾਗੂ ਕਰਨ ਤੋਂ ਬਾਅਦ ਰੀਡਿੰਗਾਂ ਕਦੋਂ ਹੋਈਆਂ, ਕੀ ਸਾਰੀ ਕਹਾਣੀ ਵਾਪਰੀ, ਸੋ ਅਸਲ ਦੇ ਵਿੱਚ ਹੁਣ ਵੇਲਾ ਆ ਗਿਆ ਇਸ ਸੰਵਿਧਾਨ ਨੂੰ ਸਾਈਨ ਕਰਨ ਦਾ। 11 ਸੈਸ਼ਨ ਹੋ ਚੁੱਕੇ ਆ, 2 ਸਾਲ 11 ਮਹੀਨੇ ਤੇ 18 ਦਿਨ, 3 ਰੀਡਿੰਗਾਂ, ਤੇ ਮਤਲਬ 65 ਕਰੋੜ ਦੇ 63-65 ਕਰੋੜ ਦੇ ਅਰਾਊਂਡ ਦਾ ਖਰਚਾ। ਫਾਈਨਲੀ ਇਹ ਤੈਅ ਕਰ ਦਿੱਤਾ ਗਿਆ ਕਿ ਸੰਵਿਧਾਨ ਸਭਾ ਨੇ 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਅਡੋਪਟ ਕਰ ਲਿਆ। ਪਰ ਸਭ ਤੋਂ ਮੇਨ ਕਹਾਣੀ ਕੀ ਸੀਗੀ? ਮੇਨ ਕਹਾਣੀ ਇਹ ਬਣੀ ਕਿ ਇਸ ਸੰਵਿਧਾਨ ਨੂੰ ਲਾਗੂ ਕਦੋਂ ਕੀਤਾ ਜਾਵੇ। ਦੇਖੋ, ਕਹਿੰਦੇ ਆ ਕਿ ਸੰਵਿਧਾਨ ਨੂੰ ਲਾਗੂ ਕਰਨ ਦੀ ਤਰੀਕ ਜਿਹੜੀ ਆ ਉਹਨੂੰ 2 ਮਹੀਨੇ ਸ਼ਿਫਟ ਕੀਤਾ ਗਿਆ ਅੱਗੇ। ਮੈਂ ਪੜਾਉਣਾ ਕਿ ਜਿਹੜੀ ਤਰੀਕ ਆ ਉਹ ਕਿੱਦਣ ਸ਼ਿਫਟ ਹੋਈ ਆ, ਕਿਹੜੀ ਸੀ। ਖੈਰ, ਪਰ ਉਸ ਤੋਂ ਪਹਿਲਾਂ ਮੈਂ ਸਟੋਰੀ ਦੇ ਰੂਪ ਦੇ ਵਿੱਚ ਸਮਝਾਦਾ ਤੁਹਾਨੂੰ ਕਿ ਕਹਾਣੀ ਕੀ ਹੈ। ਹਾਂਜੀ, ਸਮਝਣ ਦੀ ਕੋਸ਼ਿਸ਼ ਕਰਿਓ। ਹੁਣ ਕੀ ਹੋਇਆ, ਇੱਥੋਂ ਤੱਕ ਗੱਲ ਸਮਝ ਆ ਗਈ ਕਿ 26 ਨਵੰਬਰ 1949 ਨੂੰ ਸੰਵਿਧਾਨ ਨੂੰ ਸਵੀਕਾਰ ਕਰ ਲਿਆ ਗਿਆ, ਸਵੀਕ੍ਰਿਤ ਕਰ ਲਿਆ ਗਿਆ, ਅਡੋਪਟ ਕਰ ਲਿਆ ਗਿਆ, ਪਰ ਇੰਪਲੀਮੈਂਟ ਲਾਗੂ ਨਹੀਂ ਕੀਤਾ ਗਿਆ। ਲਾਗੂ ਕਰਨ ਵਾਸਤੇ ਇਹਨਾਂ ਨੇ ਤਰੀਕ ਰੱਖ ਲਈ 26 ਜਨਵਰੀ 1950। ਇਹ 26 ਜਨਵਰੀ ਹੀ ਕਿਉਂ ਚੁਣੀ? 26 ਜਨਵਰੀ ਤਰੀਕ ਇਸ ਕਰਕੇ ਚੁਣੀ ਕਿਉਂਕਿ 26 ਜਨਵਰੀ ਨੂੰ 1930 ਵਾਲੇ ਦਿਨ ਭਾਰਤ ਦੀ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਸੀ,
ਤੇ ਭਾਰਤ ਦੀ ਕਾਂਗਰਸ ਪਾਰਟੀ ਨੇ ਉਸ ਦਿਨ ਨੂੰ ਪੂਰਨ ਸਵਰਾਜ ਦਿਵਸ ਦੇ ਤੌਰ ਤੇ ਮਨਾਇਆ ਸੀ, ਕੰਪਲੀਟ ਇੰਡੀਪੈਂਡੈਂਸ ਡੇ। ਬੇਸ਼ੱਕ ਅਸੀਂ ਗੁਲਾਮ ਸੀ, ਪਰ ਅਸੀਂ ਉਸ ਦਿਨ ਅੰਗਰੇਜ਼ਾਂ ਨੂੰ ਅੰਗੂਠਾ ਦਿਖਾਉਣ ਦੀ ਖਾਤਰ ਇੱਕ ਪੂਰਨ ਸਵਰਾਜ ਡੇ ਮਨਾਇਆ ਸੀ। 26 ਜਨਵਰੀ ਦੀ ਅਹਿਮੀਅਤ ਬਣੀ ਰਵੇ ਇਸ ਕਰਕੇ ਸੰਵਿਧਾਨ ਨੂੰ ਬੇਸ਼ੱਕ ਅਸੀਂ 26 ਨਵੰਬਰ ਨੂੰ ਸਵੀਕਾਰ ਕਰ ਲਿਆ, ਅਡਾਪਟ ਕਰ ਲਿਆ, ਪਰ ਉਹਨੂੰ ਲਾਗੂ ਕਰਨ ਦੀ ਤਿਥੀ ਅਸੀਂ 26 ਜਨਵਰੀ 1950 ਰੱਖੀ। ਥੋੜੇ ਜਿਹੇ ਅਨੁਛੇਦ, ਥੋੜੇ ਜਿਹੇ ਆਰਟੀਕਲਸ ਅਸੀਂ 26 ਨਵੰਬਰ ਨੂੰ ਹੀ ਲਾਗੂ ਕਰਤੇ, ਪਰ ਸਾਰਾ ਸੰਵਿਧਾਨ 26 ਜਨਵਰੀ ਲਈ ਹੋਲਡ ਰੱਖ ਲਿਆ। ਪੱਲੇ ਪੈ ਗਈ ਗੱਲ। ਹੁਣ 26 ਜਨਵਰੀ ਦੀ ਤਰੀਕ ਆਉਣ ਤੋਂ ਪਹਿਲਾਂ ਹੀ ਇੱਕ ਤਰੀਕ ਹੋਰ ਆ ਗਈ, 24 ਜਨਵਰੀ 1950। ਇਹ ਕਿਉਂ ਆਈ ਬਈ, ਦੱਸਦਾ ਇਹਦੇ ਬਾਰੇ ਵੀ ਮੈਂ ਕਿ 24 ਜਨਵਰੀ 1950 ਤਰੀਕ ਕਿਉਂ ਆਈ। 24 ਜਨਵਰੀ ਨੂੰ ਅਸੀਂ ਬੁਲਾਇਆ ਸਪੈਸ਼ਲ ਸੈਸ਼ਨ, ਵਿਸ਼ੇਸ਼ ਅਧੀਵੇਸ਼ਨ, ਜਿਹਨੂੰ ਲੋਕ ਕਹਿ ਦਿੰਦੇ ਆ 12ਵਾਂ ਸੈਸ਼ਨ। ਇਹ 12ਵਾਂ ਅਧੀਵੇਸ਼ਨ ਸੀਗਾ। ਇਸ ਦਿਨ ਕੀ ਕਰਨਾ ਸੀ, ਸਾਡੇ ਕੁਝ ਕੰਮ ਕਰਨ ਵਾਲੇ ਰਹਿੰਦੇ ਸੀਗੇ, ਸੰਵਿਧਾਨ ਨੂੰ ਲਾਗੂ ਕਰਨ ਤੋਂ ਪਹਿਲਾਂ ਕੁਝ ਫਾਰਮੈਲਿਟੀਜ਼ ਰਹਿ ਗਈਆਂ ਸੀ, ਉਹ ਪੂਰਾ ਕਰਨ ਵਾਸਤੇ ਅਸੀਂ ਸਪੈਸ਼ਲ ਸੈਸ਼ਨ ਬੁਲਾਇਆ। ਪਰ ਸਪੈਸ਼ਲ ਸੈਸ਼ਨ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਭਾਰਤ ਦੇ ਸੰਵਿਧਾਨ ਨੂੰ ਬਣਾਉਣ ਦੇ ਵਿੱਚ 399 ਮੈਂਬਰਾਂ 'ਚ 15 ਔਰਤਾਂ ਦਾ ਵੀ ਜ਼ਿਕਰ ਆਉਂਦਾ ਹੈ। ਅੰਮੂ ਸਵਾਮੀਨਾਥਨ, ਆਹ ਉਹ ਔਰਤਾਂ ਨੇ, ਹੰਸਾ ਜੀਵਰਾਜ ਮਹਿਤਾ ਬਹੁਤ ਇੰਪੋਰਟੈਂਟ, ਫਿਰ ਉਸ ਤੋਂ ਬਾਅਦ ਆ ਆਪਣਾ ਦਕਸ਼ਿਆਨੀ ਵੈਲੋਧਮ, ਇਹ ਪਹਿਲੀ ਦਲਿਤ ਔਰਤ ਸੀ ਸੰਵਿਧਾਨ ਸਭਾ 'ਚ। ਉਸ ਤੋਂ ਬਾਅਦ ਐਨੀ ਮੈਸਕਰੀਨ ਫਰੀਡਮ ਫਾਈਟਰ ਸੀਗੇ, ਉਸ ਤੋਂ ਬਾਅਦ ਲੀਲਾ ਰੋਏ, ਉਸ ਤੋਂ ਬਾਅਦ ਮਲਾਤੀ ਚੌਧਰੀ, ਉਸ ਤੋਂ ਬਾਅਦ ਆਪਣਾ ਰੇਨੂਕਾ ਰੋਏ, ਉਸ ਤੋਂ ਬਾਅਦ ਰਾਜਕੁਮਾਰੀ ਅੰਮ੍ਰਿਤ ਕੌਰ। ਮੋਸਟ ਇੰਪੋਰਟੈਂਟ ਨਾਮ ਆ ਰਾਜਕੁਮਾਰੀ ਅੰਮ੍ਰਿਤ ਕੌਰ। ਹਾਂਜੀ ਬਸ ਆ ਗਿਆ 2 ਮਿੰਟ, ਠੀਕ ਹੈ। ਰਾਜਕੁਮਾਰੀ ਅੰਮ੍ਰਿਤ ਕੌਰ ਦੇਸ਼ ਦੀ ਪਹਿਲੀ ਸਿਹਤ ਮੰਤਰੀ ਆ, ਹੈਲਥ ਮਿਨਿਸਟਰ, ਦੇਸ਼ ਦੀ ਪਹਿਲੀ ਹੈਲਥ ਮਿਨਿਸਟਰ, ਪਲੱਸ WHO 'ਚ, ਵਿਸ਼ਵ ਸਿਹਤ ਸੰਗਠਨ ਵਰਲਡ ਹੈਲਥ ਆਰਗੇਨਾਈਜੇਸ਼ਨ 'ਚ ਭਾਰਤ ਦੀ ਨੁਮਾਇੰਦਗੀ ਕੀਤੀ ਤੇ ਏਮਸ ਹਸਪੀਟਲ ਬਣਾਇਆ। ਉਸ ਤੋਂ ਬਾਅਦ ਆਪਣਾ ਆਪਣਾ ਪੂਰਨਿਮਾ ਬੈਨਰਜੀ, ਸੁਚੇਤਾ ਕਿਰਪਲਾਨੀ ਪਹਿਲੀ ਵਾਰ ਕਿਸੇ ਸਟੇਟ ਦੀ ਮੁੱਖ ਮੰਤਰੀ ਬਣੀ, UP ਦੀ। ਉਸ ਤੋਂ ਬਾਅਦ ਵਿਜੇ ਲਕਸ਼ਮੀ ਪੰਡਿਤ, ਨਹਿਰੂ ਜੀ ਦੀ ਭੈਣ, ਸੰਵਿਧਾਨ ਸਭਾ ਦੀ ਮੈਂਬਰ ਤੇ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਜਨਰਲ ਅਸੈਂਬਲੀ ਹੁੰਦੀ ਆ, ਪਹਿਲੀ ਵਾਰ 1953 'ਚ ਇਹਨੇ ਭਾਰਤ ਵੱਲੋਂ ਪ੍ਰਧਾਨਗੀ ਕੀਤੀ ਤੇ ਦੁਨੀਆ ਦੇ ਵਿੱਚ ਐਵੇਂ ਹੋਇਆ ਕਿ ਜਨਰਲ ਅਸੈਂਬਲੀ ਨੂੰ ਕੋਈ ਪਹਿਲੀ ਵਾਰ ਔਰਤ ਪ੍ਰਧਾਨ ਮਿਲੀ ਸੀ, ਵਿਜੇ ਲਕਸ਼ਮੀ ਪੰਡਿਤ। ਉਸ ਤੋਂ ਬਾਅਦ ਸਰੋਜਨੀ ਨਾਇਡੂ, ਇਹਨਾਂ ਨੂੰ ਨਾਈਟਗੇਲ ਆਫ ਇੰਡੀਆ ਵੀ ਕਿਹਾ ਜਾਂਦਾ ਹੈ, ਮਿੱਠੀ ਆਵਾਜ਼ ਕਰਕੇ, ਪਲੱਸ ਪਹਿਲੀ ਭਾਰਤੀ ਔਰਤ ਜਿਹੜੀ ਆਜ਼ਾਦੀ ਦੇ ਸੰਘਰਸ਼ 1925 'ਚ ਪਹਿਲੀ ਵਾਰ ਕਾਂਗਰਸ ਦੇ ਕਿਸੇ ਸੈਸ਼ਨ ਦੀ ਪ੍ਰਧਾਨ ਬਣੀ ਸੀ, 1925 ਦੇ ਵਿੱਚ ਕਾਨਪੁਰ ਸੈਸ਼ਨ ਦੀ ਪ੍ਰਧਾਨਗੀ ਇਹਨਾਂ ਨੇ ਕੀਤੀ ਸੀ। ਮਾਲਤੀ ਚੌਧਰੀ, ਇਹ ਉੜੀਸਾ ਵੱਲੋਂ ਸੀਗੇ। ਅੱਗੇ ਆ ਗਿਆ ਬੇਗਮ ਅਜ਼ੀਜ਼ ਰਸੂਲ, ਸਿਰਫ ਤੇ ਸਿਰਫ ਇਕਲੌਤੀ ਵੂਮੈਨ, ਮੁਸਲਿਮ ਵੂਮੈਨ ਜਿਹੜੀ ਸੰਵਿਧਾਨ ਸਭਾ ਦੀ ਮੈਂਬਰ ਸੀ। ਤੇ ਉਸ ਤੋਂ ਬਾਅਦ ਇੱਕ ਇੰਪੋਰਟੈਂਟ, ਫਿਰ ਦੁਬਾਰਾ ਦੱਸਦਾ, ਦਕਸ਼ਿਆਨੀ ਵੈਲੂਧਨ, ਇੱਕੋ ਇੱਕ ਜਾਂ ਪਹਿਲੀ ਦਲਿਤ ਔਰਤ ਜਿਹੜੀ ਸੰਵਿਧਾਨ ਸਭਾ 'ਚ ਗਈ ਸੀ। ਔਰਤਾਂ ਦੀ ਅਹਿਮੀਅਤ ਨੂੰ ਲੈ ਕੇ ਫੈਕਟ ਬਹੁਤ ਘੱਟ ਪੁੱਛੇ ਜਾਂਦੇ, ਮਤਲਬ ਕਰਵਾਏ ਜਾਂਦੇ ਆ, ਪਰ ਪੁੱਛੇ ਤਾਂ ਕਦੇ ਵੀ ਜਾ ਸਕਦੇ ਆ ਨਾ। ਸੋ ਬੇਹੱਦ ਬੇਹੱਦ ਇੰਪੋਰਟੈਂਟ ਫੈਕਟ। ਆ ਜਾਓ ਵਾਪਸ, ਸੰਵਿਧਾਨ ਸਭਾ ਨੇ ਕੀ ਕਾਰਸਤਾਨੀ ਕੀਤੀ ਹੈ ਜੀ। ਹੁਣ ਸੰਵਿਧਾਨ ਸਭਾ ਨੇ ਉਸ ਤਰੀਕ ਨੂੰ ਜਿਸ ਦਿਨ ਹੈਗੀ ਆ 24 ਜਨਵਰੀ 1950, ਜਿਸ ਦਿਨ ਮੈਂ ਕਿਹਾ ਕਿ ਸੰਵਿਧਾਨ ਸਭਾ ਨੇ ਆਪਣਾ ਸਪੈਸ਼ਲ ਸੈਸ਼ਨ ਲਾਇਆ, ਉਸ ਦਿਨ ਸੰਵਿਧਾਨ ਸਭਾ ਨੇ ਕੀ ਕੀਤਾ? ਤੋ ਉਸ ਸਪੈਸ਼ਲ ਸੈਸ਼ਨ 'ਚ ਸੰਵਿਧਾਨ ਸਭਾ ਨੇ ਕਿਹਾ ਕਿ ਅੱਜ ਤੋਂ ਬਾਅਦ ਜਨ ਗਨ ਮਨ ਸਾਡਾ ਨੈਸ਼ਨਲ ਐਂਥਮ, ਰਾਸ਼ਟਰੀ ਗਾਣ ਹੋਊਗਾ। ਨੈਸ਼ਨਲ ਐਂਥਮ ਦਾ ਮਤਲਬ ਹੁੰਦਾ, ਸੋ ਇੱਥੇ ਗਲਤ ਹੋ ਗਿਆ, ਨੈਸ਼ਨਲ
ਇਟ ਅਡੋਪਟਡ ਨੈਸ਼ਨਲ ਐਂਥਮ, ਇੱਥੇ ਟਾਈਪਿੰਗ 'ਚ ਮਿਸਟੇਕ ਹੋ ਗਈ, ਰਾਸ਼ਟਰੀ ਗਾਨ ਨਾ ਕਿ ਗੀਤ। ਨੈਸ਼ਨਲ ਐਂਥਮ ਜਨ ਗਨ ਮਨ, ਤੁਹਾਨੂੰ ਪਤਾ ਆਜ਼ਾਦੀ ਤੋਂ ਪਹਿਲਾਂ ਕਾਂਗਰਸ ਹਰ ਸਾਲ ਇੱਕ ਅਧਿਵੇਸ਼ਨ ਕਰਦੀ ਸੀ, ਜਿਵੇਂ ਦੱਸਿਆ ਕਿ 1925 ਵਾਲਾ ਅਧਿਵੇਸ਼ਨ ਕਾਂਗਰਸ ਨੇ ਕਾਨਪੁਰ 'ਚ ਕੀਤਾ ਤੇ ਪਹਿਲੀ ਵਾਰ ਕੋਈ ਭਾਰਤੀ ਔਰਤ ਉਹਦੀ ਪ੍ਰਧਾਨ ਬਣੀ ਹੈ। ਵੈਸੇ ਨਾਰਮਲੀ 1916 ਦੇ ਸੈਸ਼ਨ 'ਚ ਵੀ ਔਰਤ ਪ੍ਰਧਾਨ ਬਣ ਚੁੱਕੀ ਸੀ ਐਨੀ ਬਸੰਟ, ਪਰ ਉਹ ਭਾਰਤੀ ਨਹੀਂ ਸੀ, ਉਹ ਆਇਰਲੈਂਡ ਦੀ ਸੀ, ਇਹ ਵੀ ਫੈਕਟ ਆ। 1911 ਦਾ ਕਾਂਗਰਸ ਦਾ ਸੈਸ਼ਨ ਕਲਕੱਤੇ 'ਚ ਹੋਇਆ ਸੀ, ਪਹਿਲੀ ਵਾਰ ਕਹਿੰਦੇ ਜਨ ਗਨ ਮਨ ਉਸ ਸੈਸ਼ਨ 'ਚ ਗਾਇਆ ਗਿਆ ਸੀ। ਗੀਤਕਾਰ ਵੀ ਤੇ ਗਾਇਕ ਰਵਿੰਦਰਨਾਥ ਟੈਗੋਰ ਖੁਦ ਆਪ ਸੀਗੇ। ਤੋ ਉਸ ਗਾਣੇ ਨੂੰ ਭਾਰਤ ਨੇ ਆਪਣਾ ਨੈਸ਼ਨਲ ਐਂਥਮ 24 ਜਨਵਰੀ 1950 ਨੂੰ ਸਪੈਸ਼ਲ 12ਵੇਂ ਸੈਸ਼ਨ 'ਚ ਅਡੋਪਟ ਕਰ ਲਿਆ। ਉਸੇ ਦਿਨ ਇੱਕ ਕੰਮ ਹੋਰ ਕੀਤਾ ਇਹਨਾਂ ਨੇ, ਬੰਦੇ ਮਾਤਰਮ ਨੂੰ ਭਾਰਤ ਨੇ, ਆ ਚੱਕੋ ਜੀ ਪੂਰੀ ਸਟੋਰੀ ਦੱਸੀ ਹੈ ਕਿ ਪਹਿਲੀ ਵਾਰ ਕਦੋਂ ਗਾਇਆ ਗਿਆ ਤੇ ਇਹਦਾ ਹਿੰਦੀ ਵਰਜਨ ਜਿਹੜਾ ਹੈ ਉਹਨੂੰ ਅਬਿਦ ਅਲੀ ਨੇ ਟ੍ਰਾਂਸਲੇਟ ਕੀਤਾ ਸੀਗਾ। ਤੋ ਇਹਨੂੰ ਮਤਲਬ ਕਿ ਪਹਿਲੀ ਵਾਰੀ 27 ਦਸੰਬਰ 1911 ਨੂੰ ਕਲਕੱਤੇ ਦੇ ਸੈਸ਼ਨ ਦੇ ਵਿੱਚ ਗਾਇਆ ਗਿਆ ਤੇ ਇਹਦਾ ਪਹਿਲਾ ਹਿੱਸਾ ਸਾਡਾ ਨੈਸ਼ਨਲ ਐਂਥਮ ਆ, ਜਿਹਨੂੰ 52 ਸਕਿੰਟਾਂ 'ਚ ਗਾਉਣਾ ਕੰਪਲਸਰੀ ਆ। ਨੈਸ਼ਨਲ ਸੌਂਗ ਇਸੇ ਦਿਨ ਅਸੀਂ ਬੰਕਿਮ ਚੰਦਰ ਚਟੋਪਾਧਿਆਏ ਨੇ 1882 'ਚ ਇੱਕ ਨੋਵਲ ਲਿਖਿਆ ਸੀ ਆਨੰਦ ਮੱਠ ਬੰਗਾਲੀ 'ਚ, ਉਹਦੇ 'ਚ ਉਹਨੇ ਦੱਸਿਆ ਸੀ ਕਿ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੇ ਦੌਰਾਨ ਇੱਕ ਵਾਰੀ ਬੰਗਾਲ ਦੇ ਸੰਨਿਆਸੀ ਬਾਬਿਆਂ ਨੇ ਵੀ ਅੰਗਰੇਜ਼ਾਂ ਦੇ ਖਿਲਾਫ ਸੰਘਰਸ਼ ਕੀਤਾ ਸੀ। ਉਹਨੇ ਸੰਨਿਆਸੀ ਬਾਬਿਆਂ 'ਤੇ ਇਹ ਨੋਵਲ ਲਿਖਿਆ ਸੀਗਾ ਆਨੰਦ ਮੱਠ ਸੰਘਰਸ਼ 'ਚ। ਉਸ ਆਨੰਦ ਮੱਠ 'ਚੋਂ ਚੱਕਿਆ ਗਿਆ ਸੀ ਬੰਦੇ ਮਾਤਰਮ। ਕਹਿੰਦੇ ਆ 1882 'ਚ ਆਨੰਦ ਮੱਠ ਨਾਮ ਦਾ ਮੈਗ ਪਬਲਿਸ਼ ਹੋਇਆ ਸੀ, ਉਹਦੇ 'ਚ ਇਹ ਲਿਖਿਆ ਗਿਆ ਸੀ ਬੰਕਿਮ ਚੰਦਰ ਚਟੋਪਾਧਿਆਏ ਨੇ, ਤੇ ਕਹਿੰਦੇ ਆ ਕਿ ਇਹਨੂੰ ਸਭ ਤੋਂ ਪਹਿਲੀ ਵਾਰ 1896 ਦੇ ਕਾਂਗਰਸ ਦੇ ਸੈਸ਼ਨ 'ਚ ਗਾਇਆ ਗਿਆ ਤੇ ਇਸ ਗਾਣੇ ਨੂੰ 1896 'ਚ ਬੰਕਿਮ ਚੰਦਰ ਚਟੋਪਾਧਿਆਏ ਨੇ ਆਪ ਨਹੀਂ ਗਾਇਆ, ਇਹਦੇ ਵੀ ਗਾਇਕ ਰਵਿੰਦਰਨਾਥ ਟੈਗੋਰੀ ਸੀ 1896 'ਚ, ਹੈ ਨਾ ਇੰਟਰਸਟਿੰਗ ਗੱਲ, ਪਰ ਇਹ ਲਿਖਿਆ ਬੰਕਿਮ ਚੰਦਰ ਚਟੋਪਾਧਿਆਏ ਦਾ ਸੀਗਾ। ਇਸੇ ਦਿਨ ਇੱਕ ਕੰਮ ਹੋਰ ਹੋਇਆ, ਇਸ ਦਿਨ ਇੱਕ ਕੰਮ ਹੋਰ ਵੀ ਹੋਇਆ, ਉਹ ਬੜਾ ਇੰਪੋਰਟੈਂਟ ਆ। ਸੰਵਿਧਾਨ ਸਭਾ ਨੇ 24 ਮਾਰਚ 1950 ਨੂੰ ਇਹ ਵੀ ਫੈਸਲਾ ਕਰ ਲਿਆ ਕਿ ਅੱਜ ਤੋਂ ਇੱਕ ਦੋ ਦਿਨ ਬਾਅਦ 26 ਜਨਵਰੀ 1950 ਨੂੰ ਜਿਸ ਦਿਨ ਸਾਡਾ ਸੰਵਿਧਾਨ ਲਾਗੂ ਹੋਣਾ ਹੈ, ਜਿਸ ਦਿਨ ਸਾਡਾ ਸੰਵਿਧਾਨ ਲਾਗੂ ਹੋਣਾ ਹੈ, ਉਸ ਦਿਨ ਸੰਵਿਧਾਨ ਲਾਗੂ ਕਰਨ ਦੇ ਨਾਲ ਨਾਲ ਅਸੀਂ ਇੱਕ ਕੰਮ ਹੋਰ ਵੀ ਕਰਨਾ ਹੈ। ਰਜਿੰਦਰ ਪ੍ਰਸ਼ਾਦ ਜਿਹੜੇ ਕਿ ਸਾਡੀ ਸੰਵਿਧਾਨ ਸਭਾ ਦੇ ਪ੍ਰਧਾਨ ਨੇ, ਉਹਨਾਂ ਨੂੰ ਅਸੀਂ ਦੇਸ਼ ਦਾ ਪ੍ਰੈਜ਼ੀਡੈਂਟ ਚੁਣਨਾ ਹੈ, ਰਾਸ਼ਟਰਪਤੀ ਚੁਣਾਂਗੇ। ਤੇ ਯਾਦ ਰੱਖਿਓ, ਬੜੇ ਲੋਕਾਂ ਨੂੰ ਭੁਲੇਖਾ ਹੈ, ਜਿਸ ਦੇ ਮੈਂ ਪੜ੍ਹਾਊਂਗਾ ਅੱਗੇ ਪ੍ਰੈਂਬਲ ਵਾਲੇ ਚੈਪਟਰ 'ਚ, ਪਰ ਅੱਜ ਜਸਟ ਗੱਲ ਦੱਸਦਾ, ਜਿਸ ਦੇਸ਼ ਦਾ ਰਾਸ਼ਟਰਪਤੀ, ਰਾਸ਼ਟਰਪਤੀ ਕਹਿ ਰਿਹਾ ਪ੍ਰਧਾਨ ਮੰਤਰੀ ਨਹੀਂ, ਰਾਸ਼ਟਰਪਤੀ ਚੁਣਿਆ ਗਿਆ ਹੋਵੇ, ਚਾਹੇ ਡਾਇਰੈਕਟ ਚਾਹੇ ਇਨਡਾਇਰੈਕਟ ਚਾਹੇ ਪਖੰਡ ਕਰਕੇ ਚੁਣਿਆ ਗਿਆ ਹੋਵੇ, ਉਹ ਦੇਸ਼ ਰਿਪਬਲਿਕ ਹੁੰਦਾ ਹੈ। ਰਿਪਬਲਿਕ ਹੋਣ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਸੰਵਿਧਾਨ ਆ, ਰਿਪਬਲਿਕ ਹੋਣ ਦਾ ਮਤਲਬ ਆ ਤੁਹਾਡਾ ਰਾਸ਼ਟਰਪਤੀ ਚੁਣਿਆ ਹੋਇਆ ਹੋਵੇ। ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਹੁੰਦਾ ਹੈ, ਅਮਰੀਕਾ ਵੀ ਰਿਪਬਲਿਕ ਆ। ਚਾਈਨਾ ਦਾ ਰਾਸ਼ਟਰਪਤੀ ਬੇਸ਼ੱਕ ਪਖੰਡ ਕਰਦੇ ਚਾਈਨਾ ਵਾਲੇ, ਪਰ ਉਹ ਚੁਣਦੇ ਆ ਰਿਪਬਲਿਕ, ਉੱਥੋਂ ਦੀ ਕਮਿਊਨਿਸਟ ਪਾਰਟੀ ਵਾਲੇ, ਉਹ ਵੀ ਰਿਪਬਲਿਕ ਆ। ਰਸ਼ੀਆ ਦਾ ਰਾਸ਼ਟਰਪਤੀ ਵੀ ਕਿੱਡਾ ਸ਼ੋਸ਼ੇਬਾਜ਼ੀ ਆ ਉੱਥੇ, ਉਹ ਵੀ ਰਿਪਬਲਿਕ ਆ ਕਿਉਂਕਿ ਚੁਣਦੇ ਆ। ਇੰਗਲੈਂਡ ਦੀ ਰਾਣੀ ਨੂੰ ਚੁਣਿਆ ਨਹੀਂ ਜਾਂਦਾ, ਉਹ ਰਿਪਬਲਿਕ ਨਹੀਂ ਗਾ। ਜਪਾਨ ਦੇ ਰਾਜੇ ਨੂੰ ਚੁਣਿਆ ਨਹੀਂ ਜਾਂਦਾ, ਰਿਪਬਲਿਕ ਨਹੀਂ ਗਾ। ਕੈਨੇਡਾ ਤੇ ਆਸਟ੍ਰੇਲੀਆ ਦਾ ਜਿਹੜਾ ਸਭ ਤੋਂ ਉੱਪਰਲਾ ਰਾਸ਼ਟਰਪਤੀ ਹੁੰਦਾ, ਜਿਹਨੂੰ ਉੱਥੇ ਗਵਰਨਰ ਜਨਰਲ ਕਹਿ ਦਿੰਦੇ ਆ, ਉਹ ਇੰਗਲੈਂਡ ਦੀ ਪਾਰਲੀਮੈਂਟ 'ਚੋਂ ਪਾਸ ਹੋ ਕੇ ਜਾਂਦਾ, ਚੁਣਿਆ ਨਹੀਂ ਜਾਂਦਾ। ਨਾ ਇੰਗਲੈਂਡ, ਨਾ ਕੈਨੇਡਾ ਤੇ ਨਾ ਆਸਟ੍ਰੇਲੀਆ, ਇਹ ਵੀ ਰਿਪਬਲਿਕ ਨਹੀਂ। ਬੜੀ ਅਜੀਬ ਜੀ ਗੱਲ ਆ, ਪਰ ਸੱਚ ਤੇ ਸੱਚ ਆ। ਇੰਡੀਆ ਰਿਪਬਲਿਕ ਆ ਕਿਉਂਕਿ ਇੰਡੀਆ ਦਾ ਰਾਸ਼ਟਰਪਤੀ ਅੱਜ ਵੀ ਚੁਣਿਆ ਜਾਂਦਾ ਹੈ। ਤੁਸੀਂ ਕਹੋਗੇ ਯਾਰ ਅਸੀਂ ਤਾਂ ਵੋਟ ਨਹੀਂ ਪਾ ਕੇ ਆਏ ਕਦੀ, ਓਏ ਬੇਸ਼ੱਕ ਸਾਡੇ ਰਾਸ਼ਟਰਪਤੀ ਨੂੰ MLA ਤੇ MP ਵੋਟਾਂ ਪਾ ਕੇ ਜਿਤਾਉਂਦੇ ਆ, ਅਸੀਂ ਸਿੱਧੇ ਤੌਰ 'ਤੇ ਵੋਟਾਂ ਨਹੀਂ ਪਾਉਂਦੇ,
ਪਰ ਸਾਡਾ ਦੇਸ਼ ਰਿਪਬਲਿਕ ਇਸ ਕਰਕੇ ਆ ਕਿਉਂਕਿ ਸਾਡਾ ਰਾਸ਼ਟਰਪਤੀ ਚੁਣਿਆ ਹੋਇਆ ਹੈ, ਇਸ ਕਰਕੇ ਨਹੀਂ ਕਿ ਉਸ ਦਿਨ ਅਸੀਂ ਸੰਵਿਧਾਨ ਲਾਗੂ ਕੀਤਾ ਸੀ। ਰਿਪਬਲਿਕ ਗਣਰਾਜ ਦਾ ਮਤਲਬ ਹੁੰਦਾ ਕਿ ਤੁਹਾਡਾ ਦੇਸ਼ ਦਾ ਸਭ ਤੋਂ ਉੱਚੇ ਅਹੁਦੇ ਤੇ ਬੈਠਾ ਬੰਦਾ ਚੁਣਿਆ ਹੋਵੇ, ਬੇਸ਼ੱਕ ਉਹਦੇ ਹੱਥ 'ਚ ਪਾਵਰ ਹੋਵੇ ਚਾਹੇ ਨਾ ਹੋਵੇ ਉਹ ਵੱਖਰੀ ਗੱਲ ਆ, ਪਰ ਉਹ ਚੁਣਿਆ ਗਿਆ ਹੋਵੇ। ਤੋ ਉਸ ਦਿਨ ਅਸੀਂ ਫੈਸਲਾ ਕੀਤਾ ਕਿ ਅਸੀਂ ਰਜਿੰਦਰ ਪ੍ਰਸਾਦ ਨੂੰ ਆਪਣਾ ਰਾਸ਼ਟਰਪਤੀ ਚੁਣਨਾ ਹੈ। ਤੋ ਬੜੀ ਇੰਪੋਰਟੈਂਟ ਗੱਲ ਆ। ਇੱਕ ਗੱਲ ਹੋਰ ਦੱਸਦਾ ਮੈਂ ਤੁਹਾਨੂੰ, ਸੰਵਿਧਾਨ ਸਭਾ ਨੇ ਇੱਕ ਕੰਮ ਹੋਰ ਕੀਤਾ, ਇਹ ਕੰਮ ਕੀਤਾ ਸੀ 16 ਮਈ 1949 ਨੂੰ ਵਿੱਚ, ਜੇ ਹੈ ਨਾ ਉੱਪਰ ਲਿਖਿਆ ਹੋਇਆ, ਚਲੋ ਮੈਂ ਉੱਪਰ ਸਲਾਈਡ ਕਰਕੇ ਗਿਆ ਤਾਂ ਨਹੀਂ ਪਰ ਦੱਸਦਾ ਤੁਹਾਨੂੰ ਮੈਂ, ਸੰਵਿਧਾਨ ਸਭਾ ਨੇ ਉਸ ਦਿਨ ਇਹ ਕੰਮ ਕੀਤਾ। ਕੀ ਕੰਮ ਕੀਤਾ, ਚਲੋ ਉੱਪਰੋਂ ਪੜ੍ਹ ਕੇ ਹੀ ਦੱਸ ਦਿੰਦਾ, ਫਿਰ ਨਾਲ ਨਾਲ ਲਿਖਣਾ ਪਊਗਾ। ਇਹ ਸੰਵਿਧਾਨ ਸਭਾ ਨੇ ਉਸ ਦਿਨ ਦੇਖੋ ਇੱਥੇ ਆਇਆ ਹੋਊਗਾ 16 ਮਈ 1947। ਹਾਂ, 16 ਮਈ 1947 ਨੂੰ ਭਾਰਤ ਦੀ ਕਾਮਨਵੈਲਥ ਨੇਸ਼ਨ ਦੇ ਤੌਰ ਤੇ ਭਾਰਤ 1945 'ਚ ਹੀ ਕਾਮਨਵੈਲਥ ਮੈਂਬਰ ਬਣ ਗਿਆ ਸੀ। ਤੁਹਾਡੇ 'ਚੋਂ ਬੜੇ ਕਹਿਣਗੇ ਸਾਡੇ ਕਾਮਨਵੈਲਥ ਮੈਂਬਰ ਕੀ ਹੁੰਦੇ ਆ, ਅੰਗਰੇਜ਼ ਬੜੇ ਚਲਾਕ ਆ, ਜਦੋਂ ਭਾਰਤ ਨੂੰ ਆਜ਼ਾਦੀ ਦਿੱਤੀ ਨਾ ਤੇ ਭਾਰਤ ਵਰਗੇ 50 ਦੇਸ਼ਾਂ ਨੂੰ ਹੋਰ ਆਜ਼ਾਦੀ ਦਿੱਤੀ, ਕਹਿੰਦੇ ਹੁਣ ਤੁਸੀਂ ਸਾਡੇ ਗੁਲਾਮ ਨਹੀਂ ਰਹੇ, ਘੱਟੋ ਘੱਟ ਆਪਾਂ ਮਿਲਦੇ ਗਿਲਦੇ ਤਾਂ ਰਹੀਏ, ਆਪਾਂ ਆਪਣਾ ਇੱਕ ਗਠਬੰਧਨ ਬਣਾ ਲੈਂਦੇ ਹਾਂ ਕਾਮਨਵੈਲਥ, ਉਹਦੇ ਆਪਾਂ ਸਾਰੇ ਮੈਂਬਰ ਬਣ ਜਾਵਾਂਗੇ। ਸੋ ਭਾਰਤ ਨੂੰ ਉਹਨਾਂ ਨੇ 1945 'ਚ ਗੱਲਾਂ 'ਚ ਲੈ ਕੇ ਕਾਮਨਵੈਲਥ ਦਾ ਮੈਂਬਰ ਬਣਾ ਲਿਆ, ਕਾਮਨਵੈਲਥ ਨੇਸ਼ਨਸ ਦਾ। ਪਰ ਭਾਰਤ ਜਦੋਂ ਵੀ ਕਿਸੇ ਅੰਤਰਰਾਸ਼ਟਰੀ ਸਮਝੌਤੇ ਤੇ ਸਾਈਨ ਕਰਕੇ ਆਊਗਾ ਜਾਂ ਕਿਸੇ ਅੰਤਰਰਾਸ਼ਟਰੀ ਸੰਸਥਾ ਦਾ ਮੈਂਬਰ ਬਣ ਕੇ ਆਊਗਾ ਤਾਂ ਭਾਰਤ ਦੀ ਸੰਸਦ ਤੇ ਉਸ ਵੇਲੇ ਭਾਰਤ ਦੀ ਪਾਰਲੀਮੈਂਟ ਦਾ ਕੰਮ ਕਰ ਰਹੀ ਸੀ, ਭਾਰਤ ਦੀ ਸੰਵਿਧਾਨ ਸਭਾ, ਉਹਦੀ ਮਨਜ਼ੂਰੀ ਬਹੁਤ ਜ਼ਰੂਰੀ ਹੈ। ਇਸ ਕਰਕੇ 16 ਮਈ 1949 ਨੂੰ ਭਾਰਤ ਦੀ ਸੰਵਿਧਾਨ ਸਭਾ ਦੀ ਮਨਜ਼ੂਰੀ ਵੀ ਲਈ ਗਈ 16 ਮਈ 1949 ਨੂੰ। 22 ਜੁਲਾਈ 1947 ਨੂੰ ਕੀ ਹੋਇਆ, 16 ਮਈ 1949 ਨੂੰ ਕੀ ਹੋਇਆ ਤੇ 24 ਜਨਵਰੀ 1949 ਨੂੰ ਕਿਹੜੀਆਂ ਕਿਹੜੀਆਂ ਤਿੰਨ ਚੀਜ਼ਾਂ ਸੰਵਿਧਾਨ ਸਭਾ ਨੇ ਪਾਸ ਕੀਤੀਆਂ। ਸੋ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਫਾਈਨਲੀ ਹੋਇਆ ਕਿ ਫਾਈਨਲੀ ਹੋਇਆ ਇਹ ਕਿ 26 ਜਨਵਰੀ 1950 ਨੂੰ ਜਿਸ ਦਿਨ ਸਾਡਾ ਦੇਸ਼ ਸੰਵਿਧਾਨ ਇੰਪਲੀਮੈਂਟ ਹੋ ਗਿਆ ਪੂਰਾ, ਉਸ ਦਿਨ ਦੋ ਕੰਮ ਹੋਏ, ਇੱਕ ਤਾਂ ਸੰਵਿਧਾਨ ਲਾਗੂ ਹੋ ਗਿਆ ਪਲੱਸ ਉਸ ਦਿਨ ਅਸੀਂ ਰਿਪਬਲਿਕ ਬਣ ਗਏ, ਗਣਰਾਜ ਹੋ ਗਏ। ਗਣਰਾਜ ਹੋਣ ਦਾ ਮਤਲਬ ਉਦਣ ਹੀ ਅਸੀਂ ਆਪਣੇ ਦੇਸ਼ ਦਾ ਰਾਸ਼ਟਰਪਤੀ ਚੁਣ ਲਿਆ, ਕਿੰਨਾ ਕਿਹਨੂੰ, ਡਾਕਟਰ ਰਜਿੰਦਰ ਪ੍ਰਸਾਦ ਨੂੰ। ਪਰ ਇਹਨਾਂ ਦੋਵਾਂ ਦਿਨਾਂ ਦੇ ਵਿੱਚ ਇੱਕ ਤਰੀਕ ਹੋਰ ਵੀ ਆਉਂਦੀ ਹੈ, 25 ਜਨਵਰੀ। 25 ਜਨਵਰੀ ਨੂੰ ਕੀ ਹੋਇਆ, 25 ਜਨਵਰੀ ਨੂੰ ਅਸੀਂ ਆਪਣੇ ਦੇਸ਼ ਦਾ ਚੋਣ ਕਮਿਸ਼ਨ ਬਣਾਇਆ, ਇਲੈਕਸ਼ਨ ਕਮਿਸ਼ਨ। ਅਤੇ ਤੁਹਾਡੀ ਜਾਣਕਾਰੀ ਲਈ ਦੱਸਦਾ, ਜਿਸ ਦਿਨ ਇਲੈਕਸ਼ਨ ਕਮਿਸ਼ਨ ਬਣਿਆ ਉਸ ਦਿਨ ਅੱਜ ਵੀ ਅਸੀਂ ਰਾਸ਼ਟਰੀ ਵੋਟਰ ਦਿਵਸ, ਨੈਸ਼ਨਲ ਵੋਟਰਸ ਡੇ ਮਨਾਉਂਦੇ ਹਾਂ। ਮੋਸਟ ਇੰਪੋਰਟੈਂਟ, ਅਸੀਂ ਆਪਣਾ ਨੈਸ਼ਨਲ ਵੋਟਰਸ ਡੇ ਇਸੇ ਦਿਨ ਮਨਾਉਂਦੇ ਹਾਂ, ਠੀਕ ਹੈ। ਸੋ ਅਗਲੀ ਖਾਸ ਗੱਲ ਬਹੁਤ ਇੰਪੋਰਟੈਂਟ ਆ, ਸਮਝ ਆ ਰਹੀ ਹੈ ਸਾਰਿਆਂ ਨੂੰ, ਅਸੀਂ ਸੂਹ ਕੁਮਾਰ ਸੇਨ ਨੂੰ ਆਪਣੇ ਪਹਿਲੇ ਚੋਣ ਕਮਿਸ਼ਨ ਬਣਾਇਆ ਸੀਗਾ। 26-25 ਤੋਂ ਬਾਅਦ ਅਗਲੀ ਤਰੀਕ ਆ ਗਈ 26, ਤੇ 26 ਤਰੀਕ ਨੂੰ ਅਸੀਂ ਆਪਣਾ ਰਿਪਬਲਿਕ ਡੇ ਮਨਾਉਂਦੇ ਹਾਂ ਕਿਉਂਕਿ ਇਸ ਦਿਨ ਅਸੀਂ ਆਪਣਾ ਰਾਸ਼ਟਰਪਤੀ ਚੁਣਿਆ ਸੀ, ਪਲੱਸ ਰਿਪਬਲਿਕ ਡੇ ਦੇ ਨਾਲ ਨਾਲ ਅਸੀਂ ਇਸ ਦਿਨ ਆਪਣਾ ਸੰਵਿਧਾਨ ਵੀ ਲਾਗੂ ਕੀਤਾ ਸੀ, ਜਿਹਨੂੰ ਕਿ ਲਾਗੂ ਸਾਨੂੰ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ। 24 ਜਨਵਰੀ 1950 ਨੂੰ ਇੱਕ ਸਭ ਤੋਂ ਇੰਪੋਰਟੈਂਟ ਘਟਨਾ ਤਾਂ ਮੈਂ ਦੱਸਣੀ ਭੁੱਲ ਗਿਆ, 24 ਜਨਵਰੀ 1950 ਨੂੰ ਇੱਕ ਕੰਮ ਅਸੀਂ ਕੀ ਕੀਤਾ, ਨੈਸ਼ਨਲ ਐਂਥਮ, ਰਾਸ਼ਟਰੀ ਗਾਨ, ਇੱਕ ਨੈਸ਼ਨਲ ਸੌਂਗ, ਰਾਸ਼ਟਰੀ ਗੀਤ ਅਸੀਂ ਡਿਸਾਈਡ ਕੀਤਾ, ਚੁਣਿਆ ਨਹੀਂ ਉਸ ਦਿਨ, ਡਿਸਾਈਡ ਕੀਤਾ ਕਿ ਰਜਿੰਦਰ ਪ੍ਰਸਾਦ ਸਾਡੇ ਪ੍ਰਧਾਨ ਹੋਣਗੇ। ਅਤੇ ਇਸ ਦਿਨ ਚੌਥਾ ਸਭ ਤੋਂ ਇੰਪੋਰਟੈਂਟ ਕੰਮ ਕੀ ਹੋਇਆ, ਅਸੀਂ ਇਹ ਡਿਸਾਈਡ ਕੀਤਾ ਕਿ ਉਸ ਦਿਨ 284 ਮੈਂਬਰਾਂ ਨੇ ਸੰਵਿਧਾਨ ਸਭਾ 'ਤੇ ਸਾਈਨ ਕਰਤੇ, ਇਹ ਇਸ ਦਿਨ ਹੋਏ ਸੀ ਸਾਈਨ, ਨਾ ਕਿ 26 ਨਵੰਬਰ 1949 ਨੂੰ
ਜੇ ਪਹਿਲਾਂ ਮੇਰੇ ਕੋਲ ਕਦੀ ਟੰਗ ਟਵਿਸਟ ਕਰਕੇ ਗਲਤ ਪੜਾਇਆ ਗਿਆ ਹੋਵੇ ਉਹਦੀ ਵੀ ਸੌਰੀ, ਪਰ 24 ਜਨਵਰੀ 1950 ਨੂੰ ਭਾਰਤ ਦੀ ਸੰਵਿਧਾਨ ਸਭਾ ਦੇ 299 ਮੈਂਬਰਾਂ ਚੋਂ 284 ਮੈਂਬਰਾਂ ਨੇ ਸੰਵਿਧਾਨ ਤੇ ਸਾਈਨ ਕੀਤੇ ਸੀਗੇ। ਸੋ 26 ਤਰੀਕ ਨੂੰ ਸੰਵਿਧਾਨ ਲਾਗੂ ਹੋ ਗਿਆ, ਪਲੱਸ ਉਸ ਦਿਨ ਹੀ ਅਸੀਂ ਰਿਪਬਲਿਕ ਹੋ ਗਏ ਤੇ 2 ਦਿਨ ਬਾਅਦ 28 ਜਨਵਰੀ ਨੂੰ ਸਾਡੀ ਸੁਪਰੀਮ ਕੋਰਟ ਬਣ ਗਈ, 8 ਜੱਜਾਂ ਦੀ ਸੁਪਰੀਮ ਕੋਰਟ। ਉਦੋਂ ਸੰਵਿਧਾਨ 'ਚ 8 ਹੀ ਲਿਖੇ ਸੀ ਤੇ ਇਹ ਵੀ ਲਿਖਿਆ ਸੀ ਕਿ ਵਕਤ ਦੇ ਨਾਲ ਸੰਸਦ ਐਕਟ ਬਣਾ ਕੇ ਪਾਸ ਕਰ ਸਕਦੀ ਹੈ, ਪਰ ਸੰਵਿਧਾਨ ਦੇ ਵਿੱਚ ਸੁਪਰੀਮ ਕੋਰਟ ਦੇ 8 ਜੱਜਾਂ ਦਾ ਜ਼ਿਕਰ ਹੀ ਹੈ। ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਰੀ ਲਾਲ ਕਨੀਆ ਸਾਡੇ ਪਹਿਲੇ ਮੁੱਖ ਜੱਜ ਸੀਗੇ, ਚੀਫ ਜਸਟਿਸ ਆਫ ਇੰਡੀਆ ਸੀ, ਦਾ ਮੋਸਟ ਇੰਪੋਰਟੈਂਟ ਪੁਆਇੰਟ। ਸੋ ਲਓ ਜੀ, ਇਹ ਕਹਾਣੀ ਤੁਹਾਨੂੰ ਬਹੁਤ ਜ਼ਿਆਦਾ ਡਿਟੇਲ 'ਚ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ। ਸੋ ਕਿਸ ਤਰੀਕੇ ਨਾਲ ਸੰਵਿਧਾਨ ਬਣਿਆ, ਲਾਗੂ ਹੋਇਆ, ਤੇ ਲਾਸਟ 'ਚ ਜਾਂਦੇ ਜਾਂਦੇ ਮੈਂ ਤੁਹਾਨੂੰ ਆਹ ਫੈਕਟ ਜਿਹੜੇ ਆ ਜੀ ਇਹ ਕਲੀਅਰ ਕਰਕੇ ਦੇ ਦਾਂ, ਬਹੁਤ ਇੰਪੋਰਟੈਂਟ ਫੈਕਟ ਨੇ, ਇਗਨੋਰ ਨਹੀਂ ਕੀਤੇ ਜਾ ਸਕਦੇ। ਸੰਵਿਧਾਨ ਸਭਾ ਦੀ ਚਿੰਨ੍ਹ ਯਾਨੀ ਕਿ ਸਿੰਬਲ ਜਾਂ ਪ੍ਰਤੀਕ ਐਲੀਫੈਂਟ ਫੈਕਟ ਨੇ। ਸੰਵਿਧਾਨ ਸਭਾ ਦਾ ਜਿਹੜਾ ਹਿੰਦੀ ਵਰਜਨ ਸੀ ਨਾ ਉਹਨੂੰ ਇਟੈਲਿਕ, ਐ ਨਹੀਂ ਲਿਖਦੇ ਹੁੰਦੇ ਇਟੈਲਿਕ, ਐਵੇਂ ਟੇਢੀ ਜੀ ਕਰਕੇ, ਇਟੈਲਿਕ ਫਾਰਮੈਟ 'ਚ ਪ੍ਰੇਮ ਬਿਹਾਰੀ ਨਰਾਇਣ ਰੈਜ਼ਾਦਾ ਨਾਮ ਦੇ ਸ਼ਖਸ ਨੇ ਹਿੰਦੀ ਇੰਗਲਿਸ਼ ਦੀ ਕੈਲੀਗ੍ਰਾਫੀ ਕੀਤੀ ਹੈ, ਇਟਾਲਿਕ ਫੌਂਟ ਦੇ ਵਿੱਚ ਲਿਖਿਆ ਹੈ, ਤੇ ਲਿਖਿਆ ਕਿੰਨੇ ਆ, ਪ੍ਰੇਮ ਬਿਹਾਰੀ ਨਰਾਇਣ ਰੈਜ਼ਾਦਾ ਨੇ, ਤੇ ਉਹਨੂੰ ਡੈਕੋਰੇਟ ਸੰਵਿਧਾਨ ਦੇ ਵਿੱਚ ਇੱਕ ਪਾਸੇ ਲਿਖਿਆ ਗਿਆ ਹੈ, ਇੱਕ ਪਾਸੇ ਘੈਂਟ ਘੈਂਟ ਫੋਟੋਆਂ ਆਰਟ ਐਂਡ ਕਲਚਰ ਦੀਆਂ ਫੋਟੋਆਂ ਲਾਈਆਂ ਗਈਆਂ। ਉਹ ਫੋਟੋਆਂ ਲਾਈਆਂ ਹੈ 2 ਬੰਦਿਆਂ ਨੇ, ਨੰਦ ਲਾਲ ਬੋਸ ਤੇ ਬਿਹਾਰ ਰਾਮ ਮਨੋਹਰ ਸਿਨਹਾ। ਇਹ ਤਾਂ ਹੋ ਗਿਆ ਇੰਗਲਿਸ਼ ਵਾਲਾ ਸੰਵਿਧਾਨ, ਹਿੰਦੀ ਵਾਲੇ ਨੂੰ ਲਿਖਿਆ ਕਿੰਨੇ ਆ, ਕੈਲੀਗ੍ਰਾਫੀ ਕਿੰਨੇ ਕੀਤੀ ਆ ਹਿੰਦੀ ਵਾਲੇ ਦੀ, ਬਸੰਤ ਕ੍ਰਿਸ਼ਨ ਵੈਦਿਆ ਨੇ, ਤੇ ਉਹਦੀਆਂ ਫੋਟੋਆਂ ਪੇਂਟਿੰਗ ਕਿੰਨੇ ਕੀਤੀ ਆ, ਇਹਨਾਂ ਦੋਵਾਂ ਚੋਂ ਕੇਵਲ ਇੱਕ ਜਾਣੇ ਨੇ ਨੰਦ ਲਾਲ ਬੋਸ ਨੇ। ਸੋ ਲਓ ਜੀ, ਫੈਕਟ ਸਮਝ ਆ ਗਏ, ਹਿੰਦੀ ਦੇ ਸੰਵਿਧਾਨ ਤੇ ਫੋਟੋਆਂ ਕਿੰਨੇ ਪੇਂਟ ਕੀਤੀਆਂ ਇੰਗਲਿਸ਼ ਵਾਲੇ, ਤੇ ਕਿਹੜੇ 2 ਜਾਣਿਆਂ ਨੇ ਕੀਤੀਆਂ, ਇੰਗਲਿਸ਼ ਵਾਲੇ ਦਾ ਰਾਈਟਰ ਕੈਲੀਗ੍ਰਾਫਰ ਕੌਣ ਸੀ, ਹਿੰਦੀ ਵਾਲੇ ਦਾ ਲੇਖਕ ਕੌਣ ਸੀ, ਤੇ ਸੀਲ ਕੀ ਸੀ, ਕਿਹੜਾ ਸੈਕਟਰੀ ਬਣਿਆ, ਕਿਹੜਾ ਕਨਸਟੀਟਿਊਸ਼ਨਲ ਐਡਵਾਈਜ਼ਰ ਬਣਿਆ, ਕਿੰਨੇ ਡਿਪਟੀ ਚੇਅਰਮੈਨ, ਕਿਹੜਾ ਪਹਿਲਾ ਚੇਅਰਮੈਨ, ਕਿਹੜਾ ਪਹਿਲਾ ਆਰਜੀ ਚੇਅਰਮੈਨ, ਕਿਹੜਾ ਪਹਿਲਾ ਡਿਪਟੀ ਆਰਜੀ ਚੇਅਰਮੈਨ। ਲਓ ਜੀ, ਸਭ ਤੋਂ ਇੰਪੋਰਟੈਂਟ ਗੱਲ, ਸੋ ਐਡੇ ਇੱਕ ਇੰਪੋਰਟੈਂਟ ਪੁਆਇੰਟ ਸੀ ਜਿਹੜੇ ਕਿ ਤੁਹਾਡੇ ਵਾਸਤੇ ਜਾਣਨੇ ਬੜੇ ਜ਼ਰੂਰੀ ਸੀ। ਸੋ ਇਹ ਆਪਣੇ ਲੈਕਚਰਾਂ ਦਾ, ਦੇਖੋ ਇੱਕ ਗੱਲ ਬੜੀ ਕਲੀਅਰ ਆ, ਜਦੋਂ ਮੈਂ ਪੜ੍ਹਾਉਂਦਾ ਤਾਂ ਮੇਰੀ ਇੱਕ ਕੋਸ਼ਿਸ਼ ਆ ਕਿ ਸਮੇਂ ਦੇ ਨਾਲ ਨਾਲ, ਵਕਤ ਦੇ ਨਾਲ ਨਾਲ ਆਪਣੇ ਲੈਕਚਰਸ ਨੂੰ ਅਪਗ੍ਰੇਡ ਕਰਦਾ ਰਵਾਂ। ਹਰ ਸਬਜੈਕਟ ਦੇ ਲੈਕਚਰਸ ਤੁਹਾਨੂੰ ਇੱਕ ਵਾਰ ਮੇਰੇ ਰਿਕਾਰਡ ਕੀਤੇ ਲੈਕਚਰ ਉਹੀ ਮਿਲ ਜਾਣ, ਇਹ ਹੋ ਹੀ ਨਹੀਂ ਸਕਦਾ। ਅਪਗ੍ਰੇਡੇਸ਼ਨ ਲੈਕਚਰਸ ਦੇ ਰੂਪ ਦੇ ਵਿੱਚ, ਮੈਰਾਥਨਸ ਦੇ ਰੂਪ ਦੇ ਵਿੱਚ, ਹਰ ਟਾਈਪ ਦੇ ਲੈਵਲ 1, ਲੈਵਲ 2, ਲੈਵਲ 3 ਦੇ ਟੈਸਟ, ਉਹਨਾਂ ਟੈਸਟਾਂ ਦੇ ਵੀਡੀਓ ਸੋਲੂਸ਼ਨਸ, ਤਾਂ ਕਿ ਜਿਹੜਾ ਵੀ ਬੰਦਾ ਇਨਰੋਲਡ ਆ ਟੋਟਲੀ ਅਪਡੇਟਡ ਰਹੇ। ਅੱਜ ਵਾਸਤੇ ਇੰਨਾ ਹੀ ਬਹੁਤ ਆ, ਧੰਨਵਾਦ।